ਯਾਦ 'ਚ ਜੁੜੇ 'ਚ ਬੈਠੇ ਹਾਂ ਉਸ ਦੇ ਬਾਰੇ ਹੀ ਕੁਝ ਵਿਚਾਰਾਂ ਕਰਨੀਆਂ ਨੇ। ਬਹੁਤ ਸਵਾਲ ਨੇ ਉਸ ਦੀ ਸ਼ਖਸੀਅਤ ਨੂੰ ਲੈ ਕੇ ਸਾਡੀ ਮਾਨਸਿਕਤਾ ਦੇ ਵਿੱਚ, ਔਰ ਵਾਰ ਵਾਰ ਜਦੋਂ ਅਕਸਰ ਇਹ ਗੱਲ ਕਰਿਆ ਕਰਦਾ ਸੀ ਕਿ ਇੱਕ ਕਲਾ ਵਰਤ ਰਹੀ ਹੈ, ਅਤੇ ਅੱਜ ਉਹਦੇ ਜਾਣ ਤੋਂ ਬਾਅਦ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਵੀ ਵਰਤ ਰਹੀ ਕਲਾ ਦੇ ਵਰਤਾਰੇ ਦਾ ਇੱਕ ਛੋਟਾ ਜਿਹਾ ਝਲਕਾਰਾ ਹੀ ਸੀ। ਇਸ ਕਰਕੇ ਕਿ ਜਿੰਨੇ ਥੋੜ੍ਹੇ ਸਮੇਂ ਦੇ ਵਿੱਚ ਜਿੰਨੀਆਂ ਇਲਜ਼ਾਮ ਤਰਾਸ਼ੀਆਂ, ਜਿੰਨੀ ਕਿਰਦਾਰ ਕੁਸ਼ੀ ਤੋਂ ਬਾਅਦ ਕੌਮ ਦੀ ਮਾਨਸਿਕਤਾ ਦੇ ਵਿੱਚ ਉਹਨੇ ਵੱਡੀ ਜਗ੍ਹਾ ਬਣਾਈ ਹੈ, ਕਿਤੇ ਨਾ ਕਿਤੇ ਤਾਂ ਉਸਦੀ ਸ਼ਖਸੀਅਤ ਦੇ ਵਿੱਚ ਕੁਛ ਵੱਖਰਾਪਣ ਸੀ। ਇਸ ਚੀਜ਼ ਦਾ ਅਧਿਐਨ ਬਹੁਤ ਸੂਖਮਤਾ ਦੇ ਨਾਲ ਕਰਨਾ ਪਵੇਗਾ। ਗਰਮ ਨਾਰੇ ਲਾਉਣੇ, ਜੋਸ਼ੀਲੀਆਂ ਗੱਲਾਂ ਕਰਨੀਆਂ, ਇਹ ਇੱਕ ਵੱਖਰਾ ਵਿਸ਼ਾ ਹੁੰਦਾ ਹੈ। ਪਰ ਧਰਮ ਦੇ ਫਲਸਫੇ ਨੂੰ ਸਮਝ ਕੇ ਮਨੁੱਖ ਦੀ ਸ਼ਖਸੀਅਤ ਦਾ ਅਧਿਐਨ ਕਰਨਾ ਕਿ ਉਹਦੇ ਵਿੱਚ ਐਸੀ ਕਿਹੜੀ ਚੀਜ਼ ਸੀ, ਕੁਛ ਨਾ ਕੁਛ ਤਾਂ ਹੈ ਨਾ। ਕਿੰਨੇ ਅਸੀਂ ਲੈਕਚਰਾਰ ਹਾਂ, ਕਿੰਨੇ ਪ੍ਰਚਾਰਕ, ਕਿੰਨੇ ਕਥਾਵਾਚਕ, ਕਿੰਨੇ ਲੋਕ ਜਿਹੜੇ ਧਰਮ ਦੇ ਖੇਤਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਦਿਨ ਰਾਤ ਇੱਕ ਕਰਕੇ ਕੌਮ ਦੇ ਵਿੱਚ ਚੇਤਨਤਾ ਨੂੰ ਜਾਗਰਿਤ ਕਰਨ ਦੇ ਵਾਸਤੇ ਮਿਹਨਤ ਕਰ ਰਹੇ ਨੇ, ਪਰ ਸ਼ਾਇਦ ਇੰਨੀ ਵੱਡੀ ਨੌਜਵਾਨੀ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਨਹੀਂ ਕਰ ਸਕੇ। ਫਿਰ ਉਹਦੇ ਵਿੱਚ ਇਹੋ ਜਿਹੀ ਕਿਹੜੀ ਗੱਲ ਸੀ? ਜਾਂ ਫਿਰ ਦੂਸਰੇ ਪਾਸੇ ਮੈਂ ਇੱਕ ਬੇਨਤੀ ਹੋਰ ਵੀ ਕਰ ਦੇਵਾਂ। ਜਦੋਂ ਅਸੀਂ, ਮੈਂ ਖਾਸ ਕਰਕੇ ਦੀਪ ਦੀ ਜਿਹੜੀ ਵੀ ਵਿਚਾਰਧਾਰਾ ਸੀ ਜਾਂ ਜਿਹੜੇ ਉਸਨੇ ਨਵੇਕਲੇ ਢੰਗ ਦੇ ਵਿੱਚ ਪੰਜਾਬ ਦੀ ਹੋਂਦ ਦੇ ਪ੍ਰਸੰਗ ਨੂੰ ਸਿਰਜਿਆ ਹੈ, ਜਦੋਂ ਮੈਂ ਉਸ ਦਾ ਕਹਿ ਸਕਦੇ ਹੋ ਕਿ ਅਨੈਲਿਸਿਸ ਜਾਂ ਅਧਿਐਨ ਇਤਿਹਾਸ ਦੇ ਨਜ਼ਰੀਏ ਤੋਂ ਕਰਨਾ ਹੈ, ਤਾਂ ਅਸੀਂ ਇੱਕ ਗੱਲ ਦਾ ਖਿਆਲ ਰੱਖਿਓ ਕਿ ਇਤਿਹਾਸ ਦੇ ਕਿਸੇ ਨਾਇਕ ਦੇ ਨਾਲ ਤਸ਼ਬੀਹ ਨਹੀਂ ਦੇ ਰਹੇ। ਮਿਸਾਲ ਦੇ ਤੌਰ 'ਤੇ ਜਿਹੜੀ ਪੰਜਾਬੀ ਜਾਗਰਤ ਹੋਇਆ ਹੈ, ਜਿਹੜੀ ਨੌਜਵਾਨ ਦੇ ਵਿੱਚ ਜਾਗਰਤੀ ਆਈ ਹੈ, ਇਹਦਾ ਅੰਸ਼ ਤਾਂ ਉਹਦੇ ਅੰਦਰ ਪਹਿਲਾਂ ਹੀ ਪਿਆ ਸੀ। ਜਿਹੜਾ ਤੁਹਾਡੇ ਵਡੇਰਿਆਂ ਨੇ 18ਵੀਂ ਸਦੀ ਦੇ ਵਿੱਚ ਸੰਘਰਸ਼ ਕੀਤਾ ਹੈ, ਅਤੇ ਉਸ ਸੰਘਰਸ਼ ਤੋਂ ਬਾਅਦ ਸਰਕਾਰੇ ਖਾਲਸਾ ਦੇ ਰੂਪ ਦੇ ਵਿੱਚ ਸਾਡੇ ਵਡੇਰਿਆਂ ਨੇ ਜਿਹੜਾ ਰਾਜ ਮਾਣਿਆ, ਜਿਹੜਾ ਸਟੇਟਹੁੱਡ ਮਾਣਿਆ, ਉਹ ਤੁਹਾਡੇ ਖੂਨ ਦੇ ਵਿੱਚੋਂ ਕਿਤੇ ਚਲਾ ਥੋੜ੍ਹਾ ਗਿਆ? ਉਹ ਤਾਂ ਸਭ ਕੁਝ ਹੈ। ਹੁਣ ਜੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਇੱਕ ਘਟਨਾ ਦੀ ਗੱਲ ਕਰੀਏ, ਜਿਸ ਵੇਲੇ ਲਾਹੌਰ ਦੇ ਫੌਜਦਾਰ ਦਾ ਅਸਮਾਨ ਦੇ ਵਿੱਚ ਸ਼ਿਕਾਰ ਕਰਨ ਦੇ ਵਾਸਤੇ ਉਡਾਇਆ ਹੋਇਆ ਬਾਜ ਗੁਰੂ ਸਾਹਿਬ ਦੇ ਬਾਜ਼ ਦੇ ਵੱਲੋਂ ਜ਼ਮੀਨ 'ਤੇ ਸੁੱਟ ਲਿਆ ਜਾਂਦਾ ਹੈ, ਅਤੇ ਉਸਦੇ ਅਹਿਲਕਾਰਾਂ ਦੇ ਵੱਲੋਂ ਇੱਕ ਸੁਨੇਹਾ ਆਉਂਦਾ ਹੈ ਕਿ ਸਾਡਾ ਬਾਜ ਵਾਪਸ ਕਰ ਦਿਓ। ਉੱਥੇ ਹੁਣ ਗੁਰੂ ਸਾਹਿਬ ਦੇ ਸਾਹਮਣੇ ਵੀ ਦੋ ਤਰ੍ਹਾਂ ਦੇ ਸਿੱਖ ਨੇ, ਇੱਕ ਸਾਡੇ ਵਰਗੇ ਢਿੱਲੜ ਜੀ ਕਿਸਮ ਦੇ ਜਿਹੜੇ ਕਹਿੰਦੇ ਪਾਤਸ਼ਾਹ ਵਾਪਸ ਕਰ ਦੇਣਾ ਚਾਹੀਦਾ ਹੈ, ਬਾਜ ਹੈ ਤਾਂ ਇੱਕ ਪੰਛੀ, ਇਹਦੇ ਤੋਂ ਲੜ ਕੇ ਕੀ ਲੈਣਾ ਹੈ? ਪਰ ਗੁਰੂ ਸਾਹਿਬ ਬਾਜ ਨੂੰ ਪੰਛੀ ਦੇ ਰੂਪ 'ਚ ਨਹੀਂ ਵੇਖ ਰਹੇ। ਗੁਰੂ ਸਾਹਿਬ ਕਹਿ ਰਹੇ ਨੇ, ਤਿੰਨ ਤੇ ਬਾਜ ਨਾਹੀ ਅਬ ਦੇਣਾ, ਅਬ ਤਾਜ ਰਾਜ ਤਿੰਨ ਤੇ ਸਭ ਲੈਣਾ। ਇਹ ਗੱਲ ਕੇਵਲ ਬਾਜ ਤੱਕ ਸੀਮਤ ਹੈ ਹੀ ਨਹੀਂ ਹੈ, ਇਹ ਗੱਲ ਤਾਂ ਹੁਣ ਅਣਖ ਦੇ ਨਾਲ, ਗੈਰਤ ਦੇ ਨਾਲ, ਜ਼ੁਰਤ ਦੇ ਨਾਲ ਜੁੜ ਗਈ ਹੈ ਕਿ ਜੇ ਅੱਜ ਬਾਜ ਵਾਪਸ ਕਰ ਦਿੱਤਾ, ਕੱਲ੍ਹ ਨੂੰ ਤੁਸੀਂ ਤਾਜ ਲੈਣ ਦੀ ਜੰਗ ਨਹੀਂ ਲੜ ਸਕਦੇ। ਸੋ ਇਹ ਜਿਹੜੀ ਵਿਚਾਰਧਾਰਾ ਹੈ, ਇਹ ਤਾਂ ਤੁਹਾਡੇ ਮਨ ਦੇ ਵਿੱਚ ਪਈ ਸੀ। ਉਸ ਵਿਚਾਰਧਾਰਾ ਦਾ ਇੱਕ ਪ੍ਰਤੱਖ ਝਲਕਾਰਾ ਜਿਹੜਾ ਸੀ, ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਗੁਰੂ ਸਾਹਿਬ ਦੇ ਸਿੱਖਾਂ ਨੇ ਰਹਿਤਨਾਮਿਆਂ ਦੇ ਰੂਪ ਵਿੱਚ ਸਿਰਜ ਦਿੱਤਾ ਕਿ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ, ਇਹ ਵੀ ਵਿਚਾਰਧਾਰਾ ਤੁਹਾਡੇ ਅੰਦਰ ਪਈ ਸੀ। ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ ਹੈ, ਪੰਜਾਬ ਦੇ ਲੋਕਾਂ ਦੇ ਨਾਲ ਤਾਂ ਇਹਦਾ ਕੋਈ ਰਿਸ਼ਤਾ ਨਹੀਂ ਸੀ। ਪੰਜਾਬ ਦੇ ਲੋਕ ਤਾਂ ਨਹੀਂ ਸੀ ਜਾਣਦੇ ਕਿ ਕਿਹੜਾ ਜਰਨੈਲ ਬਣ ਕੇ ਆ ਰਿਹਾ ਹੈ।
ਬੰਦਾ ਸਿੰਘ ਬਹਾਦਰ ਦੇ ਸ਼ਬਦਾਂ ਨੇ ਜਿਹੜੀ ਅੰਦਰ ਉਹ ਗੱਲ ਪਈ ਸੀ ਗੁਰੂ ਸਾਹਿਬ ਦੇ ਵੇਲੇ ਤੋਂ ਉਸ ਨੂੰ ਹਲੂਣਾ ਦਿੱਤਾ ਅਤੇ ਅਸੀਂ ਸਰਹੰਦ ਦੀ ਫਤਿਹ ਵਾਸਤੇ ਤਿਆਰ ਹੋ ਗਏ। ਸੋ ਇਸ ਕਰਕੇ ਦੀਪ ਸਿੱਧੂ ਨੇ ਕੀ ਕੀਤਾ, ਇਤਿਹਾਸ ਦੇ ਵਿੱਚ ਕੁਛ ਵੱਖਰਾ ਨਹੀਂ ਕੀਤਾ, ਇਤਿਹਾਸ ਦੇ ਵਿੱਚ ਜੋ ਪਿਆ ਸੀ ਉਸ ਨੂੰ ਤੁਹਾਡੇ ਸਾਹਮਣੇ ਰੱਖਿਆ ਕਿ ਸਾਡੇ ਇਤਿਹਾਸ ਦੇ ਵਿੱਚ ਆਹ ਕੁਛ ਪਿਆ, ਸਾਡਾ ਪਿਛੋਕੜ ਆ, ਅਸੀਂ ਸਟੇਟਹੁੱਡ ਮਾਣਿਆ, ਅਸੀਂ ਪਾਤਸ਼ਾਹੀ ਦਾਅਵਾ ਰੱਖਣਾ। ਇਹ ਗੱਲਾਂ ਤਾਂ ਇਤਿਹਾਸ 'ਚ ਪਈਆਂ ਸੀ। ਪਾਤਸ਼ਾਹੀ ਦਾਅਵੇ ਦੀ ਗੱਲ ਤਾਂ ਸਭ ਤੋਂ ਪਹਿਲਾਂ ਰਤਨ ਸਿੰਘ ਭੰਗੂ ਹੁਣਾਂ ਨੇ ਕਰ ਦਿੱਤੀ, ਪਰ ਉਹ ਵਿਸਰ ਚੁੱਕੀ ਸੀ ਸਾਡੇ ਮਨਾਂ 'ਚੋਂ। ਉਹ ਹੌਲੀ ਹੌਲੀ ਸਮੇਂ ਦੇ ਨਾਲ ਹਾਲਾਤਾਂ ਦੀ ਗਰਦ ਦੇ ਵਿੱਚ ਦੱਬੀ ਜਾ ਚੁੱਕੀ ਸੀ। ਉਸ ਨੂੰ ਦੁਬਾਰਾ ਜਾਗਰਿਤ ਕੀਤਾ। ਹੁਣ ਅਗਲਾ ਸਵਾਲ ਬੜਾ ਅਹਿਮ ਪੈਦਾ ਹੁੰਦਾ ਹੈ। ਦੀਪ ਨੇ ਹੀ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇਸ ਨੂੰ ਕਿਉਂ ਜਾਗਰਿਤ ਕਰ ਦਿੱਤਾ? ਦੀਪ ਨੇ ਹੀ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਨੌਜਵਾਨੀ ਨੂੰ ਕਿਵੇਂ ਪ੍ਰਭਾਵਿਤ ਕਰ ਲਿਆ? ਇਹ ਸਭ ਤੋਂ ਅਹਿਮ ਸਵਾਲ ਹੈ, ਔਰ ਇਹ ਸਾਡੇ ਵਰਗੇ ਪ੍ਰਚਾਰਕਾਂ ਦੇ ਸਾਹਮਣੇ ਵੀ ਹੈ, ਲੈਕਚਰਾਂ ਦੇ ਸਾਹਮਣੇ ਵੀ ਹੈ, ਬੁਲਾਰਿਆਂ ਦੇ ਸਾਹਮਣੇ ਵੀ ਹੈ। ਵੀ ਗੱਲਾਂ ਤਾਂ ਉਹੀ ਹੈ ਜਿਹੜੀਆਂ ਅਸੀਂ ਇਤਿਹਾਸ ਦੇ ਵਿੱਚ ਪੜ੍ਹੀਆਂ ਸੀ, ਪਰ ਉਹਦੀ ਕਹੀ ਗੱਲ ਨੇ ਨੌਜਵਾਨੀ ਨੂੰ ਇੰਨਾ ਟੁੰਬਿਆ ਕਿਉਂ? ਇਸ ਨੂੰ ਅਸੀਂ ਇਤਿਹਾਸਿਕ ਦ੍ਰਿਸ਼ਟੀਕੋਣ 'ਚ ਸਮਝਣ ਦਾ ਯਤਨ ਕਰੀਏ। ਇੱਕ ਪ੍ਰੈਸ ਰਿਪੋਰਟਰ ਹਰਚੰਦ ਸਿੰਘ ਲੌਂਗੋਵਾਲ, ਜਿਹੜੇ ਉਸ ਸਮੇਂ ਧਰਮਜੱਤ ਮੋਰਚੇ ਦੇ ਡਿਕਟੇਟਰ ਸੀ, ਉਹਨਾਂ ਨੂੰ ਮੁਲਾਕਾਤ ਕਰਕੇ ਬਾਹਰ ਨਿਕਲਦੀ ਹੈ। ਉਸ ਤੋਂ ਬਾਅਦ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਮੁਲਾਕਾਤ ਕਰਦੀ ਹੈ। ਹੁਣ ਲੌਂਗੋਵਾਲ ਦੇ ਕੋਲ ਧਰਮਜੱਤ ਮੋਰਚੇ ਦੀ ਕਮਾਂਡ ਹੈ, ਲੌਂਗੋਵਾਲ ਦੇ ਪੱਖ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ, ਲੌਂਗੋਵਾਲ ਦੇ ਪੱਖ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਲੌਂਗੋਵਾਲ ਦੇ ਪੱਖ ਦੇ ਵਿੱਚ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਤਖਤਾਂ ਦੇ ਜਥੇਦਾਰ ਨੇ। ਦੂਸਰੇ ਪਾਸੇ ਸੰਤ ਜਰਨੈਲ ਸਿੰਘ ਨੇ, ਜਿਨ੍ਹਾਂ ਦੇ ਕੋਲ ਆਹ ਕੌਮ ਦੀ ਚੇਤਨਤਾ ਹੈ। ਹੁਣ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ਤੂੰ ਦੋਹਾਂ ਨੂੰ ਮਿਲ ਕੇ ਆਈ ਹੈ, ਮੁਲਾਕਾਤ ਕਰਕੇ ਆਈ ਹੈ, ਤੈਨੂੰ ਅੰਤਰ ਕੀ ਲੱਗਾ? ਕਹਿੰਦੀ ਅੰਤਰ ਇਹ ਲੱਗਾ ਹੈ ਕਿ ਲੌਂਗੋਵਾਲ ਧੜੇ ਨੂੰ ਸਮੱਸਿਆ ਦਾ ਪਤਾ ਹੈ ਅਤੇ ਸੰਤ ਜਰਨੈਲ ਸਿੰਘ ਨੂੰ ਸਮੱਸਿਆ ਦੀ ਸਮਝ ਹੈ। ਇਹ ਅੰਤਰ ਹੈ। ਪਤਾ ਕਿਸੇ ਨੂੰ ਵੀ ਹੋ ਸਕਦਾ, ਤੁਸੀਂ ਅਖਬਾਰ ਰੋਜ਼ ਪੜ੍ਹਦੇ ਹੋ, ਅਖਬਾਰ ਦੇ ਉੱਪਰ ਆਉਂਦਾ ਕਿ ਬੱਸ ਦਾ ਐਕਸੀਡੈਂਟ ਹੋ ਗਿਆ। ਇਨਫੋਰਮੇਸ਼ਨ ਹੈ, ਤੁਸੀਂ ਵੀ ਉਹੀ ਪੜ੍ਹੀ ਹੈ, ਮੈਂ ਵੀ ਉਹੀ ਪੜ੍ਹੀ ਹੈ, ਪਰ ਸਮਝ ਇਹ ਹੈ ਕਿ ਕਿਉਂ ਹੋਇਆ ਅਤੇ ਕਿਵੇਂ ਬਚਿਆ ਜਾ ਸਕਦਾ ਸੀ। ਇਨਫੋਰਮੇਸ਼ਨ ਅਤੇ ਨੌਲੇਜ ਦਾ ਇੰਨਾ ਕੁ ਅੰਤਰ ਹੁੰਦਾ ਹੈ। ਔਰ ਇਹ ਸਮਝ ਬਣਦੀ ਕਿਵੇਂ? ਅਸੀਂ ਫਿਰ ਉਸੇ ਦ੍ਰਿਸ਼ਟੀਕੋਣ ਦੇ ਵਿੱਚ ਵੇਖੀਏ, ਕਿਉਂਕਿ ਅਸੀਂ ਬੜੀ ਸਹਿਜ ਦੇ ਨਾਲ ਵਿਚਾਰ ਕਰਨੀ ਹੈ। ਜਦੋਂ ਵਾਰ ਵਾਰ ਸਾਡੇ ਨੌਜਵਾਨ ਇਹ ਗੱਲ ਕਰਦੇ ਨੇ ਕਿ ਦੀਪ ਸਿੱਧੂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ, ਉਹ ਸੋਚ ਜਿਹੜੀ ਹੈ ਉਹ ਕਿੱਥੋਂ ਆ ਰਹੀ ਹੈ? ਸਮਝਣਾ ਤਾਂ ਇਸ ਗੱਲ ਨੂੰ ਹੈ ਕਿ ਉਹ ਸੋਚ ਕਿੱਥੋਂ ਆ ਰਹੀ ਹੈ। ਸੋਚ ਤਾਂ ਤੁਹਾਡੇ ਸਾਰਿਆਂ ਦੇ ਵਿੱਚ ਪਈ ਹੈ, ਸਾਰਿਆਂ ਦੇ ਵਿੱਚ ਪਈ ਹੈ। ਜਿਨ੍ਹਾਂ ਨੇ 18ਵੀਂ ਸਦੀ 'ਚ ਸ਼ਹਾਦਤਾਂ ਦਿੱਤੀਆਂ ਸਾਡੇ ਵਡੇਰੇ ਸੀ, ਜਿਨ੍ਹਾਂ ਨੇ ਰਾਜ ਮਾਣਿਆ ਸਰਕਾਰੇ ਖਾਲਸਾ ਸਾਡੇ ਵਡੇਰੇ ਸੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਜੰਗ ਲੜੀ ਸਾਡੇ ਵਡੇਰੇ ਸੀ, ਜਿਨ੍ਹਾਂ ਨੇ ਦੇਸ਼ ਦੀ ਵੰਡ ਦੇ ਸਮੇਂ ਸੰਤਾਪ ਝੱਲਿਆ ਸਾਡੇ ਵਡੇਰੇ ਸੀ ਨਾ। ਸੋ ਸਭ ਕੁਝ ਤੁਹਾਡੇ ਅੰਦਰ ਪਿਆ ਹੈ, ਹੁਣ ਫਰਕ ਕਿੱਥੇ ਹੈ? ਫਰਕ ਕੀ ਹੈ ਕਿ ਕਈ ਵਾਰ, ਕੱਲ੍ਹ ਅਮਰਦੀਪ ਭਾਅ ਜੀ ਇੱਕ ਬੜੀ ਵਧੀਆ ਗੱਲ ਕਰ ਰਹੇ ਸੀ, ਕਹਿੰਦੇ ਕਈ ਵਾਰੀ ਨਲਕਾ ਪਾਣੀ ਛੱਡ ਜਾਂਦਾ ਨਾ, ਅਤੇ ਪਾਣੀ ਤਾਂ ਅੰਦਰ ਹੁੰਦਾ ਹੈ, ਪਰ ਪਾਣੀ ਨੂੰ ਕੱਢਣ ਦੇ ਵਾਸਤੇ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਹੁਣ ਕਿਸੇ ਦਾ ਨਲਕਾ ਪਹਿਲਾਂ ਪਾਣੀ ਚੁੱਕ ਗਿਆ, ਕਿਸੇ ਦੇ ਅੰਦਰ ਪਾਣੀ ਤਾਂ ਹੈਗਾ ਚੁੱਕ ਨਹੀਂ ਰਿਹਾ। ਫਰਕ ਇੰਨਾ ਹੈ ਕਿ ਦੀਪ ਦਾ ਨਲਕਾ ਪਹਿਲਾਂ ਪਾਣੀ ਚੁੱਕ ਗਿਆ, ਉਸਨੇ ਪਹਿਲਾਂ ਉਹਨਾਂ ਅੰਦਰੂਨੀ ਗੱਲਾਂ ਨੂੰ ਸਾਹਮਣੇ ਲੈ ਆਂਦਾ, ਸਾਡਾ ਨਲਕਾ ਅਜੇ ਪਾਣੀ ਨਹੀਂ ਚੁੱਕਣ ਦਿਆ। ਪਤਾ ਸਾਨੂੰ ਵੀ ਹੈ ਸਮੱਸਿਆ ਕੀ ਹੈ, ਸਾਡਾ ਪਿਛੋਕੜ ਕੀ ਹੈ। ਦੂਜੀ ਅਹਿਮ ਗੱਲ ਸਭ ਤੋਂ ਵੱਡੀ, ਸੰਤ ਜਰਨੈਲ ਸਿੰਘ ਦੇ ਸਮੇਂ ਵੀ ਮੰਗਾਂ ਨੇ ਅਨੰਦਪੁਰ ਸਾਹਿਬ ਦਾ ਮਤਾ, ਉਹੀ ਮੰਗਾਂ ਸੰਤ ਜਰਨੈਲ ਸਿੰਘ ਦੇ ਵਾਸਤੇ ਨੇ ਅਤੇ ਉਹੀ ਮੰਗਾਂ ਲੌਂਗੋਵਾਲ ਧੜੇ ਵਾਸਤੇ ਨੇ। ਮੰਗਾਂ ਤਾਂ ਉਹੀ ਨੇ ਜੀ, ਦੋਹਾਂ ਵਾਸਤੇ ਸਾਂਝੀ ਲੜਾਈ ਲੜੀ ਜਾ ਰਹੀ ਹੈ, ਪਰ ਸੰਤ ਜਰਨੈਲ ਸਿੰਘ ਹੁਣਾਂ ਦੀ ਸ਼ਖਸੀਅਤ ਇੰਨੀ ਉੱਚੀ ਕਿਉਂ ਹੈ? ਵੇਖਣਾ ਇਹ ਹੈ,
ਕਿਉਂਕਿ ਜਦੋਂ ਇੱਕ ਤੁਸੀਂ ਜਿਹੜੇ ਸਾਇੰਸ ਦੇ ਵਿਦਿਆਰਥੀ ਜਾਣਦੇ ਹੋਣਗੇ ਜਾਂ ਦਸਵੀਂ ਤੱਕ ਵੀ ਜਿਨ੍ਹਾਂ ਨੇ ਪੜ੍ਹਿਆ ਪਤਾ ਹੋਵੇਗਾ, ਇੱਕ ਤਿਕੋਨਾ ਸ਼ੀਸ਼ਾ ਹੁੰਦਾ, ਉਸਨੂੰ ਪ੍ਰਿਜ਼ਮ ਕਿਹਾ ਜਾਂਦਾ। ਅਤੇ ਜਦੋਂ ਸਾਨੂੰ ਇਹ ਦੱਸਿਆ ਜਾਂਦਾ ਨਾ ਕਿ ਰੌਸ਼ਨੀ ਜਿਹੜੀ ਹੈ ਇਹ 7 ਰੰਗਾਂ ਤੋਂ ਬਣੀ ਹੋਈ ਹੈ, ਅਤੇ ਉਸ ਸ਼ੀਸ਼ੇ ਦੇ ਵਿੱਚੋਂ ਦੀ ਲੰਘਾ ਕੇ ਸਾਨੂੰ ਸਮਝਾਇਆ ਜਾਂਦਾ ਕਿ ਆਹ ਵੇਖੋ ਇਹਦੇ ਵਿੱਚੋਂ ਅਸੀਂ ਰੌਸ਼ਨੀ ਲੰਘਾਈ ਹੈ ਅਤੇ ਇਹਦੇ 7 ਰੰਗ ਨੇ, ਜਿਸ ਨੂੰ ਵਿਬ ਗਾਇਰ ਕਿਹਾ ਜਾਂਦਾ। ਜਾਂ ਫਿਰ ਜਦੋਂ ਬਾਰਿਸ਼ ਹੁੰਦੀ ਹੈ ਅਤੇ ਬਾਰਿਸ਼ ਹੋਣ ਤੋਂ ਬਾਅਦ ਬਿਲਕੁਲ ਮਿੱਟੀ ਘੱਟਾ ਬਹਿ ਜਾਂਦਾ ਹੈ ਅਤੇ ਅਸਮਾਨ ਦੇ ਵਿੱਚ ਜਿਹੜੀਆਂ ਲਮਕੀਆਂ ਹੋਈਆਂ ਪਾਣੀ ਦੀਆਂ ਬੂੰਦਾਂ ਨੇ ਬਿਲਕੁਲ ਕ੍ਰਿਸਟਲ ਕਲੀਅਰ ਬਿਲਕੁਲ ਸਾਫ਼ ਰਹਿ ਜਾਂਦੀਆਂ ਨੇ, ਅਤੇ ਫਿਰ ਰੇਨਬੋ ਬਣਦੀ ਹੈ ਜਿਹਨੂੰ ਅਸੀਂ 7 ਪੀਂਘ ਕਹਿੰਦੇ ਹਾਂ। ਹੁਣ ਉਸ 7 ਪੀਂਘ ਦੇ ਬਣਨ ਦੇ ਵਾਸਤੇ ਜਾਂ ਪ੍ਰਿਜ਼ਮ ਦੇ ਵਿੱਚੋਂ ਰੌਸ਼ਨੀ ਦੇ ਰੰਗ ਵੇਖਣ ਦੇ ਵਾਸਤੇ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇੱਕ ਸਾਫ਼ ਸ਼ੀਸ਼ਾ ਅਤੇ ਇੱਕ ਪਿੱਛੇ ਦਾ ਪ੍ਰਕਾਸ਼। ਜਿੰਨਾ ਚਿਰ ਇਹ ਦੋ ਚੀਜ਼ਾਂ ਨਹੀਂ ਹੈ ਉਹਨਾਂ 'ਤੇ ਅਸੀਂ ਕਰ ਹੀ ਨਹੀਂ ਸਕਦੇ। ਜੇ ਲੀਡਰਸ਼ਿਪ ਦਾ ਸ਼ੀਸ਼ਾ ਧੁੰਦਲਾ ਹੈ, ਉਹਦੇ ਵਿੱਚੋਂ ਚਿੱਟੀ ਲਾਈਟ ਚਿੱਟੀ ਨਿਕਲ ਜਾਵੇਗੀ, ਐਨਾਲਾਈਜ਼ ਨਹੀਂ ਹੋਵੇਗੀ, ਕਦੀ ਐਨਾਲਾਈਜ਼ ਨਹੀਂ ਹੋਵੇਗੀ। ਹੁਣ ਉਹੀ ਸਮੱਸਿਆ ਹੈ ਕਿ ਜਿਹੜੀ ਸਾਡੀ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਹੈ ਉਹ ਕਹਿੰਦੀ ਹੈ ਕਿ ਇੰਨੀਆਂ ਕੁ ਸਮੱਸਿਆਵਾਂ ਨੇ ਅਤੇ ਇਹ ਮਿਲ ਜਾਣ ਅਤੇ ਮਸਲਾ ਹੱਲ ਹੋ ਜਾਵੇਗਾ, ਅਤੇ ਉਹਨਾਂ ਦੇ ਵਿੱਚੋਂ ਬਹੁਤੀਆਂ ਤਾਂ ਮਿਲ ਚੁੱਕੀਆਂ ਨੇ, ਮਸਲਾ ਹੱਲ ਅਜੇ ਵੀ ਨਹੀਂ ਹੋਇਆ। ਦਰਬਾਰ ਸਾਹਿਬ ਦੇ ਉੱਪਰ ਟ੍ਰੇਨ ਚੱਲ ਚੁੱਕੀ ਹੈ, ਇਹ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਸੀ। ਦਰਬਾਰ ਸਾਹਿਬ ਦੇ ਅੰਦਰੋਂ ਲਗਾਤਾਰ ਕੀਰਤਨ ਲਾਈਵ ਹੁੰਦਾ ਹੈ, ਇਹ ਵੀ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਸੀ। ਸੋ ਕਈ ਮੰਗਾਂ ਤਾਂ ਮੰਨੀਆਂ ਗਈਆਂ ਅਤੇ ਸਮੱਸਿਆ ਅਜੇ ਵੀ ਉੱਥੇ ਦੀ ਖੜ੍ਹੀ ਹੈ। ਉਹਦਾ ਕਾਰਨ ਕੀ ਸੀ ਕਿ ਜਿਹੜੇ ਸ਼ੀਸ਼ੇ 'ਚ ਉਹ ਵੇਖ ਰਹੇ ਸੀ ਨਾ, ਉਹਦੇ 'ਚ ਉਹ ਕ੍ਰਿਸਟਲ ਕਲੈਰਿਟੀ ਨਹੀਂ ਸੀ। ਪਰ ਜਦੋਂ ਸੰਤ ਜਰਨੈਲ ਸਿੰਘ ਉਸੇ ਸਮੱਸਿਆ ਨੂੰ ਇਸ ਆਪਣੇ ਪ੍ਰਿਜ਼ਮ ਦੇ ਵਿੱਚੋਂ ਦੀ ਵੇਖਦੇ ਸੀ ਅਤੇ ਕਹਿੰਦੇ ਸੀ ਕਿ ਜਿਹੜੀ ਰੌਸ਼ਨੀ ਆ ਰਹੀ ਹੈ ਉਹ ਆਜ਼ਾਦੀ ਦੀ ਹੈ ਅਤੇ ਇਹਦਾ ਹੱਲ ਵੀ ਆਜ਼ਾਦੀ ਹੈ, ਪਰ ਉਹਨਾਂ ਚਿਰ ਤੱਕ ਮਿਲ ਨਹੀਂ ਸਕਦੀ ਜਿੰਨਾ ਚਿਰ ਤੱਕ ਗੁਲਾਮੀ ਦਾ ਅਹਿਸਾਸ ਨਾ ਹੋਵੇ। ਗੱਲ ਇੱਥੇ ਖੜ੍ਹੀ ਸੀ, ਉਹ ਅਗਲੀ ਗੱਲ ਕਰ ਰਹੇ ਸੀ ਜਿਹੜੀ ਸਾਨੂੰ ਅੱਜ ਮਹਿਸੂਸ ਹੋ ਰਹੀ ਹੈ। ਅੱਜ ਵੇਖੋ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨਾਂ ਸੀ, ਉਹਨਾਂ ਦੇ ਵੀ ਬਹੁਤ ਸਾਰੇ ਆਗੂ ਬਾਅਦ ਦੇ ਵਿੱਚ ਆਪਣੀਆਂ ਸਟੇਜਾਂ ਤੋਂ ਇਹ ਗੱਲ ਕਰਦੇ ਨੇ ਕਿ ਇਹ ਸਾਡੀ ਹੋਣ ਦੀ ਗੱਲ ਹੈ। ਬਹੁਤ ਤੁਸੀਂ ਕਿਸਾਨ ਲੀਡਰਾਂ ਨੂੰ ਸੁਣਿਆ ਹੋਵੇਗਾ, ਪਰ ਇਹ ਗੱਲ ਆਰੰਭ ਦੇ ਵਿੱਚ ਨਹੀਂ ਆਈ ਜਦੋਂ ਪੰਜਾਬ ਦੀ ਨੌਜਵਾਨੀ ਦੇ ਅੰਦਰ ਇਸ ਪ੍ਰਸੰਗ ਨੂੰ, ਮੁਹਾਵਰੇ ਨੂੰ ਸਿਰਜ ਦਿੱਤਾ ਗਿਆ, ਫਿਰ ਇਹ ਗੱਲ ਹੋਣ ਦੀ ਜੰਗ ਦੇ ਉੱਪਰ ਆ ਗਈ। ਹੁਣ ਇਹੀ ਗੱਲ ਸੀ ਕਿ ਦੀਪ ਸਿੱਧੂ ਦੇ ਨਾਲ ਜਿੰਨੀ ਮੇਰੀ ਚਰਚਾ ਹੁੰਦੀ ਸੀ ਕਿਸਾਨੀ ਮੁੱਦਿਆਂ ਦੇ ਬਾਰੇ, ਤਾਰੀਖ ਦੇ ਬਾਰੇ, ਇਤਿਹਾਸ ਦੇ ਬਾਰੇ, ਤਾਂ ਜਿਹੜੇ ਇਹ 3 ਕਾਲੇ ਕਾਨੂੰਨ ਸੀ, ਚਾਹੇ ਉਹ ਟ੍ਰੇਡ ਐਂਡ ਕਮਰਸ ਐਕਟ ਸੀ, ਚਾਹੇ ਅਸੈਂਸ਼ਨਲ ਅਕੋਮੋਡਿਟੀ ਐਕਟ ਦੇ ਵਿੱਚ ਅਮੈਂਡਮੈਂਟਸ ਦੀ ਗੱਲ ਸੀ, ਜਾਂ ਫਿਰ ਕੰਟਰੈਕਟ ਫਾਰਮਿੰਗ ਦੀ ਗੱਲ ਸੀ, ਉਹ ਇਹਨਾਂ ਸਾਰਿਆਂ ਨੂੰ ਸਮਝਦਾ ਸੀ। ਪਰ ਜਦੋਂ ਉਸ ਸਾਰੀ ਸਮੱਸਿਆ ਨੂੰ ਉਹ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਵੇਖਦਾ ਸੀ ਨਾ, ਜਿਹੜੀ ਮੈਂ ਕਹਿੰਦਾ ਰੌਸ਼ਨੀ, ਅਤੇ ਉਸ ਰੌਸ਼ਨੀ ਦੇ ਵਿੱਚੋਂ ਜਿਹੜਾ ਉਹਦਾ ਸ਼ੁੱਧ ਹਿਰਦਾ, ਉਹਦਾ ਜਿਹੜਾ ਸੱਚਾ ਮਨ ਹੈ, ਜਦੋਂ ਉਹ ਐਨਾਲਾਈਜ਼ ਕਰਦਾ ਸੀ ਨਾ, ਤਾਂ ਉਹ ਕਹਿੰਦਾ ਸੀ ਬਾਈ ਜੀ, ਜਿੰਨਾ ਚਿਰ ਤੱਕ ਤੁਹਾਡੇ ਕੋਲ ਸੱਤਾ ਨਹੀਂ ਆ, ਤਾਕਤ ਨਹੀਂ ਆ, ਬਿੱਲ ਆ ਜਾਣਗੇ, ਵਾਪਸ ਕਰਾ ਲਵਾਂਗੇ ਅਤੇ ਫਿਰ ਆ ਜਾਣਗੇ। ਸਾਨੂੰ ਹੋਣ ਦੀ ਜੰਗ ਲਈ ਲੜਨਾ ਪੈਣਾ, ਸਾਨੂੰ ਇਸ ਤੋਂ ਅੱਗੇ ਹੋ ਕੇ ਸੋਚਣਾ ਪੈਣਾ। ਬਸ ਆਹ ਫਰਕ ਸੀ, ਆਹ ਇੱਕ ਅਹਿਮ ਫਰਕ ਸੀ ਕਿ ਉਹ ਇਸ ਸਮੱਸਿਆ ਨੂੰ ਉਸ ਰੂਪ ਦੇ ਵਿੱਚ ਵੇਖ ਰਿਹਾ ਸੀ ਜੋ ਸਾਨੂੰ ਗੁਰੂ ਸਾਹਿਬ ਨੇ ਦੱਸ ਦਿੱਤਾ ਸੀ ਕਿ ਬਾਜ਼ ਨੂੰ ਬਾਜ਼ ਦੇ ਰੂਪ 'ਚ ਨਾ ਵੇਖੋ, ਬਾਜ਼ ਨੂੰ ਪੰਛੀ ਦੇ ਰੂਪ 'ਚ ਨਾ ਵੇਖੋ, ਇਹਨੂੰ ਭਵਿੱਖ ਦੇ ਤਾਜ ਦੇ ਰੂਪ 'ਚ ਵੇਖੋ। ਸੋ ਬਸ ਆਹ ਅਹਿਮ ਅੰਤਰ ਸੀ, ਉਸ ਨੇ ਇਸ ਵਿਚਾਰਧਾਰਾ ਨੂੰ ਸਮਝਿਆ, ਉਹ ਇਸ ਵਿਚਾਰਧਾਰਾ ਨੂੰ ਪ੍ਰਣਾਇਆ ਗਿਆ। ਔਰ ਇਸੇ ਕਰਕੇ ਹੀ ਅੱਜ ਜੇ ਨੌਜਵਾਨੀ ਉਸ ਦੇ ਅੰਦਰੋਂ ਨਿਕਲੀ ਹੂਕ ਨੂੰ ਸਮਝਣ ਦੇ ਸਮਰੱਥ ਹੋਈ ਹੈ। ਔਰ ਇਹ ਵਰਤਾਰੇ ਜਿਹੜੇ ਸੀਗੇ ਬੜੇ ਸੂਖਮ ਸੀ, ਇਹਨਾਂ ਨੂੰ ਸੌਖੀ ਸ਼ਬਦਾਵਲੀ ਦੇ ਵਿੱਚ ਉਹ ਨੌਜਵਾਨਾਂ ਦੇ ਵਿੱਚ ਲੈ ਕੇ ਆਇਆ। ਸ਼ਖਸੀਅਤਾਂ ਸਰੀਰ ਕਰਕੇ ਚੱਲੀਆਂ ਜਾਂਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਦੀਪ ਵੀ ਸਰੀਰ ਕਰਕੇ ਸਾਡੇ 'ਚ ਨਹੀਂ ਹੈ, ਸਰੀਰ ਕਰਕੇ ਨਹੀਂ ਹੈ, ਪਰ ਜਿਹੜਾ ਉਸਨੇ ਨੌਜਵਾਨੀ ਦੀ ਜ਼ਮੀਰ ਨੂੰ ਟੁੰਬ ਕੇ ਇਹ ਗੱਲ ਭਰ ਦਿੱਤੀ ਹੈ ਨਾ ਕਿ ਗੱਲ ਹੋਂਦ ਦੀ ਹੈ,
ਇਹ ਬਿਲਕੁਲ ਉਸੇ ਤਰ੍ਹਾਂ ਦਾ ਵਰਤਾਰਾ। ਮੈਂ ਹੁਣ ਤੁਹਾਨੂੰ ਫਿਰ ਇੱਕ 1984 ਦੇ ਇੱਕ ਘਟਨਾਕ੍ਰਮ ਦਾ ਦੱਸਦਾ। ਇੱਕ ਵਿਦੇਸ਼ੀ ਪੱਤਰਕਾਰ 1984 ਦੇ ਘੱਲੂਘਾਰੇ ਤੋਂ ਫੌਰਨ ਬਾਅਦ ਅੰਮ੍ਰਿਤਸਰ ਆਉਂਦੀ ਹੈ। ਹੁਣ ਜਦੋਂ ਉਹ ਪੜ੍ਹ ਕੇ ਆਈ ਹੈ, ਐਂਥਰੋਪੋਲੋਜਿਸਟ ਸੀਗੀ ਉਹ, ਜਦੋਂ ਪੜ੍ਹ ਕੇ ਆਈ ਹੈ ਤਾਂ ਇਹ ਮੋਰਚਾ ਲਾਇਆ ਕਿੰਨੇ, ਮੋਰਚੇ ਦਾ ਲੀਡਰ ਕੌਣ, ਸਾਰੀਆਂ ਜਿਹੜੀਆਂ ਲਿਖਤਾਂ ਦੇ ਵਿੱਚ ਮੋਰਚੇ ਦੀ ਜ਼ਿੰਮੇਵਾਰੀ ਦੀਆਂ ਜਿੰਨੀਆਂ ਵੀ ਪਰਿਭਾਸ਼ਾਵਾਂ ਨੇ ਉਹ ਤਾਂ ਸਾਰੀਆਂ ਅਕਾਲੀ ਲੀਡਰਸ਼ਿਪ ਦੇ ਕੋਲ ਨੇ। ਪਰ ਜਦੋਂ ਉਹ ਆ ਕੇ ਵੇਖਦੀ ਹੈ ਕਿ ਹਰ ਦੁਕਾਨ ਦੇ ਉੱਪਰ, ਹਰ ਸਟਾਲ ਦੇ ਉੱਪਰ ਫੋਟੋ ਸੰਤ ਜਰਨੈਲ ਸਿੰਘ ਦੀ ਵਿਕ ਰਹੀ ਹੈ, ਵੇਖੋ ਜਿਹੜੇ ਲੀਡਰ ਜਿਨ੍ਹਾਂ ਨੇ ਧਰਮ ਜਦੋਂ ਮੋਰਚਾ ਸ਼ੁਰੂ ਕੀਤਾ ਉਹ ਹੋਰ ਨੇ, ਅਤੇ ਤਸਵੀਰ ਸੰਤ ਜਰਨੈਲ ਸਿੰਘ ਦੀ ਵਿਕ ਰਹੀ ਹੈ। ਉਹ ਸਵਾਲ ਕਰਦੀ ਹੈ, ਟਕਸਾਲ ਦੇ ਇੱਕ ਬਜ਼ੁਰਗ ਸਿੰਘ ਸੀਗੇ, ਉਹਨਾਂ ਨੂੰ ਸਵਾਲ ਕਰਦੀ ਹੈ, ਕਹਿੰਦੀ ਮੇਰਾ ਇੱਕ ਸਵਾਲ ਹੈ ਕਿ ਜਿਹੜੇ ਇਸ ਮੋਰਚੇ ਦੇ ਜ਼ਿੰਮੇਵਾਰ ਸ਼ਖਸੀਅਤਾਂ ਸਨ ਉਹਨਾਂ ਦੀ ਤਸਵੀਰ ਤਾਂ ਮੈਂ ਕਿਸੇ ਸਟਾਲ 'ਤੇ ਨਹੀਂ ਵੇਖ ਰਹੀ, ਪਰ ਸੰਤ ਜਰਨੈਲ ਸਿੰਘ ਦੀ ਤਸਵੀਰ ਕਿਉਂ ਵਿਕ ਰਹੀ ਹੈ? ਉਹਨਾਂ ਦਾ ਜਵਾਬ ਬੜਾ ਪਿਆਰਾ ਸੀ, ਕਹਿੰਦੇ ਤਸਵੀਰਾਂ ਉਹਨਾਂ ਦੀਆਂ ਵਿਕਦੀਆਂ ਜਿਨ੍ਹਾਂ ਦੀਆਂ ਜ਼ਮੀਰਾਂ ਨਹੀਂ ਵਿਕਦੀਆਂ, ਅਤੇ ਜਿਨ੍ਹਾਂ ਦੀਆਂ ਜ਼ਮੀਰਾਂ ਵਿਕ ਜਾਂਦੀਆਂ ਉਹਨਾਂ ਦੀ ਕਦੀ ਤਸਵੀਰ ਨਹੀਂ ਵਿਕਦੀ। ਇਹ ਇੱਕ ਬੜੀ ਅਹਿਮ ਗੱਲ ਹੈ। ਹੁਣ ਸੰਤ ਜਰਨੈਲ ਸਿੰਘ ਦੀ ਤਸਵੀਰ ਕਿਉਂ ਵਿਕੀ, ਕਿਉਂ ਸਾਡੀ ਨੌਜਵਾਨੀ ਦੇ ਨਾਇਕ ਬਣੇ, ਕਿਉਂ ਨੌਜਵਾਨ, ਚਾਹੇ ਨੌਜਵਾਨ ਮੋਨਾ ਘੋਨਾ ਵੀ ਹੋਵੇ, ਕੰਨ ਦੇ ਵਿੱਚ ਮੁੰਦੀਆਂ ਪਾਈਆਂ ਹੋਣ, ਕਿਤੇ ਨਾ ਕਿਤੇ ਉਹਦੀ ਗੱਡੀ ਦੇ ਉੱਪਰ ਵੀ ਸੰਤ ਜਰਨੈਲ ਸਿੰਘ ਦੀ ਤਸਵੀਰ ਲੱਗੀ ਹੁੰਦੀ ਹੈ? ਕਿਉਂ? ਕਿਉਂਕਿ ਸੰਤ ਜਰਨੈਲ ਸਿੰਘ ਨੇ ਉਸ ਸਮੇਂ ਦੇ ਪ੍ਰਸੰਗ ਦੇ ਵਿੱਚ ਇੱਕ ਨਵੇਕਲਾ ਮੁਹਾਵਰਾ ਸਿਰਜ ਦਿੱਤਾ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਹੁਣ ਇਸੇ ਕਰਕੇ, ਇਸੇ ਰੂਪ ਦੇ ਵਿੱਚ, ਇਸੇ ਸ਼ੈਲੀ ਦੇ ਵਿੱਚ ਦੀਪ ਸਿੱਧੂ ਇੱਕ ਮੁਹਾਵਰਾ ਸਿਰਜ ਕੇ ਗਿਆ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ, ਵਕਤ ਤੋਂ ਪਹਿਲਾਂ ਚਲਾ ਗਿਆ, ਪਰ ਇਹ ਵੀ ਉਹਦੇ ਹੁਕਮ ਦੇ ਵਿੱਚ ਹੈ, ਅਸੀਂ ਇਹ ਨਹੀਂ ਕਹਿ ਸਕਦੇ ਮਾੜਾ ਹੋਇਆ, ਉਹਦੇ ਹੁਕਮ ਦੇ ਵਿੱਚ ਹੈ। ਪਰ ਇੱਕ ਦਿਨ ਅਸੀਂ ਇੱਕ ਦੋਵੇਂ ਇੱਕੋ ਗੱਡੀ 'ਚ ਬੈਠੇ ਸੀ, ਮੈਂ ਗੱਡੀ ਚਲਾ ਰਿਹਾ ਸੀ, ਦੀਪ ਮੇਰੇ ਕੋਲ ਬੈਠਾ ਸੀ, ਕੋਈ ਗੱਲਬਾਤ ਹੋਈ ਪੰਥਕ ਲੀਡਰਸ਼ਿਪ ਦੇ ਬਾਰੇ। ਤਾਂ ਮੈਨੂੰ ਉਸਨੇ ਇੱਕ ਗੱਲ ਕਹੀ, ਕਿਉਂਕਿ ਅਸੀਂ ਜਿੱਥੇ ਜਾਣਾ ਸੀ ਅਤੇ ਮੈਨੂੰ ਸੀਗਾ ਕਿ ਸ਼ਾਇਦ ਉੱਥੇ ਪ੍ਰਬੰਧਕਾਂ ਦੇ ਵੱਲੋਂ ਸਤਿਕਾਰ ਕੀਤਾ ਜਾਵੇਗਾ ਬਤੌਰ ਪੰਥਕ ਲੀਡਰ, ਅਤੇ ਮੈਂ ਕਿਹਾ ਦੀਪ ਪੰਥਕ ਲੀਡਰ ਦੇ ਤੌਰ 'ਤੇ ਤੇਰਾ ਸਤਿਕਾਰ ਹੋਣਾ ਹੈ। ਪਰ ਕਹਿੰਦਾ, ਬਾਈ ਜੀ ਮੈਂ ਸਮਝਦਾ, ਮੈਂ ਅਜੇ ਪੰਥ ਦਾ ਲੀਡਰ ਖਾਉਣ ਦੇ ਕਾਬਲ ਨਹੀਂ ਹੈਗਾ, ਮੈਂ ਉਸ ਦਿਨ ਕਾਬਲ ਹੋਵਾਂਗਾ ਜਿਸ ਦਿਨ ਮੈਂ ਸਾਬਤ ਸੂਰਤ ਹੋ ਕੇ ਗੁਰੂ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਲੈ ਲਵਾਂਗਾ। ਸੋ ਭਵਿੱਖ ਦੇ ਵਿੱਚ ਇਸ ਦੀਪ ਸਿੱਧੂ ਨੇ ਸੰਦੀਪ ਸਿੰਘ ਖਾਲਸਾ ਜਾਂ ਸੰਦੀਪ ਸਿੰਘ ਸਿੱਧੂ ਕਿਵੇਂ ਬਣਨਾ ਸੀ, ਇਸ ਸਵਾਲ ਦੇ ਜਵਾਬ ਤਾਂ ਭਵਿੱਖ ਦੇ ਗਰਭ ਦੇ ਵਿੱਚ ਪਏ ਆ, ਜਿਹੜੇ ਹੁਣ ਸਾਡੇ ਕੋਲ ਜਵਾਬ ਨਹੀਂ ਹੈਗੇ, ਕਿਉਂਕਿ ਉਹ ਜਾ ਚੁੱਕਾ। ਪਰ ਉਹਦੇ ਮਨ ਦੇ ਵਿੱਚ ਇੱਕ ਤਾਂਘ ਸੀ, ਔਰ ਉਸੀ ਤਾਂਘ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਿੱਖ ਇਤਿਹਾਸ ਦਾ ਮੁਲਾਂਕਣ ਕਰਨ ਦੇ ਵਾਸਤੇ ਉਸਨੂੰ ਮਜਬੂਰ ਕਰਦੀ ਸੀ। ਮੇਰੀ ਉਹਦੇ ਨਾਲ ਸਾਂਝ ਇਤਿਹਾਸਕਾਰੀ ਕਰਕੇ ਸੀ, ਕਿਉਂਕਿ ਉਹ ਬਾਰ ਬਾਰ ਇਤਿਹਾਸ ਦੇ ਉੱਪਰ ਸਵਾਲ ਪੁੱਛਿਆ ਕਰਦਾ ਸੀ। ਔਰ ਮੈਂ ਕਈ ਵਾਰੀ ਵੇਖਦਾ ਹੁੰਦਾ ਕਿ ਸਾਡੇ ਨੌਜਵਾਨ ਵੀਰ ਇਤਿਹਾਸ ਦੇ ਉੱਪਰ ਕੋਈ ਸਵਾਲ ਪੁੱਛਣਾ ਹੋਵੇ, ਇੱਕ ਵਾਰੀ ਫੋਨ ਕਰਨਗੇ, ਦੋ ਵਾਰੀ ਫੋਨ ਕਰਨਗੇ, ਮੰਨ ਲਓ ਹੁਣ ਮੈਂ ਵਿਖਿਆਨ ਕਰ ਰਿਹਾ ਅਤੇ ਮੇਰਾ ਫੋਨ ਬੰਦ ਹੈ, ਅਤੇ ਉਹਨਾਂ ਦਾ ਤੀਜੀ ਵਾਰੀ ਮੈਸੇਜ ਹੋਊਗਾ, ਜੀ ਤੁਸੀਂ ਬੜਾ ਮਾਣ ਕਰਦੇ ਹੋ, ਤੁਹਾਨੂੰ ਦੋ ਵਾਰੀ ਫੋਨ ਕੀਤੇ, ਤੁਸੀਂ ਫੋਨ ਨਹੀਂ ਚੁੱਕਿਆ। ਪਰ ਮੈਂ ਕਈ ਵਾਰੀ ਵੇਖਦਾ ਸੀ ਸਵਾਲ ਛੋਟਾ ਜਿਹਾ ਹੁੰਦਾ ਸੀ ਅਤੇ ਦੀਪ ਨੇ 24-25 ਵਾਰ ਮਿਸ ਕਾਲ ਕੀਤੀਆਂ ਹੋਣੀਆਂ। ਮੈਂ ਉਹਨੂੰ ਮੈਸੇਜ ਕਰਨਾ, ਦੀਪ ਕੀ ਗੱਲ ਸੀ, ਅਤੇ ਉਹਨੇ ਕਹਿਣਾ, ਬਾਈ ਜੀ ਇਤਿਹਾਸ ਦੇ ਬਾਰੇ ਥੋੜ੍ਹਾ ਜਿਹਾ ਨੁਕਤਾ ਸੀ, ਇਹ ਸਪਸ਼ਟ ਕਰ ਦਿਓ। ਪਰ ਜਿੰਨਾ ਚਿਰ ਤੱਕ ਉਸ ਨੂੰ ਉਹ ਨੁਕਤਾ ਸਪਸ਼ਟ ਨਾ ਹੋਵੇ, ਉਹਨਾਂ ਚਿਰ ਤੱਕ ਉਹ ਗੱਲ ਕਰਦਾ ਨਹੀਂ ਸੀ। ਸਾਡੇ ਬਹੁਤ ਸਾਰੇ ਕਥਾਵਾਚਕ ਵੀ ਕਈ ਵਾਰੀ ਬਿਨਾਂ ਕਿਸੇ ਗੱਲ ਦੀ ਸਟੱਡੀ ਕੀਤਿਆਂ ਗੱਲ ਸਾਂਝੀ ਕਰ ਦਿੰਦੇ ਨੇ, ਪਰ ਉਹ ਇਸ ਤਰ੍ਹਾਂ ਕਰਦਾ ਨਹੀਂ ਸੀ। ਇੱਕ ਦਿਨ ਦੀ ਗੱਲ ਹੈ, ਮੈਨੂੰ ਫੋਨ ਆਉਂਦਾ, ਕਹਿੰਦਾ ਕਿ ਮੈਂ ਕੋਈ ਖਾਸ ਗੱਲ ਕਰਨੀ ਹੈ ਅਤੇ ਤੁਸੀਂ ਮੇਰੇ ਕੋਲ ਲੁਧਿਆਣੇ ਆ ਜਾਓ। ਮੈਂ ਕਿਹਾ ਕਿ ਦੀਪ ਮੈਂ ਥੋੜ੍ਹਾ ਵਿਅਸਤ ਹਾਂ ਅਤੇ ਤੂੰ ਮੇਰੇ ਪਿੰਡ ਆ ਜਾ। ਕਹਿੰਦਾ ਨਹੀਂ, ਮੈਂ ਸਰਦਾਰ ਅਜਮੇਰ ਸਿੰਘ ਹੁਣਾਂ ਨੂੰ ਵੀ ਸੱਦਿਆ ਹੋਇਆ ਅਤੇ ਮੈਂ ਗੱਲ ਕੋਈ ਖਾਸ ਕਰਨੀ ਹੈ, ਤਾਂ ਮੈਂ ਵੀ ਸੋਚਿਆ ਕਿ ਸਰਦਾਰ ਅਜਮੇਰ ਸਿੰਘ ਨੂੰ ਸੱਦਿਆ ਤਾਂ ਕੁਦਰਤਨ ਕੋਈ ਖਾਸ ਸਵਾਲ
ਜਾਂ ਕੋਈ ਖਾਸ ਇਵੇਂ ਦੀ ਘਟਨਾ ਹੋਵੇਗੀ ਜਿਸ 'ਤੇ ਵਿਚਾਰ ਚਰਚਾ ਕਰਨ ਦੀ ਲੋੜ ਹੈ। ਜਦੋਂ ਅਸੀਂ ਮੈਂ ਅਤੇ ਸਰਦਾਰ ਜਮੇਰ ਸਿੰਘ ਉੱਥੇ ਪਹੁੰਚੇ, ਮੇਰੇ ਜਾਣ ਤੋਂ ਪਹਿਲਾਂ ਜਮੇਰ ਸਿੰਘ ਉੱਥੇ ਬੈਠੇ ਹੋਏ ਸੀ। ਮੈਂ ਜਾ ਕੇ ਬੈਠ ਗਿਆ, ਦੀਪ ਆ ਗਿਆ ਅਤੇ ਦੀਪ ਦਾ ਸਵਾਲ ਪਤਾ ਕੀ ਸੀ? ਕਹਿੰਦਾ ਸੀ ਕਿ ਜਿਹੜੀ ਅਵਚੇਤਨ ਮਨ ਦੇ ਵਿੱਚ ਸਿੱਖਾਂ ਦੀ ਰਾਜ ਕਰੇ ਦਾ ਖਾਲਸਾ ਦਾ ਜਿਹੜਾ ਸੰਕਲਪ ਪਿਆ, ਮੈਂ ਉਹਦੇ ਬਾਰੇ ਸਮਝਣਾ ਚਾਹੁੰਦਾ। ਲਗਾਤਾਰ 2-3 ਘੰਟੇ ਸਾਡੀਆਂ ਗੱਲਾਂ ਹੋਈਆਂ ਔਰ ਉਸ ਤੋਂ ਬਾਅਦ ਦੀਪ ਸਿੱਧੂ ਨੇ ਲਾਈਵ ਹੋ ਕੇ ਇਹ ਗੱਲ ਕੀਤੀ ਕਿ ਕਿਸਾਨ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨੀ ਦੇ ਅਵਚੇਤਨ ਮਨ ਦੇ ਵਿੱਚ ਜਿਹੜੀ ਧਾਰਮਿਕ ਵਿਚਾਰਧਾਰਾ ਪਈ ਹੈ ਨਾ, ਉਹੀ ਤੁਹਾਡੇ ਸੰਘਰਸ਼ ਦੀ ਤਾਕਤ ਹੈ। ਸੋ ਜਿੰਨਾ ਚਿਰ ਤੱਕ ਉਹ ਛੋਟੀ ਛੋਟੀ ਗੱਲ ਨੂੰ ਸਾਡੇ ਨਾਲ ਵਿਚਾਰ ਨਹੀਂ ਸੀ ਕਰਦਾ, ਔਰ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਅਸੀਂ ਉਸ ਨੂੰ ਸਿਖਾਇਆ ਨਹੀਂ, ਉਸ ਤੋਂ ਬਹੁਤ ਕੁਝ ਸਿੱਖਿਆ। ਸਿੱਖਿਆ ਇਹ ਹੈ ਕਿ ਜਿਹੜੇ ਸਵਾਲ ਉਹ ਕਰਦਾ ਸੀ, ਕਈ ਵਾਰੀ ਸਾਨੂੰ ਵੀ ਉਸਦੇ ਜਵਾਬਾਂ ਦੇ ਵਾਸਤੇ ਹੋਰ ਪੜ੍ਹਨਾ ਪੈਂਦਾ ਸੀ ਕਿ ਇਸ ਨੂੰ ਆਮ ਵਿਅਕਤੀ ਵਾਂਗ ਦੀਪ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਉਹਦੇ ਸਵਾਲ 'ਤੇ ਸਵਾਲ ਹੁੰਦੇ ਸੀ, ਸਵਾਲ 'ਤੇ ਸਵਾਲ ਹੁੰਦੇ ਸੀ, ਉਸ ਨੂੰ ਇੰਨਾ ਸੌਖਿਆਂ ਸੰਤੁਸ਼ਟ ਨਹੀਂ ਸੀ ਕੀਤਾ ਜਾਂਦਾ। ਔਰ ਕਈ ਵਾਰੀ ਮੈਂ ਅਕਸਰ ਕਈ ਵਾਰੀ ਜਦੋਂ ਉਹਨੇ ਲਾਈਵ ਹੋ ਕੇ ਹਟਣਾ ਅਤੇ ਬਾਅਦ 'ਚ ਉਹਦਾ ਮੈਸੇਜ ਆਉਣਾ, ਸਰ ਕਿਵੇਂ ਸੀ, ਅਤੇ ਮੈਂ ਸਰਦਾਰ ਅਜਮੇਰ ਸਿੰਘ ਹੁਣਾਂ ਨੂੰ ਫੋਨ ਕਰਨਾ, ਕਹਿੰਦੇ ਯਾਰ ਇੰਨਾ ਵਧੀਆ ਤਾਂ ਅਸੀਂ ਵੀ ਪੇਸ਼ ਨਹੀਂ ਸੀ ਕਰ ਸਕਦੇ, ਇਹ ਗੱਲ ਇੰਨੇ ਵਧੀਆ ਤਰੀਕੇ ਦੇ ਨਾਲ ਤਾਂ ਅਸੀਂ ਵੀ ਨਹੀਂ ਸੀ ਰੱਖ ਸਕਦੇ, ਹਾਲਾਂਕਿ ਅਸੀਂ ਇਸ ਦੇ ਬਾਰੇ ਪੜ੍ਹਿਆ ਹੋਇਆ ਸੀ। ਸੋ ਇਹ ਉਸ ਦੀ ਇੱਕ ਖੂਬੀ ਸੀ। ਦੂਸਰੀ ਗੱਲ, ਉਸਨੇ ਆਪਣੇ ਆਖਰ ਦੇ ਵਿੱਚ ਵੀ ਅਤੇ ਕਿਸਾਨ ਸੰਘਰਸ਼ ਦੇ ਦੌਰਾਨ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਮੇਜ਼ ਦੇ ਉੱਪਰ ਤਾਂ ਬਲਸ਼ਾਲੀ ਹੋ, ਤੁਸੀਂ ਗੱਲਬਾਤ ਦੇ ਟੇਬਲ ਦੇ ਉੱਪਰ ਤਾਂ ਬਲਵਾਨ ਹੋ ਜੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਬਲਦਾ, ਜੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਕਮਜ਼ੋਰ ਹੋ, ਦੁਸ਼ਮਣ ਤੁਹਾਨੂੰ ਕਦੇ ਵੀ ਗੱਲਬਾਤ ਵਾਸਤੇ ਸੱਦਾ ਨਹੀਂ ਦਿੰਦਾ ਜਿੰਨਾ ਚਿਰ ਤੁਹਾਡੇ ਕੋਲ ਤਾਕਤ ਨਹੀਂ ਹੈ। ਇਹ ਗੱਲ ਨਵੀਂ ਨਹੀਂ ਹੈ, ਇਸ ਨੂੰ ਇਸ ਮੁਹਾਵਰੇ ਦੇ ਵਿੱਚ ਸਿਰਜਿਆ ਗਿਆ, ਪਰ ਇਹ ਸਾਡੇ ਇਤਿਹਾਸ ਦੀਆਂ ਗਹਿਰਾਈਆਂ ਦੇ ਵਿੱਚ ਪਈ ਸੀ। ਅਹਿਮਦ ਸ਼ਾਹ ਅਬਦਾਲੀ ਨੇ ਮਰੱਟਿਆਂ ਨੂੰ ਹਰਾਇਆ ਹੈ ਪਾਣੀਪਤ ਦੇ ਮੈਦਾਨ ਦੇ ਵਿੱਚ, ਉਸ ਤੋਂ ਬਾਅਦ 10-11 ਸਾਲ ਮਰੱਟੇ ਅੱਖ ਨਹੀਂ ਚੁੱਕ ਸਕੇ, ਅਤੇ ਅਹਿਮਦ ਸ਼ਾਹ ਅਬਦਾਲੀ ਨੇ ਮਰੱਟਿਆਂ ਨੂੰ ਗੱਲਬਾਤ ਕਰਨ ਦੇ ਵਾਸਤੇ ਟੇਬਲ ਟਾਕ ਲਈ ਸੱਦਿਆ ਵੀ ਨਹੀਂ। ਦੂਸਰੇ ਪਾਸੇ ਦਿੱਲੀ ਦਾ ਬਾਦਸ਼ਾਹ ਸ਼ਾਹ ਮੁਹੰਮਦ, ਉਸ ਨੂੰ ਜਿੱਤਿਆ ਗੱਲਬਾਤ ਕਰਨ ਦੇ ਵਾਸਤੇ ਸੱਦਿਆ ਨਹੀਂ, ਉਹਦੇ ਨਾਲ ਚਰਚਾ ਨਹੀਂ ਕਰਨੀ ਚਾਹੀ। ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਫਰਵਰੀ 1762 ਦੇ ਵਿੱਚ ਕੋਪਰ ਹੀੜੇ ਦੇ ਮੈਦਾਨ ਦੇ ਵਿੱਚ ਸਿੰਘਾਂ ਨੂੰ ਲੜਦੇ ਵੇਖਦਾ ਹੈ, ਅਤੇ ਦੁਪਹਿਰ ਤੋਂ ਬਾਅਦ ਤੁਹਾਨੂੰ ਪਤਾ ਹੋਵੇਗਾ ਤਾਰੀਖ ਨੂੰ ਪੜ੍ਹ ਕੇ ਵੇਖ ਲਿਓ, ਅਬਦਾਲੀ ਆਪ ਮੈਦਾਨੇ ਜੰਗ ਦੇ ਵਿੱਚ ਨਹੀਂ ਆਇਆ, ਰੁਸਤਮ ਖਾਨ ਲੜਦਾ ਰਿਹਾ ਹੈ, ਭੀਖਨ ਖਾਨ ਲੜਦਾ ਰਿਹਾ ਹੈ, ਜੈਨ ਖਾਨ ਲੜਦਾ ਰਿਹਾ ਹੈ, ਲਕਸ਼ਮੀ ਨਾਰਾਇਣ ਲੜਦਾ ਰਿਹਾ ਹੈ, ਮੁਰਤਜ਼ਾ ਖਾਨ ਮੰਝ ਲੜਦਾ ਰਿਹਾ ਹੈ, ਉਹਦੇ ਜਰਨੈਲ ਨਾਸਰ ਖਾਨ ਲੜਦਾ ਰਿਹਾ, ਉਹਦੇ ਜਰਨੈਲ ਲੜਦੇ ਰਹੇ ਨੇ, ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਸਾਹਮਣੇ ਆ ਕੇ ਨਹੀਂ ਲੜਿਆ। ਅਤੇ ਕੁਤਬਾ ਬਾਹਮਣੀਆਂ ਤੱਕ ਜਦੋਂ ਜੰਗ ਹੁੰਦੀ ਗਈ ਹੈ, ਅਖੀਰ 'ਤੇ ਜਾ ਕੇ ਜਦੋਂ ਇੱਕੋ ਹੀ ਛੱਪੜੀ ਪਾਣੀ ਦੀ ਢਾਬ, ਉਹਦੇ ਕੰਢੇ ਸਿੱਖ ਵੀ ਪਾਣੀ ਪੀ ਰਹੇ ਨੇ ਅਤੇ ਅਬਦਾਲੀ ਦੀਆਂ ਫੌਜਾਂ ਵੀ ਪਾਣੀ ਪੀ ਰਹੀਆਂ ਨੇ, ਉਹ ਹੰਬੀਆਂ ਹੋਈਆਂ ਨੇ, ਉਹ ਮਾਨਸਿਕ ਤੌਰ 'ਤੇ ਟੁੱਟ ਚੁੱਕੀਆਂ ਨੇ, ਪਰ ਉਸੇ ਸ਼ਾਮ ਨੂੰ ਸਿੱਖਾਂ ਦਾ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ 30-40 ਲਾਸ਼ ਦੇ ਕੋਲ ਸਾਹਮਣੇ ਖੜ੍ਹਾ ਹੋ ਕੇ ਇਹ ਅਰਦਾਸ ਕਰ ਰਿਹਾ, ਪਾਤਸ਼ਾਹ ਤਤ ਖਾਲਸਾ ਰਹਿ ਗਇਓ ਗਇਓ ਸੋ ਖੋਟ ਗੁਆਏ। ਪਾਤਸ਼ਾਹ ਜਿਹੜੇ ਝੜਨ ਵਾਲੇ ਸੀ ਝੜ ਗਏ ਆ, ਜਿਹੜੇ ਰਹਿ ਗਏ ਉਹ ਸਵੇਰੇ ਲੜਨਗੇ, ਇਹ ਹੌਸਲਾ ਸੀ। ਔਰ ਇਹ ਜਿਹੜਾ ਤੁਹਾਡਾ ਮੈਦਾਨੀ ਜੰਗ ਦੇ ਵਿੱਚ ਜੂਝਣ ਦਾ ਅਤੇ ਤੁਹਾਡੀ ਲੀਡਰਸ਼ਿਪ ਦੀ ਜਿਹੜੀ ਮੈਦਾਨੀ ਜੰਗ ਦੇ ਵਿੱਚ ਨੈਤਿਕਤਾ ਦੀ ਜਿਹੜੀ ਤੁਹਾਡੀ ਕੁਆਲਿਟੀ ਸੀ, ਜਿਹੜੀ ਤੁਹਾਡੀ ਆਪਣੇ ਅਸੂਲਾਂ ਪ੍ਰਤੀ ਦ੍ਰਿੜਤਾ ਸੀ, ਇਸੇ ਜੰਗ ਦੇ ਵਿੱਚ ਲੜਦਿਆਂ ਲੜਦਿਆਂ, ਕਿਉਂਕਿ ਇਹ ਜਿਹੜੀ ਜੰਗ ਹੈ, ਇੱਕ ਹੁੰਦਾ ਸੀ ਕਿੰਨੇ ਮੈਦਾਨ ਮੱਲ ਕੇ ਲੜਨਾ, ਇਹ ਸੀ ਚੱਲ ਕੇ ਲੜਨਾ, ਮਿਸਲ ਮੰਡ ਅਬ ਕਬੇ ਨਾ ਪਾਵੋ, ਰਲ ਮਿਲ ਅੱਗੇ ਸ਼ਬਦਾਂ ਦਾ ਖੜ ਤੁਰ ਪੰਥ ਬਚਾਓ। ਇਹਦੇ ਵਿੱਚ ਸਿੱਖਾਂ ਨੂੰ ਅੱਗੇ ਵਧਣਾ ਵੀ ਪੈ ਰਿਹਾ ਸੀ ਅਤੇ ਨਾਲ ਲੜਨਾ ਵੀ ਪੈ ਰਿਹਾ ਸੀ। ਇੱਕ ਹੁੰਦੀ ਹੈ ਇੱਕ ਮੈਦਾਨ ਮਿਥ ਲਿਆ ਗਿਆ, ਉਸ ਮੈਦਾਨ ਦੇ ਵਿੱਚ ਲੜਾਈ ਹੋਵੇਗੀ ਦੋਵੇਂ ਫੌਜਾਂ ਆਹਮੋ ਸਾਹਮਣੇ, ਪਰ ਇੱਥੇ ਵਹੀਰ ਦੇ ਵਿਚਕਾਰ ਬੱਚੇ ਬੁੱਢੇ ਅਤੇ ਬੀਬੀਆਂ ਨੇ
ਆਲੇ ਦੁਆਲੇ ਮਿਸਲਾਂ ਦੇ ਸਿੰਘ ਨੇ ਅਤੇ ਉਹਨਾਂ ਨੂੰ ਇੱਕ ਘੇਰੇ ਦੇ ਰੂਪ ਵਿੱਚ ਤੋਰ ਕੇ ਸੁਰੱਖਿਅਤ ਵੀ ਕੱਢਣਾ, ਲੜਨਾ ਵੀ ਅਤੇ ਤੁਰਨਾ ਨਹੀਂ, ਜਿਸ ਨੂੰ ਹਰੀ ਰਾਮ ਗੁਪਤਾ ਕਹਿੰਦਾ ਹੈ ਕਿ ਸਿੱਖਸ ਵਰ ਫਾਈਟਿੰਗ ਐਂਡ ਵਾਕਿੰਗ, ਵਾਕਿੰਗ ਐਂਡ ਫਾਈਟਿੰਗ। ਉਹ ਤੁਰ ਰਹੇ ਸੀ ਅਤੇ ਲੜ ਰਹੇ ਸੀ, ਲੜ ਰਹੇ ਸੀ ਅਤੇ ਤੁਰ ਰਹੇ ਸੀ। ਔਰ ਇਹ ਸਭ ਤੋਂ ਔਖਾ ਹੁੰਦਾ, ਇਹ ਸਭ ਤੋਂ ਔਖਾ ਹੁੰਦਾ, ਕਿਉਂਕਿ ਕਈ ਵਾਰ ਦੁਸ਼ਮਣ ਲੜਦਿਆਂ ਨੂੰ ਤੁਰਦਿਆਂ ਵੇਖ ਕੇ ਇਹ ਸਮਝ ਜਾਂਦਾ ਕਿ ਸ਼ਾਇਦ ਮੈਦਾਨ ਛੱਡ ਕੇ ਭੱਜ ਰਹੇ ਨੇ। ਔਰ ਇਸ ਲੜਾਈ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਥੱਕ ਗਿਆ, ਖਲੋ ਗਿਆ, ਉੱਧਰੋਂ ਦੁਸ਼ਮਣ ਨੇ ਘੇਰਾ ਪਾ ਲਿਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਅੰਗਪਾਲ, ਬਾਡੀ ਗਾਰਡ, ਅੰਗ ਰੱਖਿਅਕ ਸਰਦਾਰ ਗੁਰਮੁਖ ਸਿੰਘ ਸੀ। ਗੁਰਮੁਖ ਸਿੰਘ ਨੇ ਸੋਚਿਆ ਕਿ ਮੈਂ ਤਲਵਾਰ ਦੇ ਮਿਆਨ ਦੇ ਨਾਲ ਘੋੜੇ ਨੂੰ ਘੇਰੇ 'ਚੋਂ ਬਾਹਰ ਕੱਢਾਂ। ਜਦੋਂ ਉਸਨੇ ਤਲਵਾਰ ਦਾ ਮਿਆਨ ਮਾਰਨ ਦਾ ਯਤਨ ਕੀਤਾ ਤਾਂ ਸਰਦਾਰ ਜੱਸਾ ਸਿੰਘ ਨੇ ਉਸ ਪੱਖੇ ਹੋਏ ਮੈਦਾਨੇ ਜੰਗ ਦੇ ਵਿੱਚ ਕਿਹਾ, ਉਹਨੇ ਕਿਹਾ, ਗੁਰਮੁਖ ਸਿੰਘ ਰੁਕ ਜਾ। ਸਿੰਘ ਸੁਣੇ ਹਮਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਵੇਖੀ ਕਿਤੇ ਮੇਰੇ ਘੋੜੇ ਨੂੰ ਇਸ ਘੇਰੇ 'ਚੋਂ ਬਾਹਰ ਨਾ ਕੱਢੀ, ਮਤਾਂ ਦੁਸ਼ਮਣ ਦੇ ਮਨ ਦੇ ਵਿੱਚ ਆ ਜਾਵੇ ਕਿ ਸ਼ਾਇਦ ਜੱਸਾ ਸਿੰਘ ਡਰ ਕੇ ਇਹ ਘੇਰਾ ਛੱਡ ਰਿਹਾ। ਕਿਆ ਮੁੱਖ ਲੈ ਜਾਏ ਖਾਲਸੇ ਪਾਸ, ਮੈਂ ਖਾਲਸੇ ਦੇ ਪਾਸ ਕਿਹੜਾ ਮੂੰਹ ਲੈ ਕੇ ਜਾਵਾਂਗਾ। ਪੰਥ ਹਮਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਧੀ ਖਵਾਇਓ। ਪੰਥ ਨੇ ਮੈਨੂੰ ਕਿਹਾ ਕਿ ਸਾਡਾ ਪਾਤਸ਼ਾਹ ਹੈ ਅਤੇ ਅੱਜ ਮੈਂ ਇਸ ਘੇਰੇ 'ਚੋਂ ਬਾਹਰ ਨਿਕਲ ਕੇ ਗਿੱਦੜ ਕਿਵੇਂ ਖਵਾ ਲਵਾਂ। ਫਿਰ ਕਹਿੰਦੇ ਕਿ ਕਿਆ ਮੁੱਖ ਲਏ ਬੈਠੇ ਦੀਵਾਨ, ਕਰੇ ਸਿੰਘ ਮਸ਼ਕਰੀ ਆਣ। ਸਿੰਘ ਤਾਂ ਮੈਨੂੰ ਮਸ਼ਕਰੀਆਂ ਕਰ ਕਰਕੇ ਜੀਣ ਜੋਗਾ ਨਹੀਂ ਛੱਡਣਗੇ ਜੇ ਮੈਂ ਇਸ ਘੇਰੇ 'ਚੋਂ ਘੋੜਾ ਬਾਹਰ ਕਰ ਲਿਆ। ਹੁਣ ਇਹ ਜਿਹੜੀ ਜੰਗ ਦੇ ਅੰਦਰ ਦ੍ਰਿੜਤਾ ਹੈ, ਇਹ ਸਭ ਕੁਛ ਕਿਸ ਗੱਲ 'ਤੇ ਲੈ ਕੇ ਆਉਂਦੀ ਹੈ ਤੁਹਾਨੂੰ ਕਿ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਇੰਨੇ ਦ੍ਰਿੜ ਸੀ, ਇੰਨੇ ਬਹਾਦਰ ਸੀ ਕਿ ਅਗਲੇ 3 ਦਿਨਾਂ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ, ਜਿਹੜਾ ਏਸ਼ੀਆ ਦਾ ਆਪਣੇ ਆਪ ਨੂੰ ਸਭ ਤੋਂ ਵੱਡਾ ਜਰਨੈਲ ਸਮਝਦਾ ਹੈ, ਉਹ ਆਪਣੇ 2 ਕਾਸਦ 2 ਮਸੰਜਰ ਅਤੇ ਨਾਲ ਇੱਕ ਸਾਥੀ ਬਾਬਾ ਆਲਾ ਸਿੰਘ ਪਟਿਆਲੇ ਵਾਲਿਆਂ ਦਾ ਨਾਨੂ ਸਿੰਘ ਗਰੇਵਾਲ, ਇਹਨਾਂ 3 ਨੂੰ ਭੇਜਦਾ ਹੈ ਕਿ ਜਾਓ ਜਾ ਕੇ ਸਿੱਖਾਂ ਦੇ ਨਾਲ ਮੇਰੀ ਸੁਲਾਹ ਕਰਵਾ ਦਿਓ। ਉਹ ਗੱਲਬਾਤ ਕਰਨ ਦੇ ਵਾਸਤੇ, ਟੇਬਲ ਟਾਕ ਦੇ ਵਾਸਤੇ ਆਉਂਦੇ ਨੇ। ਕਿਉਂ? ਕਿਉਂਕਿ ਤੁਸੀਂ ਮੈਦਾਨੇ ਜੰਗ ਦੇ ਵਿੱਚ ਸਟਰੋਂਗ ਸੀ, ਤੁਸੀਂ ਮੈਦਾਨੇ ਜੰਗ ਦੇ ਵਿੱਚ ਤਗੜੇ ਸੀ। ਜੇ ਕਿਤੇ ਤੁਸੀਂ ਮਰੱਟਿਆਂ ਦੇ ਵਾਂਗ, ਮੁਹੰਮਦ ਸ਼ਾਹ ਰੰਗੀਲੇ ਦੇ ਵਾਂਗ, ਜਾਂ ਫਿਰ ਮੀਰ ਜਿਹੜਾ ਕਮਰੂਦੀਨ ਮੀਰ ਆਤਿਸ਼ ਸੀ, ਮੀਰ ਮਨੂ ਦਾ ਬਾਪ, ਜੇ ਕਿਤੇ ਉਹਦੇ ਵਾਂਗ ਤੁਸੀਂ ਵੀ ਮੈਦਾਨੇ ਜੰਗ ਦੇ ਵਿੱਚ ਹਾਰ ਗਏ ਹੁੰਦੇ ਤਾਂ ਅਹਿਮਦ ਸ਼ਾਹ ਅਬਦਾਲੀ ਤੁਹਾਨੂੰ ਗੱਲਬਾਤ ਦਾ ਸੱਦਾ ਨਾ ਦਿੰਦਾ। ਹੁਣ ਅਗਲੀ ਗੱਲ, ਅਸੀਂ ਸਾਰੀਆਂ ਗੱਲਾਂ ਇਤਿਹਾਸ ਦੇ ਸੰਦਰਭ 'ਚ ਕਰਨੀਆਂ ਨੇ ਅਤੇ ਅੱਜ ਕਿਵੇਂ ਵਾਪਰੀਆਂ। ਜਿਸ ਵੇਲੇ ਪ੍ਰਪੋਜ਼ਲ ਲੈਟਰ ਆਉਣ ਦੇ ਉੱਪਰ ਕਿਸਾਨ ਜਥੇਬੰਦੀਆਂ ਦੀ ਪਹਿਲੀ ਮੀਟਿੰਗ ਹੋਈ ਖੇਤੀਬਾੜੀ ਮੰਤਰੀ ਦੇ ਨਾਲ, ਅਤੇ ਸਾਡੇ ਕਿਸਾਨ ਆਗੂਆਂ ਨੇ ਜਾ ਕੇ ਜਦੋਂ ਉੱਥੋਂ ਦੇ ਟੇਬਲ 'ਤੇ ਰੋਟੀਆਂ ਖਾਧੀਆਂ, ਉਸ ਰਾਤ ਦੀਪ ਫਿਰ ਲਾਈਵ ਹੋਇਆ। ਕਹਿੰਦਾ ਉਹ ਇਹਨਾਂ ਦੀਆਂ ਰੋਟੀਆਂ ਨਾ ਖਾਓ, ਇਹਨਾਂ ਦੀਆਂ ਦਿੱਤੀਆਂ ਰੋਟੀਆਂ ਨਾ ਖਾਓ, ਆਪਣੀਆਂ ਕੱਪੜਿਆਂ 'ਚ ਬੰਨ੍ਹ ਕੇ ਲੈ ਜਾਓ। ਅਗਲੀ ਵਾਰ ਲੈ ਕੇ ਵੀ ਗਏ ਅਗਲੀ ਮੀਟਿੰਗ ਦੇ ਵਿੱਚ, ਉਹਦੇ ਵਿੱਚ ਇਹੀ ਇਤਿਹਾਸ ਦੀ ਗੱਲ ਪਈ ਸੀ। ਦੀਪ ਨੇ ਉਸ ਇਤਿਹਾਸਕ ਵਰਤਾਰੇ ਨੂੰ ਤੁਹਾਡੇ ਸਾਹਮਣੇ ਪ੍ਰਗਟ ਕੀਤਾ, ਇਤਿਹਾਸ 'ਚ ਕਿਵੇਂ ਪਈ ਸੀ। ਜਦੋਂ ਇਹੀ ਦੋਵੇਂ ਕਾਸਦ ਅਤੇ ਸਰਦਾਰ ਨਾਨੂ ਸਿੰਘ ਗਰੇਵਾਲ ਸਿੱਖਾਂ ਦੇ ਕੋਲ ਆਉਂਦੇ ਨੇ ਅਤੇ ਸਿੱਖਾਂ ਦੇ ਜਰਨੈਲ ਸਰਦਾਰ ਚੜ੍ਹ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰਦਾਰ ਤਾਰਾ ਸਿੰਘ, ਸਰਦਾਰ ਕਰਮ ਸਿੰਘ, ਇਹ ਸਾਰੇ ਜਰਨੈਲ ਬੈਠੇ ਨੇ, ਚੜ੍ਹ ਸਿੰਘ ਸ਼ੁਕਰ ਚੱਕੀਆ, ਸਾਰੇ ਬੈਠੇ ਨੇ। ਅਤੇ ਉਹ ਤਸ਼ਤਰੀਆਂ ਦੇ ਵਿੱਚ, ਜਿਹਨੂੰ ਅੱਜ ਅਸੀਂ ਟਰੇ ਕਹਿ ਦਿੰਦੇ ਹਾਂ, ਉਹਨਾਂ 'ਚ ਬੜੇ ਕਾਜੂ ਮੇਵੇ ਜੋ ਬਾਦਸ਼ਾਹਾਂ ਦੀ ਖੁਰਾਕ ਹੁੰਦੀ ਆ, ਉਹ ਲੈ ਕੇ ਆਏ ਵੀ ਸਿੱਖਾਂ ਦੇ ਨਾਲ ਗੱਲਬਾਤ ਕਰਨ ਚੱਲੇ ਹਾਂ, ਇਹ ਜੰਗਲ 'ਚ ਬੈਠੇ ਨੇ, ਇਹਨਾਂ ਕੋਲ ਖਾਣ ਨੂੰ ਕੀ ਹੋਣਾ, ਇਹਨਾਂ ਨਾਲ ਬਹਿ ਕੇ ਅਸੀਂ ਗੱਲਬਾਤ ਕਰਾਂਗੇ। ਅਤੇ ਜਦੋਂ ਉਹ ਸਭ ਕੁਝ ਅੱਗੇ ਰੱਖਿਆ ਨਾ ਸਿੱਖਾਂ ਦੇ, ਅਤੇ ਉੱਧਰੋਂ ਸਿੱਖਾਂ ਨੇ ਵੀ ਆਪਣੀਆਂ ਪੋਟਲੀਆਂ ਦੇ ਵਿੱਚੋਂ ਭੁੱਜੇ ਛੋਲੇ ਕੱਢ ਕੇ ਸਾਹਮਣੇ ਵਿਛਾ ਲਏ। ਉਹ ਕਹਿੰਦੇ ਕਿ ਅਸੀਂ ਸਾਰੇ ਇਕੱਠੇ ਬਹਿ ਕੇ ਖਾਵਾਂਗੇ, ਇਹ ਅਸੀਂ ਲੈ ਕੇ ਆਏ ਹਾਂ। ਕਹਿੰਦੇ ਨਹੀਂ, ਬਿਲਕੁਲ ਨਹੀਂ, ਪੇਸ਼ਕਸ਼ ਦੇ ਵਿੱਚ ਦੁਸ਼ਮਣ ਵੱਲੋਂ ਦਿੱਤੀ ਚੀਜ਼ ਨਹੀਂ ਖਾਧੀ ਜਾਂਦੀ, ਇਹ ਤਾਂ ਨੈਤਿਕਤਾ ਦੀ ਹਾਰ ਹੈ ਨਾ। ਕਿਸੇ ਦੇ ਕੋਲੋਂ ਖਾ ਕੇ ਭਾ ਬਹਿ ਕੇ ਲੂਣ ਖਾ ਲੈਣਾ ਜਾਂ ਕਿਸੇ ਦਾ ਦਿੱਤਾ ਖਾ ਲੈਣਾ, ਫਿਰ ਤਾਂ ਸਾਨੂੰ ਤੁਹਾਡੇ ਪ੍ਰਤੀ ਇੱਕ ਸੌਫਟ ਕਾਰਨਰ ਰੱਖਣੀ ਪਵੇਗੀ। ਤੁਸੀਂ ਆਪਣਾ ਖਾਓ,
ਅਸੀਂ ਆਪਣਾ ਖਾਵਾਂਗੇ, ਫਿਰ ਅੱਗੇ ਗੱਲਬਾਤ ਚੱਲੇਗੀ। ਫਿਰ ਉਸ ਗੱਲਬਾਤ ਦੇ ਵਿੱਚ ਹੁੰਦਾ ਕੀ ਹੈ? ਇਸ ਗੱਲ ਨੂੰ ਫਿਰ ਸਮਝਣ ਦੀ ਲੋੜ ਹੈ। ਦੀਪ ਬਾਰ ਬਾਰ ਕਹਿੰਦਾ ਸੀ ਕਿ ਗੱਲਬਾਤ ਦੇ ਟੇਬਲ ਦੇ ਉੱਪਰ ਅਸੀਂ ਕਿਤੇ ਨਾ ਕਿਤੇ ਖਤਾ ਖਾ ਜਾਵਾਂਗੇ। ਉਹਦਾ ਕਾਰਨ ਕੀ ਸੀ? ਕਿ ਸੰਘਰਸ਼ ਦੇ ਵਿੱਚ ਜਿਹੜੀ ਸਿੱਖ ਵਿਚਾਰਧਾਰਾ ਦੀ ਵੱਡੀ ਤਾਕਤ ਸੀ, ਕਿਸਾਨ ਲੀਡਰਸ਼ਿਪ, ਉਸ ਨੂੰ ਨਕਾਰ ਰਹੀ ਸੀ। ਜੇਕਰ ਸਿੱਖ ਵਿਚਾਰਧਾਰਾ ਦੇ ਅਹਿਮ ਸੰਕਲਪ ਜਿਹੜੇ ਨੇ ਇਸ ਸੰਘਰਸ਼ ਦਾ ਹਿੱਸਾ ਨਾ ਹੁੰਦੇ ਤਾਂ ਇਸ ਸੰਘਰਸ਼ ਦਾ ਇੰਨਾ ਵੱਡਾ ਰੂਪ ਸਿਰਜਿਆ ਨਹੀਂ ਸੀ ਜਾ ਸਕਦਾ, ਕਦੇ ਨਹੀਂ ਸੀ ਸਿਰਜਿਆ ਜਾ ਸਕਦਾ। ਲੰਗਰ ਗੁਰੂ ਪਾਤਸ਼ਾਹ ਦਾ, ਸੰਗਤ ਗੁਰੂ ਦੀ, ਪੰਗਤ ਗੁਰੂ ਦੀ, ਸਾਡੇ ਬਾਬੇ, ਸਾਡੀਆਂ ਸੰਪਰਦਾਵਾਂ, ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ, ਜਿਹੜਾ ਇਸ ਸੰਘਰਸ਼ ਦੇ ਵਿੱਚ ਇੱਕ ਵੱਡਾ ਇਨਫਰਾਸਟ੍ਰਕਚਰ, ਸਰਕਾਰ ਦੇ ਖਿਲਾਫ ਲੜਨ ਦੇ ਵਾਸਤੇ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਗਈਆਂ, ਉਹ ਤਾਂ ਸਾਰੀਆਂ ਸਾਡੀਆਂ ਸਿੱਖ ਪਰੰਪਰਾਵਾਂ ਦੇ ਵਿੱਚੋਂ ਆ ਰਿਹਾ ਸੀ। ਪਰ ਉਹਦੇ ਬਾਵਜੂਦ ਵੀ ਲੀਡਰਸ਼ਿਪ ਨੂੰ ਪਹਿਲ ਦਿੱਤੀ ਗਈ। ਲੀਡਰਸ਼ਿਪ ਜਿਹੜੀ ਹੈ ਉਹ ਉਸ ਸੰਘਰਸ਼ ਦੇ ਹਾਣ ਦੀ ਸਾਬਤ ਨਹੀਂ ਹੋ ਸਕੀ। ਕਿਵੇਂ ਨਹੀਂ ਹੋ ਸਕੀ? ਹੁਣ ਜਦੋਂ ਤੁਸੀਂ 18ਵੀਂ ਸਦੀ ਦੀ ਲੀਡਰਸ਼ਿਪ ਦੀ ਗੱਲ ਕਰਦੇ ਹੋ ਤਾਂ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਪੇਸ਼ਕਸ਼ ਪਤਾ ਕੀ ਹੈ? ਕਹਿੰਦਾ ਵੇਖੋ, ਅਸੀਂ ਤੁਹਾਨੂੰ ਇੱਕ ਜੰਗ ਦੇ ਵਿੱਚ ਲੜਦਿਆਂ ਵੇਖ ਲਿਆ, ਲੰਬੀ ਲੜਾਈ ਅਸੀਂ ਤੁਹਾਡੇ ਨਾਲ ਨਹੀਂ ਲੜ ਸਕਦੇ। ਇੱਕ ਜੰਗ ਦੇ ਵਿੱਚ ਅਸੀਂ ਲੜਦਿਆਂ ਵੇਖ ਲਿਆ, ਲੰਬੀ ਲੜਾਈ ਅਸੀਂ ਤੁਹਾਡੇ ਨਾਲ ਨਹੀਂ ਲੜ ਸਕਦੇ, ਪਰ ਜੇਕਰ ਚਾਹੁੰਦੇ ਹੋ ਤੁਸੀਂ ਵੀ ਸ਼ਾਂਤੀ ਦੇ ਨਾਲ ਰਹੋ ਅਤੇ ਅਸੀਂ ਵੀ ਤੁਹਾਡੇ 'ਤੇ ਹਮਲਾ ਨਾ ਕਰੀਏ, ਅਤੇ 6 ਮਹੀਨਿਆਂ ਬਾਅਦ ਤੁਸੀਂ ਕੁਛ, ਉਹਨਾਂ ਸਮਿਆਂ 'ਚ ਜਿਹੜੀਆਂ ਫਸਲਾਂ ਹੁੰਦੀਆਂ ਸੀ, ਝੋਨਾ ਉਦੋਂ ਪੰਜਾਬ 'ਚ ਨਹੀਂ ਸੀ ਹੁੰਦਾ, ਤੁਸੀਂ ਕੁਛ ਜਵਾਰ, ਮੋਠ, ਬਾਜਰਾ, ਗਵਾਰਾ, ਮੱਕੀ ਜਿਹੜੀਆਂ ਉਦੋਂ ਫਸਲਾਂ ਹੁੰਦੀਆਂ ਸੀ, ਵੀ ਇਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਉਹ ਬਾਦਸ਼ਾਹ ਨੂੰ ਦੇ ਦਿਆ ਕਰੋ, ਅਤੇ ਤੁਸੀਂ ਇਸ ਇਲਾਕੇ ਦੇ ਵਿੱਚ ਰਾਜ ਭਾਗ ਵਾਂਗੂ ਰਹਿ ਸਕਦੇ ਹੋ, ਪਰ ਬਾਦਸ਼ਾਹ ਜਿਹੜਾ ਉਹ ਅਹਿਮਦ ਸ਼ਾਹ ਅਬਦਾਲੀ ਹੋਵੇਗਾ, ਪਰ ਤੁਹਾਡੇ ਸਿਰ ਵੱਢੇ ਜਾਣ ਦੇ, ਜਨਤਕ ਤੌਰ 'ਤੇ ਕਤਲੇਆਮ ਕਰਨ ਦੇ ਫਤਵੇ ਨਹੀਂ ਜਾਰੀ ਹੋਣਗੇ, ਤੁਹਾਡੇ ਪਰਿਵਾਰਾਂ ਨੂੰ ਨਹੀਂ ਮਾਰਿਆ ਜਾਵੇਗਾ, ਤੁਹਾਡਾ ਲਾਹੌਰ ਦੇ ਵਿੱਚ ਕਤਲੇਆਮ ਨਹੀਂ ਕੀਤਾ ਜਾਵੇਗਾ, ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਲੋੜ ਨਹੀਂ, ਬਸ ਇੰਨੇ ਕੁ ਨਜ਼ਰਾਨੇ ਜਿਹੜੇ ਆ ਉਹ 6 ਮਹੀਨੇ ਬਾਅਦ ਹਾੜੀ ਸਾਉਣੀ ਜਿਸ ਨੂੰ ਅਸੀਂ ਕਹਿੰਦੇ ਹਾਂ ਅਬਦਾਲੀ ਨੂੰ ਦੇ ਦਿਆ ਕਰੋ। ਜੇ ਅੱਜ ਦੇ ਨਜ਼ਰੀਏ 'ਚ ਵੇਖੀਏ ਤਾਂ ਕਿੰਨਾ ਸੌਖਾ ਕਿ 6 ਮਹੀਨਿਆਂ ਬਾਅਦ ਇੰਨੇ ਕੁ ਨਜ਼ਰਾਨੇ ਦੇ ਦਿਓ, ਜਾਨ ਬਚਦੀ ਹੈ ਤੁਹਾਡੇ ਬੱਚਿਆਂ ਦੀ, ਤੁਹਾਡੇ ਪਰਿਵਾਰ ਦੀ। ਪਰ ਗੱਲ ਕਿੱਥੇ ਆ? ਉਹ ਕਹਿੰਦੇ ਆ ਕਿ ਇਹ ਨਜ਼ਰਾਨੇ ਦੇਣ ਤੋਂ ਬਾਅਦ ਆਪਣੀ ਜਾਨ ਬਚਾਉਣ ਦਾ ਮਤਲਬ ਹੈ ਅਹਿਮਦ ਸ਼ਾਹ ਅਬਦਾਲੀ ਨੂੰ ਆਪਣਾ ਬਾਦਸ਼ਾਹ ਮੰਨਣਾ। ਗੱਲ ਤਾਂ ਇੱਥੇ ਅੜੀ ਹੈ। ਅਤੇ ਜਿਹੜਾ ਫਿਰ ਉਹ ਜਵਾਬ ਦਿੰਦੇ ਨੇ, ਉਸ ਨੂੰ ਸਰਦਾਰ ਸੋਹਣ ਸਿੰਘ ਸੀਤਲ ਨੇ ਬੜੇ ਪਿਆਰੇ ਸ਼ਬਦਾਂ 'ਚ ਲਿਖਿਆ। ਉਹ ਕਹਿੰਦੇ, ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ, ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ, ਖੈਬਰ ਕੋਲ ਜਾ ਕੇ ਸ਼ਾਹ ਨਜ਼ਰਾਨੇ ਸਾਥੋਂ ਭਾਲਦਾ, ਇਉਂ ਈਨ ਮਨਾ ਕੇ ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਗੱਲ ਕੇਵਲ ਅਤੇ ਕੇਵਲ ਜਾਨ ਬਚਾਉਣ ਦੀ ਨਹੀਂ ਹੈ, ਗੱਲ ਆਜ਼ਾਦੀ ਦੀ ਹੈ, ਗੱਲ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੀ ਹੈ। ਗੱਲ ਇਹ ਹੈ ਕਿ ਅਸੀਂ ਆਜ਼ਾਦ ਤੌਰ 'ਤੇ ਪੰਜਾਬ ਦੀ ਧਰਤੀ ਦੇ ਪੁੱਤਰ, ਅਸੀਂ ਪੰਜਾਬ 'ਚ ਕਿਵੇਂ ਵਿਚਰਨਾ ਹੈ, ਗੱਲ ਇੱਥੋਂ ਦੀ ਹੈ। ਸੋ ਹੁਣ ਇਹ ਜਿਹੜੀ ਸਾਰੀ ਵਾਰਤਾਲਾਪ ਹੈ ਇਹ ਟੇਬਲ ਟਾਕ ਹੈ, ਪਰ ਟੇਬਲ ਟਾਕ ਦੇ ਵਿੱਚ ਤੁਹਾਡਾ ਪੱਖ ਤਗੜਾ ਕਿਉਂ ਹੈ? ਤੁਸੀਂ ਕਿਉਂ ਅਬਦਾਲੀ ਨੂੰ ਵੰਗਾਰ ਲਿਆ? ਕਿਉਂਕਿ ਤੁਸੀਂ ਜੰਗ ਦੇ ਵਿੱਚ ਵੀ ਵੰਗਾਰ ਚੁੱਕੇ ਸੀ। ਜੇ ਤੁਸੀਂ ਜੰਗ ਦੇ ਵਿੱਚ ਝੁੱਕ ਗਏ ਹੁੰਦੇ, ਤੁਸੀਂ ਟੇਬਲ ਟਾਕ ਦੇ ਵਿੱਚ ਕਦੀ ਅਬਦਾਲੀ ਨੂੰ ਵੰਗਾਰ ਨਾ ਸਕਦੇ। ਸੋ ਇਹੀ ਗੱਲ ਦੀਪ ਸਿੱਧੂ ਕਹਿੰਦਾ ਸੀ ਕਿ ਜਿੰਨਾ ਚਿਰ ਤੱਕ ਸੰਘਰਸ਼ ਦੇ ਵਿੱਚ ਤੁਸੀਂ ਸਟਰੋਂਗ ਹੋ, ਤੁਸੀਂ ਟੇਬਲ ਟਾਕ ਦੇ ਵਿੱਚ ਵੀ ਓਨੇ ਹੀ ਤਗੜੇ ਬਣ ਕੇ ਆਪਣੇ ਆਪ ਨੂੰ ਪ੍ਰਗਟ ਕਰੋ। ਔਰ ਉਹੀ ਗੱਲ ਹੋਈ 26 ਜਨਵਰੀ ਤੋਂ ਬਾਅਦ। ਜਿਸ ਤਰ੍ਹਾਂ ਦਾ ਨਰੇਟਿਵ ਸੈੱਟ ਕੀਤਾ ਗਿਆ, ਜਿਸ ਤਰ੍ਹਾਂ ਦਾ ਬਰਤਾਂਤ ਸਿਰਜਿਆ ਗਿਆ, ਜੋ ਕੁਛ ਹਕੂਮਤ ਦੇ ਮੀਡੀਏ ਨੇ ਕਹਿਣਾ ਸੀ ਉਹੀ ਸਾਡੀ ਕਿਸਾਨ ਲੀਡਰਸ਼ਿਪ ਨੇ ਕਿਹਾ, ਬਿਲਕੁਲ ਉਹੀ ਕੁਛ ਕਿਹਾ। ਉਹਦੇ ਨਾਲ ਹੋਇਆ ਕੀ?
ਕਿ 26 ਜਨਵਰੀ ਤੋਂ ਬਾਅਦ ਜਦੋਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਜ਼ਮੀਨੀ ਪੱਧਰ ਦੇ ਉੱਪਰ ਇਸ ਸੰਘਰਸ਼ ਦੇ ਵਿੱਚੋਂ ਸਿੱਖ ਵਿਚਾਰਧਾਰਾ ਮਨਫੀ ਹੋ ਚੁੱਕੀ ਹੈ, ਨੌਜਵਾਨੀ 'ਚ ਨਿਰਾਸ਼ਤਾ ਆ ਚੁੱਕੀ ਹੈ, ਉਹਨਾਂ ਤੁਹਾਨੂੰ ਇੱਕ ਸਾਲ ਟੇਬਲ ਟਾਕ ਕਰਨ ਦੇ ਵਾਸਤੇ ਸੱਦਿਆ ਹੀ ਨਹੀਂ, ਉਹਨਾਂ ਬੁਲਾਇਆ ਨਹੀਂ ਤੁਹਾਨੂੰ। ਪਰ ਜਿਸ ਦਿਨ ਤੁਸੀਂ ਮੈਦਾਨੇ ਜੰਗ ਦੇ ਵਿੱਚ ਤਾਕਤਵਰ ਸੀ, ਹਰ ਦੂਜੇ ਦਿਨ ਚਿੱਠੀ ਆਉਂਦੀ ਸੀ, ਖੇਤੀ ਮੰਤਰੀ ਨਾਲ ਗੱਲ ਕਰੋ, ਫਲਾਣੇ ਨਾਲ ਗੱਲ ਕਰੋ, ਸਕੱਤਰ ਦੇ ਨਾਲ ਗੱਲ ਕਰੋ, PM ਆਫਿਸ ਦੇ ਨਾਲ ਫੋਨ ਆਉਂਦੇ ਸੀ। ਕਿਉਂ ਆਉਂਦੇ ਸੀ? ਉਸ ਦਿਨ ਤੁਸੀਂ ਮੈਦਾਨੇ ਜੰਗ ਵਿੱਚ ਤਾਕਤਵਰ ਸੀ। ਸੋ ਇਸ ਗੱਲ ਨੂੰ ਸੰਘਰਸ਼ ਦੇ ਵਿੱਚ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਤਾਕਤਵਰ ਹੋ, ਤੁਸੀਂ ਫਿਰ ਹੀ ਤਾਕਤਵਰ ਹੋ ਸਕਦੇ ਹੋ ਗੱਲਬਾਤ ਦੇ ਮੇਜ਼ ਦੇ ਉੱਪਰ। ਪਰ ਗੱਲਬਾਤ ਦੇ ਮੇਜ਼ ਦੇ ਉੱਪਰ ਜਾਂ ਮੈਦਾਨੇ ਜੰਗ ਦੇ ਵਿੱਚ ਜੇ ਤੁਸੀਂ ਜਾਣਾ ਹੈ ਤਾਂ ਤੁਹਾਡੇ ਕੋਲ ਇੱਕ ਹੀ ਵਿਚਾਰਧਾਰਾ ਹੈ ਜਿਹੜੀ ਤੁਹਾਡੀ ਰਹਿਨੁਮਾਈ ਕਰਦੀ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹਦੇ ਤੋਂ ਬਿਨਾਂ ਕੁਝ ਨਹੀਂ। ਹੁਣ ਅਗਲੀ ਗੱਲ, ਅਸੀਂ ਕਹਿੰਦੇ ਹੋਣ ਦੀ ਜੰਗ, ਇਹਨੂੰ ਸਮਝਣਾ ਕਿਵੇਂ ਹੈ? ਦੀਪ ਬਾਰ ਬਾਰ ਇਹ ਗੱਲ ਕਰਦਾ ਸੀ ਵੀ ਇਹ ਗੱਲ ਕੇਵਲ ਫਸਲਾਂ ਦੀ ਨਹੀਂ ਹੈ, ਇਹ ਸਾਡੀਆਂ ਨਸਲਾਂ ਦੀ ਹੈ, ਗੱਲ ਕੇਵਲ ਕਣਕ ਦੀ ਨਹੀਂ ਹੈ, ਗੱਲ ਅਣਖ ਦੀ ਹੈ, ਗੱਲ ਕੇਵਲ ਅਤੇ ਕੇਵਲ ਇਹਨਾਂ ਤਿੰਨ ਕਾਲੇ ਕਾਨੂੰਨਾਂ ਦੀ ਨਹੀਂ ਹੈ, ਗੱਲ ਪੰਜਾਬ ਦੇ ਭਵਿੱਖ ਦੀ ਹੈ। ਕਾਨੂੰਨ ਬਣੇ, ਕਾਨੂੰਨ ਵਾਪਸ ਲੈ ਲਏ, ਲਾਗੂ ਤਾਂ ਜੇ ਹੋਏ ਵੀ ਨਹੀਂ ਸੀ, ਪਰ ਅਸੀਂ ਬਾਰ ਬਾਰ ਇਹ ਗੱਲ ਕਹਿੰਦੇ ਸੀ ਕਿ ਜਿਹੜੀ ਇਹ ਪੋਜੀਸ਼ਨ ਹੈ ਇਹ ਤਾਂ ਸਟੇਟਸਕੋ ਵਰਗੀ ਹੈ ਨਾ, ਇਹ ਤਾਂ ਸੀ ਨਾ ਕਿ ਜਿਵੇਂ ਹੈ ਜਿੱਥੇ ਹੈ ਉਹ ਅਮਲ, ਅਸੀਂ ਪ੍ਰਾਪਤੀ ਤਾਂ ਕੁਛ ਨਹੀਂ ਕੀਤੀ। ਸਰਕਾਰ ਨੇ ਕਿਹਾ ਆ ਕਰਨਾ, ਅਸੀਂ ਕਿਹਾ ਨਾ ਕਰੋ, ਉੱਥੇ ਅਸੀਂ ਚੁੱਪ, ਇਹੀ ਹੈ ਨਾ। ਹੁਣ ਜਦੋਂ ਤੁਸੀਂ ਇਸ ਨੂੰ ਹੋਂਦ ਦੀ ਜੰਗ ਦੇ ਰੂਪ 'ਚ ਸਮਝੋਗੇ, ਰੂਸ ਨੇ ਯੂਕਰੇਨ ਦੇ ਉੱਪਰ ਹਮਲਾ ਕੀਤਾ, ਤੁਸੀਂ ਰੋਜ਼ ਖਬਰਾਂ ਪੜ੍ਹ ਰਹੇ ਹੋ, ਉੱਥੇ ਕੁਝ ਲੋਕ ਉਹ ਨੇ ਜਿਹੜੇ ਯੂਰਪ ਵੱਲ ਜਾ ਰਹੇ ਨੇ ਜਾਨ ਬਚ ਜਾਵੇ, ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਪਤਾ ਕਿ ਰੂਸ ਇੱਕ ਵੱਡੀ ਤਾਕਤ ਹੈ, ਅਸੀਂ ਹਥਿਆਰ ਚੁੱਕਾਂਗੇ, ਅਸੀਂ ਮਾਰੇ ਜਾਵਾਂਗੇ, ਪਰ ਉਹ ਇਸ ਗੱਲ 'ਤੇ ਅੜੇ ਹੋਏ ਨੇ ਕਿ ਨਹੀਂ, ਇਹ ਸਾਡੀ ਹੋਂਦ ਦੀ ਜੰਗ ਹੈ, ਅਸੀਂ ਆਪਣੀ ਜ਼ਮੀਨ ਨਹੀਂ ਛੱਡਣੀ, ਇਹ ਸਾਡੀ ਹੋਂਦ ਦੀ ਜੰਗ ਹੈ। ਇਹੀ ਜਜ਼ਬਾਤ ਜਿਹੜੇ ਨੇ ਜਿਉਂਦੀਆਂ ਕੌਮਾਂ ਦੇ ਵਿੱਚ ਹੁੰਦੇ ਨੇ। ਹੁਣ ਸਾਰੇ ਸਾਨੂੰ ਕੀ ਕਹਿੰਦੇ ਸੀ, ਅਕਸਰ ਜਦੋਂ ਅਸੀਂ ਬੈਠ ਕੇ ਕਈ ਵਾਰ ਚਰਚਾ ਕਰਦੇ ਸੀ ਤਾਂ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਸੀ ਕਿ ਸਾਡੀ ਬਹੁਤ ਸਾਰੀ ਲੀਡਰਸ਼ਿਪ ਕਹਿੰਦੀ ਹੈ ਧਰਮ ਨੂੰ ਲਾਂਭੇ ਰੱਖ ਕੇ ਆਓ। ਸਾਡੀ ਵਿਚਾਰਧਾਰਾ ਇਹ ਸੀ ਕਿ ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਨੂੰ ਕੱਢਿਆ ਹੀ ਨਹੀਂ ਜਾ ਸਕਦਾ, ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਨੂੰ ਕੱਢਿਆ ਹੀ ਨਹੀਂ ਜਾ ਸਕਦਾ। ਧਰਮ ਦੇ ਦੋ ਸਭ ਤੋਂ ਵੱਡੇ ਆਸਤਕ ਮਤ ਦੇ ਵਿੱਚ, ਧਰਮ ਦੇ ਦੋ ਸਭ ਤੋਂ ਵੱਡੇ ਜਿਹੜੇ ਥੰਮ ਹੁੰਦੇ ਨੇ ਉਹ ਹੁੰਦੇ ਨੇ ਹੁਕਮ ਅਤੇ ਰਜ਼ਾ। ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਅਤੇ ਰਜ਼ਾ, ਅਤੇ ਕਿਸਾਨ ਤੋਂ ਵੱਧ ਹੁਕਮ ਅਤੇ ਰਜ਼ਾ 'ਚ ਕੌਣ ਰਹਿੰਦਾ ਹੈ? ਉਹ ਫਸਲ ਦਾਣੇ ਜਿਹੜੇ ਨੇ ਉਹ ਖੇਤ 'ਚ ਖਿਲਾਰ ਕੇ ਆ ਜਾਂਦਾ ਹੈ, ਹੁਕਮ ਦੇ ਵਿੱਚ ਹੈ ਕਿ ਬਾਰਿਸ਼ ਹੋਣੀ ਕਿ ਸੋਕਾ ਪੈਣਾ। ਉਹ ਦਾਣੇ ਪੱਕ ਜਾਂਦੇ ਨੇ, ਉਹ ਢੇਰੀਆਂ ਲਾ ਕੇ ਬੋਲ ਲਾ ਕੇ ਫਿਰ ਘਰ ਆ ਜਾਂਦਾ, ਉਹਨੂੰ ਪਤਾ ਨਹੀਂ ਕਣਕ ਘਰ ਸੁੱਕੀ ਆਉਣੀ ਹੈ ਕਿ ਨਹੀਂ ਆਉਣੀ, ਉਹਦਾ ਤਾਂ ਜੀਵਨ ਹੀ ਹੁਕਮ ਅਤੇ ਰਜ਼ਾ 'ਚ ਬੀਤਦਾ ਹੈ। ਸੋ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ? ਨਹੀਂ ਕੱਢਿਆ ਜਾ ਸਕਦਾ। ਹੁਣ ਜਿਹੜੀ ਅਗਲੀ ਗੱਲ ਕਿ ਫਿਰ ਧਰਮ ਕਿਉਂ ਸੰਘਰਸ਼ ਦੇ ਵਿੱਚ, ਜਾਂ ਕਿਸਾਨੀ ਦੀ ਗੱਲ ਜ਼ਮੀਨਾਂ ਨਾਲ ਜੁੜ ਕੇ ਹੁੰਦੀ ਹੈ, ਇਹ ਧਰਮ ਦੇ ਵਿੱਚੋਂ ਜਾਗਰਤ ਹੋਈਆਂ ਜ਼ਮੀਰਾਂ ਦੇ ਨਾਲ ਕਿਵੇਂ ਜੁੜ ਗਈ? ਇਹ ਵੀ ਇਤਿਹਾਸਕ ਵਰਤਾਰਾ ਹੈ, ਇਹ ਵੀ ਸਾਨੂੰ ਇਤਿਹਾਸ ਦੇ ਵਿੱਚੋਂ ਸਮਝਣਾ ਪਵੇਗਾ। ਨਹੀਂ ਸਮਝਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨੀ ਨੂੰ ਇਸ ਖਿੱਤੇ ਇਸ ਜ਼ਮੀਨ ਦੇ ਵਾਸਤੇ ਸੰਘਰਸ਼ ਲਈ ਤਿਆਰ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਇੱਕ ਖਿਆਲ ਕਰੋ, ਭਾਈ ਤਾਰਾ ਸਿੰਘ ਵਾਂ ਸਾਡੇ ਮਾਝੇ ਦਾ ਪਿੰਡ ਹੈ, ਡਲ ਅਤੇ ਵਾਂ ਪਿੰਡ ਦੋਵੇਂ ਨੇੜੇ ਨੇੜੇ ਨੇ, ਇਸ ਕਰਕੇ ਕਈ ਵਾਰੀ ਇਕੱਠੇ ਅਸੀਂ ਇਹਨਾਂ ਨੂੰ ਡਲ ਵਾਂ ਵੀ ਕਹਿ ਦਿੰਦੇ ਹਾਂ, ਵਾਂ ਪਿੰਡ ਵੱਖਰਾ ਹੈ, ਡਲ ਪਿੰਡ ਵੱਖਰਾ ਹੈ। ਇਹ ਨੌਜਵਾਨ ਜਗਰਾਜ ਸਿੰਘ ਵੀ ਵਾਂ ਪਿੰਡ ਦਾ ਸੀ, ਜਿਸ ਨੇ ਉਸ ਦਿਨ ਲਾਲ ਕਿਲ੍ਹੇ ਦੇ ਇੱਕ ਪੋਲ ਦੇ ਉੱਪਰ ਖਾਲਸਾ ਹੀ ਨਿਸ਼ਾਨ ਸਾਹਿਬ ਚਲਾਇਆ ਸੀ, ਜਗਰਾਜ ਸਿੰਘ। ਵਾਂ ਪਿੰਡ ਦੇ 18ਵੀਂ ਸਦੀ ਦੇ ਵਿੱਚ
ਇੱਕ ਮਸ਼ਹੂਰ ਜਰਨੈਲ ਤੇ ਯੋਧੇ ਹੋਏ ਨੇ ਭਾਈ ਤਾਰਾ ਸਿੰਘ ਵਾਂ। ਭਾਈ ਤਾਰਾ ਸਿੰਘ ਵਾਂ ਦੀ ਜਦੋਂ ਸ਼ਹਾਦਤ ਹੁੰਦੀ ਹੈ ਤਾਂ ਉਸ ਵੇਲੇ ਜਦੋਂ ਉਹ ਸ਼ਹੀਦੀ ਦੇਣ ਦੇ ਵਾਸਤੇ ਤਿਆਰ ਹੋ ਰਹੇ ਨੇ, ਉਹਨਾਂ ਦੇ ਨਾਲ ਬੜੇ ਥੋੜ੍ਹੇ ਸਿੰਘ ਨੇ, ਬਾਕੀ ਸਿੰਘ ਉਹਨਾਂ ਨੇ ਆਪਣੇ ਵਾੜੇ 'ਚੋਂ ਕੱਢ ਦਿੱਤੇ ਸੀ। ਪਰ ਜਦੋਂ ਉਹ ਸਿੰਘਾਂ ਨੂੰ ਆਖਰੀ ਜੰਗ ਲੜਨ ਦੇ ਵਾਸਤੇ ਸੰਬੋਧਿਤ ਹੋ ਰਹੇ ਹੁੰਦੇ ਨੇ ਨਾ, ਤਾਂ ਉਹਨਾਂ ਦੇ ਸ਼ਬਦ ਪਤਾ ਕੀ ਨੇ, ਕਹਿੰਦੇ ਕਿ ਦੇਹ ਪਵਿੱਤਰ ਹੋਏ ਸ਼ਸਤਰ ਲਗਾਏ। ਸਿੱਖੋ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਸ਼ਸਤਰ ਤੁਹਾਡੇ ਜਿਸਮ ਦੇ ਉੱਪਰ ਲੜਦਿਆਂ ਲੱਗਣ। ਇਹਦਾ ਮਤਲਬ ਜਿੰਨੇ ਵਾਰ ਤੁਹਾਡੇ ਹੋਣਗੇ ਤੁਸੀਂ ਜ਼ਿਆਦਾ ਸਮਾਂ ਲੜਿਓ, ਅਤੇ ਜਿੰਨੇ ਵਾਰ ਤੁਹਾਡੇ 'ਤੇ ਲੱਗਣਗੇ ਅਤੇ ਤੁਹਾਡੇ ਜਿਸਮ ਤੋਂ ਖੂਨ ਨਿਕਲੇਗਾ, ਸਮਝਿਓ ਤੁਹਾਡਾ ਜਿਸਮ ਪਵਿੱਤਰ ਹੋ ਰਿਹਾ। ਦੇਹ ਪਵਿੱਤਰ ਹੋਏ ਸ਼ਸਤਰ ਲਗਾਏ। ਹੁਣ ਇੰਨੀ ਵੱਡੀ ਜੰਗ, ਜਿਸ ਜੰਗ ਨੇ ਸਿੱਖਾਂ ਦਾ ਉਸ ਸਮੇਂ ਦੇ ਵਿੱਚ ਇੱਕ ਮਾਹੌਲ ਹੀ ਬਦਲ ਦਿੱਤਾ। ਹੁਣ ਤੁਸੀਂ ਕਹੋਗੇ ਮਾਹੌਲ ਕਿਵੇਂ ਬਦਲਿਆ ਗਿਆ। 1712 ਤੋਂ ਲੈ ਕੇ 1716 ਜੂਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ 9 ਵਾਰ ਸਰਕਾਰੀ ਤੌਰ 'ਤੇ ਇਹ ਹੁਕਮ ਜਾਰੀ ਹੋਇਆ, ਨਾਨਕ ਪ੍ਰਸਤਾਂ ਬਾ ਬੇਅੰਤ ਬਾ ਕਤਲ ਰਸਾਨੰਦ। ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ ਉਹਦਾ ਸਿਰ ਵੱਢ ਕੇ ਲਿਆਂਦਾ ਜਾਵੇ ਅਤੇ ਇਨਾਮ ਲਿਆ ਜਾਵੇ। ਜਨਤਕ ਤੌਰ ਦੇ ਉੱਪਰ ਜਿਸ ਕੌਮ ਦੇ ਕਤਲੇਆਮ ਕਰਨ ਦੇ ਜਨਤਕ ਐਲਾਨ ਹੋ ਚੁੱਕੇ ਹੋਣ, ਜਿਸ ਕੌਮ ਦਾ ਆਗੂ ਆਪਣੇ ਵੱਡੇ 25 ਜਰਨੈਲਾਂ ਦੇ ਨਾਲ ਜੂਨ 1716 ਦੇ ਵਿੱਚ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਜਾ ਚੁੱਕਾ ਹੋਵੇ, ਜਿਸ ਕੌਮ ਦਾ ਇੱਕ ਜੁਝਾਰੂ ਅੰਸ਼ ਦਿੱਲੀ ਕੋਤਵਾਲੀ ਦੇ ਵਿੱਚ ਸਰਬਰਾ ਖਾਨ ਕੋਤਵਾਲ ਦੇ ਕੋਲੋਂ ਸ਼ਹੀਦ ਕੀਤਾ ਜਾ ਚੁੱਕਾ ਹੋਵੇ, ਉਸ ਕੌਮ ਦੇ ਵਿੱਚ 10 ਸਾਲਾਂ ਦੇ ਵਿੱਚ ਇੰਨੀ ਦ੍ਰਿੜਤਾ ਕਿਵੇਂ ਆ ਗਈ ਕਿ ਦਸੰਬਰ 1726 ਨੂੰ ਪਹਿਲਾ ਸਰਬੱਤ ਖਾਲਸਾ ਕਰਦੇ ਨੇ ਸਿੱਖ। ਉਸ ਸਰਬੱਤ ਖਾਲਸੇ ਦੇ ਵਿੱਚ ਫੈਸਲੇ ਲਏ ਜਾਂਦੇ ਨੇ। ਪਹਿਲਾ ਫੈਸਲਾ, ਸਰਕਾਰੀ ਖਜ਼ਾਨਾ ਲੁੱਟਿਆ ਜਾਵੇਗਾ। ਦੂਸਰਾ ਫੈਸਲਾ, ਸਰਕਾਰੀ ਤਬੇਲੇ ਅਤੇ ਹਥਿਆਰ ਲੁੱਟੇ ਜਾਣਗੇ। ਤੀਸਰਾ ਫੈਸਲਾ ਕਿ ਮੁਖਬਰ ਸੋਧੇ ਜਾਣਗੇ। ਇਹ ਉਸ ਸਰਬੱਤ ਖਾਲਸੇ ਦੇ 3 ਫੈਸਲੇ ਨੇ। ਹੁਣ ਤੁਸੀਂ ਇੱਕ ਗੱਲ ਵੇਖੋ ਕਿ 10 ਸਾਲਾਂ ਦੇ ਸਮੇਂ ਦੇ ਵਿੱਚ ਜਦੋਂ ਜਨਤਕ ਤੌਰ 'ਤੇ ਸਿੱਖਾਂ ਦੇ ਕਤਲੇਆਮ ਦੇ ਹੁਕਮ ਜਾਰੀ ਹੋ ਚੁੱਕੇ ਨੇ, ਔਰ ਇਹਨਾਂ 10 ਸਾਲਾਂ ਦੇ ਵਿੱਚ ਕੌਮ ਦੇ ਜਰਨੈਲਾਂ ਦੇ ਵਿੱਚ ਦ੍ਰਿੜਤਾ ਕਿਵੇਂ ਦੀ ਹੋਵੇਗੀ ਕਿ ਉਹ ਸਰਬੱਤ ਖਾਲਸਾ ਕਰਕੇ ਉਸ ਵੇਲੇ ਦੀ ਕਾਬਜ਼ ਹੋਈ ਹਕੂਮਤ ਨੂੰ ਵੰਗਾਰ ਦਿੰਦੇ ਨੇ। ਪਰ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਚਾਹੇ ਜੰਗ ਹੋਈ ਵਾਂ ਪਿੰਡ ਦੀ ਜਾਂ ਫਿਰ ਸਰਬੱਤ ਖਾਲਸਾ ਹੋਇਆ, ਇਹ ਜੰਗ ਸ਼ੁਰੂ ਕਿੱਥੋਂ ਹੋਈ? ਇਹਦੇ ਸ਼ੁਰੂ ਹੋਣ ਦਾ ਕਾਰਨ ਧਾਰਮਿਕ ਨਹੀਂ ਸੀ। ਇਹਦੇ ਸ਼ੁਰੂ ਹੋਣ ਦਾ ਕਾਰਨ ਸੀ ਕਿ ਨੁਸ਼ਹਿਰੇ ਦੇ ਚੌਧਰੀ ਹਰ ਸਹਾਏ ਨੇ ਆਪਣੀ ਚੌਧਰ ਦੇ ਅਹੰਕਾਰ ਦੇ ਵਿੱਚ ਆ ਕੇ ਸਿੱਖਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਸੀ। ਮੂਲ ਕਾਰਨ ਤਾਂ ਇਹ ਸੀ ਨਾ। ਇਹਦਾ ਮਤਲਬ ਹੀ ਕੀ ਹੋਇਆ ਕਿ ਜਦੋਂ ਵੀ ਦੁਸ਼ਮਣ ਤੁਹਾਡੀ ਜ਼ਮੀਨ 'ਤੇ ਹਮਲਾ ਕਰੇਗਾ, ਜੇਕਰ ਤੁਹਾਡੀ ਜ਼ਮੀਰ ਨਹੀਂ ਜਾਗਦੀ, ਤੁਸੀਂ ਆਪਣੀ ਜ਼ਮੀਨ ਨਹੀਂ ਬਚਾ ਸਕਦੇ, ਅਤੇ ਜਿੰਨਾ ਚਿਰ ਤੱਕ ਤੁਹਾਡੇ ਕੋਲ ਆਹ ਗੱਲ ਨਹੀਂ ਹੈਗੀ ਨਾ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਉਹਨਾਂ ਚਿਰ ਜ਼ਮੀਰ ਨਹੀਂ ਜੇ ਜਾਗਦੀ। ਜ਼ਮੀਨ ਨੂੰ ਬਚਾਉਣ ਦੇ ਵਾਸਤੇ ਜ਼ਮੀਰ ਦਾ ਜਾਗਣਾ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਗੁਰੂ ਸਾਹਿਬ ਦੀ ਬਖਸ਼ੀ ਹੋਈ ਇਹ ਰੌਸ਼ਨੀ, ਇਹ ਵਿਚਾਰਧਾਰਾ, ਇਹ ਪ੍ਰਕਾਸ਼ ਸਾਡੇ ਜੀਵਨ ਦੇ ਵਿੱਚ ਨਹੀਂ ਹੈ, ਉਹਨਾਂ ਚਿਰ ਫਿਰ ਜ਼ਮੀਰ ਜਾਗਦੀ ਨਹੀਂ। ਗੱਲਾਂ ਨੇ, ਜਿੰਨੀਆਂ ਮਰਜ਼ੀ ਕਿਤਾਬਾਂ ਅਸੀਂ ਵੀ ਬਹੁਤ ਪੜ੍ਹਦੇ ਹਾਂ, ਕਰੀ ਜਾਈਏ, ਮੈਂ ਗੱਲਾਂ ਕਰੀ ਜਾਊਂਗਾ, ਤੁਸੀਂ ਸੁਣੀ ਜਾਓਗੇ, ਪਰ ਆ ਜਾ ਕੇ ਜਦੋਂ ਅਸੀਂ ਇਸ ਰੂਹਾਨੀਅਤ ਦੇ ਵਰਤਾਰੇ ਨੂੰ ਸਮਝਣਾ, ਅਤੇ ਜਿੰਨਾ ਚਿਰ ਤੱਕ ਸਾਡੀ ਮਾਨਸਿਕਤਾ ਗੁਰੂ ਬਾਬੇ ਦੀ ਬਾਣੀ ਦੇ ਨਾਲ ਨਹੀਂ ਜੁੜਦੀ, ਮਤ ਸਮਝੀਏ ਕਿ ਕੋਈ ਲੰਬੇ ਸਮੇਂ ਦੇ ਵਾਸਤੇ ਸੰਘਰਸ਼ ਲੜਿਆ ਜਾ ਸਕਦਾ ਜਾਂ ਪ੍ਰਾਪਤੀ ਹੋ ਸਕਦੀ ਹੈ, ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਮੈਂ ਆਰੰਭ ਦੇ ਵਿੱਚ ਕਿਹਾ ਸੀ ਕਿ ਦੀਪ ਵਾਰ ਵਾਰ ਜਦੋਂ ਇਹ ਗੱਲ ਕਰਦਾ ਕਿ ਕਲਾ ਵਰਤਗੀ, ਅਤੇ ਅੱਜ ਇਹ ਵਰਤਾਰਾ ਉਹਦੇ ਵਿੱਚ ਇੱਕ ਝਲਕਾਰਾ ਲੱਗਦਾ ਸਾਨੂੰ ਦੀਪ, ਅਤੇ ਜਦੋਂ ਕਲਾ ਵਰਤਣ ਦੀ ਗੱਲ ਕਰਦੇ ਸੀ ਨਾ ਸਾਨੂੰ ਮਜ਼ਾਕ ਕੀਤੇ ਜਾਂਦੇ ਸੀ। ਉਹਦਾ ਕਾਰਨ ਪਤਾ ਕੀ ਸੀ? ਜਿਹੜੇ ਲੋਕ ਕਲਾ ਨੂੰ ਨਹੀਂ ਸਮਝਦੇ ਉਹ ਕਲਾ ਨੂੰ ਕਰਾਮਾਤ ਦੇ ਵਿੱਚ ਪ੍ਰਭਾਸ਼ਿਤ ਕਰ ਰਹੇ ਸੀ, ਜਦੋਂ ਕਿ ਕਲਾ ਦੇ ਵਿੱਚ ਅਤੇ ਕਰਾਮਾਤ ਦੇ ਵਿੱਚ ਬਹੁਤ ਅੰਤਰ ਹੈ। ਉਹ ਕਲਾ ਨੂੰ ਕਰਾਮਾਤ ਦੇ ਰੂਪ 'ਚ ਪ੍ਰਭਾਸ਼ਿਤ ਕਰਦੇ ਸੀ। ਤੁਸੀਂ ਰੋਜ਼ ਗੁਰੂ ਸਾਹਿਬ ਦੇ ਹਜ਼ੂਰੀ 'ਚ ਖੜ੍ਹੇ ਹੁੰਦੇ ਹੋ ਜੀ, ਅਤੇ ਅਰਦਾਸ ਤੋਂ ਬਾਅਦ ਤੁਸੀਂ ਕੀ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ ਕਹਿਣਾ ਕਿੰਨਾ ਸੌਖਾ ਹੈ। ਇਹ ਗੱਲ ਕਹਿਣੀ ਕਿੰਨੀ ਸੌਖੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਪਰ ਇਹਨਾਂ ਚਾਰ ਸੰਕਲਪਾਂ ਦੇ ਵਿੱਚ ਸਿੱਖ ਦੇ ਜੀਵਨ ਦਾ ਸਭ ਤੋਂ ਵੱਡਾ ਸੰਘਰਸ਼ੀਲ ਫਲਸਫਾ ਪਿਆ ਹੈ। ਸਭ ਤੋਂ ਵੱਡਾ ਚਾਰ ਚੀਜ਼ਾਂ ਨੇ, ਨਾਮ, ਚੜ੍ਹਦੀ ਕਲਾ, ਭਾਣਾ ਅਤੇ ਸਰਬੱਤ ਦਾ ਭਲਾ। ਇਹਨਾਂ ਦੋ ਪੰਕਤੀਆਂ ਦੇ ਵਿੱਚ ਆਏ ਇਹਨਾਂ ਚਾਰ ਸੰਕਲਪਾਂ ਨੂੰ ਤੁਸੀਂ ਤੋੜ ਕੇ ਨਹੀਂ ਵੇਖ ਸਕਦੇ। ਜਿੰਨਾ ਚਿਰ ਤੁਹਾਡੇ ਕੋਲ ਨਾਮ ਨਹੀਂ ਹੈ, ਉਹਨਾਂ ਚਿਰ ਚੜ੍ਹਦੀ ਕਲਾ ਨਹੀਂ ਹੋ ਸਕਦੀ। ਜਿੰਨਾ ਚਿਰ ਤੁਹਾਡੇ ਕੋਲ ਚੜ੍ਹਦੀ ਕਲਾ ਨਹੀਂ ਹੈ, ਤੁਸੀਂ ਭਾਣਾ ਨਹੀਂ ਮੰਨ ਸਕਦੇ। ਅਤੇ ਜੇਕਰ ਤੁਹਾਡੇ ਕੋਲ ਭਾਣਾ ਮੰਨਣ ਦੀ ਸਮਰੱਥਾ ਨਹੀਂ ਹੈ, ਤੁਸੀਂ ਕਦੀ ਵੀ ਸਰਬੱਤ ਦਾ ਭਲਾ ਨਹੀਂ ਕਰ ਸਕਦੇ। ਇਹਨਾਂ ਚਾਰ ਚੀਜ਼ਾਂ ਨੂੰ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਸੋ ਕਲਾ ਦਾ ਜਦੋਂ ਅਸੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਚੜ੍ਹਦੀ ਕਲਾ ਕੀ ਹੈ? ਹਾਈ ਸਪਿਰਿਟਸ, ਆਤਮਿਕ ਤੌਰ 'ਤੇ ਬਲਵਾਨ ਹੋਣਾ। ਇਸ ਨੂੰ ਡਿਫਾਈਨ ਕਰਦਿਆਂ ਸਰਦਾਰ ਪੂਰਨ ਸਿੰਘ, ਜਿਹੜੇ ਪੰਜਾਬੀ ਦੇ ਬੜੇ ਸਾਡੇ ਪਿਆਰੇ ਲੇਖਕ ਅਤੇ ਕਵੀ ਨੇ, ਪਤਾ ਕੀ ਕਹਿੰਦੇ? ਉਹ ਕਹਿੰਦੇ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਹੁਣ ਕਲਾ ਹੈ ਕੀ ਹੈ? ਕਲਾ ਇਹੀ ਹੈ ਕਿ ਇੱਕ ਬੰਦਾ ਜਦੋਂ ਹਾਇਰ ਸਪਿਰਿਟਸ ਦੇ ਨਾਲ ਉਸ ਆਤਮਿਕ ਆਨੰਦ ਅਤੇ ਰੂਹਾਨੀਅਤ ਦੇ ਵਿੱਚੋਂ ਗੁਰਮਤ ਵਰਤਾਰੇ ਦਾ ਝਲਕਾਰਾ ਤੁਹਾਨੂੰ ਵਿਖਾਉਂਦਾ, ਅਤੇ ਬਹੁਤ ਲੋਕਾਂ ਦੇ ਵਿੱਚ ਜਦੋਂ ਉਹ ਝਲਕਾਰਾ ਪ੍ਰਗਟ ਹੁੰਦਾ, ਤਾਂ ਇਹੀ ਤਾਂ ਕਲਾ ਵਰਤਣੀ ਹੈ। ਹੋਰ ਕੋਈ ਕਰਾਮਾਤ ਨਹੀਂ ਹੈ, ਕੋਈ ਜਾਦੂ ਨਹੀਂ ਹੈ, ਇਹੀ ਕਲਾ ਵਰਤਣੀ ਹੈ ਕਿ ਜਦੋਂ ਕੋਈ ਮਨੁੱਖ ਗੁਰਮਤ ਦੀ ਰੌਸ਼ਨੀ ਦੇ ਵਿੱਚੋਂ ਤੁਹਾਨੂੰ ਹਲੂਣ ਕੇ ਰੱਖ ਦਿੰਦਾ। ਔਰ ਇਹ ਕਲਾ ਹੀ ਵਰਤਦੀ, ਤੁਸੀਂ ਵੇਖੀਏ ਨਾ ਦੀਪ ਦੇ ਅੰਤਿਮ ਸੰਸਕਾਰ ਦੇ ਉੱਪਰ ਅਤੇ ਅੰਤਿਮ ਅਰਦਾਸ ਦੇ ਉੱਪਰ। ਕਦੀ ਸੋਚਿਆ ਸੀ ਕਿ ਸਰਕਾਰੀ ਰਿਪੋਰਟਾਂ ਦੇ ਵਿੱਚ ਵੀ 5 ਲੱਖ ਤੋਂ ਉੱਪਰ ਦਾ ਇਕੱਠ ਹੋਵੇ ਅਤੇ ਕਿਸੇ ਦੀ ਇੱਕ ਜੁੱਤੀ ਵੀ ਨਾ ਗੁਆਚੇ? ਇਹ ਕੀ ਸੀ? ਇਹ ਕੋਈ ਮਨੁੱਖ ਜਾਂ ਮੇਰੇ ਵਰਗਾ ਸਟੇਜ ਸਕੱਤਰ ਕੰਟਰੋਲ ਕਰ ਸਕਦਾ ਸੀ ਲੋਕਾਂ ਦੀਆਂ ਭਾਵਨਾਵਾਂ ਨੂੰ? ਬਿਲਕੁਲ ਨਹੀਂ। ਇਹ ਤਾਂ ਉਸ ਗੁਰੂ ਪਾਤਸ਼ਾਹ ਦੀ ਰਹਿਮਤ ਸੀ, ਮਨੁੱਖ ਦੇ ਵਾਸਤੇ ਵਿੱਚ ਤਾਂ ਉੱਥੇ ਕੁਛ ਵੀ ਨਹੀਂ ਸੀ। ਔਰ ਸੱਚ ਜਾਣਿਓ, ਅਸੀਂ ਤਾਂ ਉਸ ਸਾਰੀ ਰਾਤ ਸੋਚੀ ਜਾਂਦੇ ਸੀ ਕਿ ਜਿਹੜਾ ਦੀਵਾਨ ਟੋਡਰ ਮੱਲ ਹਾਲ ਹੈ, ਇਹਦੀ ਸਮਰੱਥਾ ਤਾਂ ਕੇਵਲ 75,000 ਵਿਅਕਤੀ ਤੋਂ ਵੀ ਘੱਟ ਹੈ, ਵੀ ਜੇ ਇਕੱਠ ਵੱਧ ਹੋ ਗਿਆ ਤਾਂ ਹੋਵੇਗਾ ਕੀ ਇੱਥੇ? ਅਤੇ ਜੇ ਕਿਤੇ ਮਾੜੀ ਜਿਹੀ ਵੀ ਕੋਈ ਭਗਦੜ ਮੱਚ ਗਈ ਤਾਂ ਜਿੰਨਾ ਇੱਥੇ ਨੁਕਸਾਨ ਹੋਣਾ, ਉਹਦਾ ਜ਼ਿੰਮੇਵਾਰ ਕੌਣ ਹੋਵੇਗਾ? ਅਕਸਰ ਮੈਨੂੰ ਪਤਾ ਲੋਕ ਕਮੈਂਟ ਕਰਕੇ ਨਾ ਮੇਰੇ ਕਹਿ ਰਹੇ ਸੀਗੇ, ਜੀ ਤੁਸੀਂ ਸਟੇਜ 'ਤੇ ਘਬਰਾਏ ਲੱਗ ਰਹੇ ਹੋ। ਘਬਰਾਹਟ ਨਹੀਂ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਗੱਲ ਦੀ ਚਿੰਤਾ ਸੀ ਕਿ ਕਿਸੇ ਸ਼ਰਾਰਤੀ ਨੇ ਇੱਕ ਛੋਟੀ ਜਿਹੀ ਚਿੰਗਾਰੀ ਵੀ ਸੁੱਟ ਦਿੱਤੀ ਅਤੇ ਸਾਡੇ ਕੋਲੋਂ ਸਾਂਭਿਆ ਨਹੀਂ ਜਾਣਾ ਕੁਛ। ਇਸ ਗੱਲ ਦਾ ਡਰ ਸੀ, ਇਸ ਗੱਲ ਦਾ ਇੱਕ ਖੌਫ ਸੀ। ਸੋ ਗੱਲ ਇਹ ਕਿ ਜੇ 18ਵੀਂ ਸਦੀ ਦੇ ਵਿੱਚ ਅਸੀਂ ਇੱਕ ਲੰਬਾ ਸੰਘਰਸ਼ ਲੜਿਆ, ਤਾਂ ਉਹਦੇ ਪਿੱਛੇ ਵੀ ਸਾਡੀਆਂ ਜ਼ਮੀਨਾਂ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਜ਼ਮੀਰਾਂ ਸੀ। ਅਗਲੀ ਗੱਲ ਆ ਜਾਂਦੀ ਹੈ ਕਿ ਜਦੋਂ ਦੀਪ ਨੂੰ ਇੱਕ ਸਵਾਲ ਕੀਤਾ ਗਿਆ, ਨਿਸ਼ਾਨਾ ਕੀ ਹੈ ਤੁਹਾਡਾ, ਤਾਂ ਜਵਾਬ ਸੀ ਪਾਤਸ਼ਾਹੀ ਦਾਵਾ। ਹੁਣ ਉਹ ਪਾਤਸ਼ਾਹੀ ਦਾਵਾ ਕਿੱਥੋਂ ਆ ਰਿਹਾ? ਜਦੋਂ ਅਸੀਂ ਪਾਤਸ਼ਾਹੀ ਦਾਅਵੇ ਦੀ ਗੱਲ ਕਰਨੀ ਹੈ ਨਾ, ਤਾਂ ਪਹਿਲੀ ਗੱਲ ਤਾਂ ਗੁਰਦੇਵ ਪਾਤਸ਼ਾਹ ਤੋਂ ਪੁੱਛਣੀ ਪੈਣੀ ਹੈ, ਜਿਹਨਾਂ ਨੂੰ ਅਸੀਂ ਕਹਿੰਦੇ ਸੱਜਣ ਸੱਚਾ ਸਿਰ ਸ਼ਾਹਾਂ ਦੇ। ਸੋ ਗੁਰੂ ਨੂੰ ਪੁੱਛਣਾ ਪੈਣਾ ਕਿ ਪਾਤਸ਼ਾਹ ਤੂੰ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਅਤੇ ਪਾਤਸ਼ਾਹੀ ਦਾਅਵਾ ਸਿੱਖ ਦੇ ਵਰਤਾਰੇ 'ਚ ਕਿਵੇਂ ਆਵੇ? ਜਿੰਨਾ ਚਿਰ ਤੱਕ ਤੁਸੀਂ ਇਸ ਗੱਲ ਦਾ ਅਧਿਐਨ ਨਹੀਂ ਕਰੋਗੇ, ਉਹਨਾਂ ਚਿਰ ਤੱਕ ਹੋਂਦ ਦੀ ਜੰਗ ਪਾਤਸ਼ਾਹੀ ਦਾਅਵੇ ਨੂੰ ਮਨ ਦੇ ਵਿੱਚ ਰੱਖ ਕੇ ਲੜੀ ਕਿਵੇਂ ਜਾਂਦੀ ਹੈ ਅਤੇ ਹਲੇਮੀ ਰਾਜ ਦੀ ਗੱਲ ਕਿਵੇਂ ਪ੍ਰਗਟ ਹੁੰਦੀ ਹੈ, ਇਹਨੂੰ ਸਮਝਿਆ ਨਹੀਂ ਜਾ ਸਕਦਾ। ਕਿਉਂਕਿ ਦੁਨੀਆਂ ਦੇ ਉੱਪਰ ਬਾਦਸ਼ਾਹ ਥੋੜ੍ਹੇ ਹੋਏ ਨੇ, ਕਿਤੇ ਕਿੰਨੇ ਬਾਦਸ਼ਾਹ ਹੋਏ ਨੇ ਦੁਨੀਆਂ ਦੇ 'ਚ? ਪੀਰ ਫਕੀਰ ਦਰਵੇਸ਼ ਥੋੜ੍ਹੇ ਹੋਏ ਨੇ, ਕਿਤੇ ਬਹੁਤ ਹੋਏ ਨੇ, ਗਿਣਤੀ ਕੋਈ ਨਹੀਂ। ਹਰ ਧਰਮ ਦੇ ਵਿੱਚ ਬਾਦਸ਼ਾਹ ਵੀ ਹੋਏ ਨੇ, ਫਕੀਰ ਵੀ ਹੋਏ ਨੇ। ਪਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਨੰਦ ਲਾਲ ਕੀ ਕਹਿ ਰਿਹਾ ਜਦੋਂ ਉਹਨੂੰ ਵੇਖਦੇ ਹਾਂ ਨਾ, ਜਦੋਂ ਉਹ ਕਹਿੰਦਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਫਿਰ ਗੱਲ ਆ ਜਾਂਦੀ ਹੈ ਕਿ ਇਹ ਇੰਪੀਰੀਅਲਿਜ਼ਮ ਅਤੇ ਸਪਿਰਿਚੁਅਲਿਟੀ ਇਹ ਕਿੱਥੇ ਇਕੱਠੀ ਹੋ ਰਹੀ ਹੈ? ਬੜੀ ਅਜੀਬ ਗੱਲ ਹੈ, ਦਰਵੇਸ਼ ਵੀ ਹੈ ਅਤੇ ਬਾਦਸ਼ਾਹ ਵੀ ਹੈ, ਗੁਰੂ ਗੁਰੂ ਬਾਦਸ਼ਾਹ ਵੀ ਹੈ ਅਤੇ ਦਰਵੇਸ਼ ਵੀ ਹੈ। ਇੰਝ ਤਾਂ ਕਦੀ ਹੋਇਆ ਹੀ ਨਹੀਂ ਕਿ ਕੋਈ ਬਾਦਸ਼ਾਹ ਵੀ ਹੋਵੇ ਅਤੇ ਦਰਵੇਸ਼ ਵੀ ਹੋਵੇ। ਹੁਣ ਇਹ ਜਿਹੜੀ ਬਾਦਸ਼ਾਹਤ ਦੇ ਵਿੱਚ ਦਰਵੇਸ਼ ਕੀ ਹੈ, ਇਹ ਆ ਕਿੱਥੋਂ ਰਹੀ ਹੈ? ਇਸ ਗੁਰੂ ਬਾਬੇ 'ਚੋਂ।
ਜਦੋਂ ਗੁਰੂ ਨਾਨਕ ਸਾਹਿਬਾਨ ਨੂੰ ਭੱਟ ਸਾਹਿਬਾਨ ਕਹਿੰਦੇ ਨੇ ਕਬ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ, ਰਾਜ ਦੇ ਜੋਗ। ਤੇ ਰਾਜ ਦੇ ਜੋਗ ਦਾ ਪ੍ਰਤੱਖ ਵਰਤਾਰਾ ਕੀ ਆ? ਆ ਤੁਸੀਂ ਬੈਠੇ ਹੋ। ਹੋਰਨਾਂ ਧਰਮਾਂ ਦੇ ਆਪਣੇ ਆਪਣੇ ਗ੍ਰੰਥ ਨੇ, ਮੁਕੱਦਸ ਕੁਰਾਨ ਸ਼ਰੀਫ ਹੈ, ਬਾਈਬਲ ਹੈ, ਤੁਰੇਤ ਹੈ, ਬਹੁਤ ਸਾਰੇ ਧਰਮ, ਬਹੁਤ ਸਾਰੇ ਛੋਟੇ ਛੋਟੇ ਕਬਾਇਲੇ, ਸਾਰਿਆਂ ਦੇ ਆਪੋ ਆਪਣੇ ਧਰਮ ਨੇ। ਪਰ ਆਹ ਵਰਤਾਰਾ ਤੁਸੀਂ ਕਿਤੇ ਵੇਖਿਆ ਕਿ ਰੂਹਾਨੀਅਤ ਦਾ ਗੁਰੂ ਹੋਵੇ? ਗੁਰੂ ਰੂਹਾਨੀਅਤ ਦਾ ਨਾ, ਗੁਰੂ ਆਤਮਕ ਹੈ ਨਾ, ਗੁਰੂ ਸ਼ਬਦ ਆ। ਪਰ ਸ਼ਬਦ ਗੁਰੂ ਦਾ ਪ੍ਰਤੱਖ ਝਲਕਾਰਾ ਕੀ ਹੈ? ਵੱਡਾ ਤੇਰਾ ਦਰਬਾਰ, ਸੱਚਾ ਤੁਧ ਸਿਰ ਸ਼ਾਹ, ਪਾਤਸ਼ਾਹ ਨਿਹਚਲ ਚਵਰ ਛੱਤ। ਆ ਦਰਬਾਰ ਲਗਾ ਕੇ ਬਹਿਣਾ, ਤਖਤ ਹੋਣਾ, ਉੱਪਰ ਚੰਦੋਆ ਹੋਣਾ, ਚੌਰ ਹੋ ਰਿਹਾ ਹੋਣਾ, ਇਹ ਤਾਂ ਸਾਰੀਆਂ ਬਾਦਸ਼ਾਹ ਦੀਆਂ ਨਿਸ਼ਾਨੀਆਂ ਨੇ, ਇਹ ਤਾਂ ਸਾਰੀ ਬਾਦਸ਼ਾਹਤ ਹੈ। ਸਪਿਰਚੁਅਲਿਟੀ, ਆਤਮਿਕ ਆਨੰਦ, ਰੂਹਾਨੀਅਤ ਤਾਂ ਸ਼ਬਦ ਦੇ ਵਿੱਚ ਹੈ, ਪਰ ਜੋ ਤੁਹਾਨੂੰ ਦਿਸ ਰਿਹਾ ਹੈ ਇਹ ਤਾਂ ਸਾਰੀ ਬਾਦਸ਼ਾਹਤ ਹੈ। ਇਹਦਾ ਮਤਲਬ ਸਾਡਾ ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਅਤੇ ਜਿਸ ਕੌਮ ਦਾ ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹਦੇ 'ਚ ਪਾਤਸ਼ਾਹੀ ਦਾਵਾ ਕਿਉਂ ਨਹੀਂ ਹੋਵੇਗਾ? ਉਹਦੇ 'ਚ ਪਾਤਸ਼ਾਹੀ ਦਾਵਾ ਹੋਵੇਗਾ, ਕਿਉਂ? ਮੇਰੇ ਗੁਰੂ ਨੇ ਕਿਹਾ ਪਰ ਅਧੀਨ ਸੁਪਨੇ ਸੁੱਖ ਨਾਹੀਂ। ਮੇਰੇ ਗੁਰੂ ਨੇ ਕਿਹਾ ਸਭ ਸਖਾਲੀ ਉੱਠੀਆਂ ਇਹ ਹੋਆ ਹਲੇ ਵੀ ਰਾਜ ਜੀਓ। ਸੋ ਇਹ ਜਦੋਂ ਪਾਤਸ਼ਾਹੀ ਦਾਅਵੇ ਦੀ ਗੱਲ ਆਉਂਦੀ ਹੈ ਤੇ 18ਵੀਂ ਸਦੀ ਦੇ ਵਰਤਾਰਿਆਂ ਦੇ ਵਿੱਚੋਂ ਤੁਹਾਨੂੰ ਇਸ ਨੂੰ ਸਮਝਣਾ ਪੈਣਾ। ਨਾਦਰ ਸ਼ਾਹ ਨੇ ਹਮਲਾ ਕੀਤਾ, ਵਕਤ ਦਾ ਮੈਨੂੰ ਦੱਸ ਦਿਓ ਜੀ, ਇਹ ਨਾ ਹੋਵੇ ਕਈ ਵਾਰੀ ਸੁਣ ਰਹੇ ਸਰੋਤੇ ਜਿਹੜੇ ਹੁੰਦੇ ਨੇ ਨਾ ਉਹ ਬੋਰ ਹੋ ਜਾਂਦੇ ਤੇ ਬੁਲਾਰਾ ਆਪਣੇ ਲੋਰ 'ਚ ਬੋਲੀ ਜਾਂਦਾ। ਜਦੋਂ ਸਮਾਪਤ ਕਰਨਾ ਹੋਇਆ ਮੈਨੂੰ ਦੱਸ ਦਿਓ ਤੁਸੀਂ। ਨਾਦਰ ਸ਼ਾਹ ਹਮਲਾ ਕਰਦਾ ਹਿੰਦੁਸਤਾਨ ਦੇ ਉੱਪਰ, ਅਤੇ ਨਾਦਰ ਸ਼ਾਹ ਦਾ ਸਿੱਖ ਜਗ੍ਹਾ ਜਗ੍ਹਾ ਦੇ ਉੱਪਰ, ਜਿੱਥੇ ਵੀ ਸਿੱਖਾਂ ਦਾ ਦਾਅ ਲੱਗਦਾ ਹੈ, ਦਿੱਲੀ ਤੋਂ ਲੈ ਕੇ ਰੋਹਤਾਸ ਤੱਕ, ਉਸਦਾ ਰਾਹ ਰੋਕਦੇ ਨੇ, ਉਸ ਨੂੰ ਲੁੱਟਦੇ ਵੀ ਨੇ। ਅਖੀਰ ਨਾਦਰ ਸ਼ਾਹ ਲਾਹੌਰ ਦੇ ਗਵਰਨਰ ਦੇ ਨਾਲ ਇੱਕ ਵਾਰਤਾਲਾਪ ਕਰਦਾ ਹੈ, ਕਹਿੰਦਾ ਕੌਣ ਨੇ ਜਿਨ੍ਹਾਂ ਨੇ ਲੁੱਟਿਆ? ਉਹ ਕਹਿੰਦਾ ਸਿੱਖ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲਾਂ ਦੇ ਵਿੱਚ। ਕਹਿੰਦਾ ਘਰ ਕਿੱਥੇ ਨੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ। ਕਹਿੰਦਾ ਪਾਉਂਦੇ ਕੀ ਹੈ? ਕਹਿੰਦਾ ਇੱਕ ਭੂਰਾ ਹੁੰਦਾ, ਕਈ ਵਾਰੀ ਨੰਗੇ ਪਿੰਡੇ ਹੁੰਦੇ ਨੇ। ਕਹਿੰਦਾ ਖਾਂਦੇ ਕੀ ਹੈ? ਕਹਿੰਦਾ ਰੁੱਖਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ। ਕਹਿੰਦਾ ਖਵਾਉਂਦਾ ਕੌਣ ਹੈ? ਕਹਿੰਦਾ ਇਹ ਤਾਂ ਨਹੀਂ ਪਤਾ, ਦੋ ਜਵਾਬ ਨਹੀਂ ਮੈਂ ਦੇ ਸਕਦਾ, ਖਾਂਦੇ ਕਿਵੇਂ ਹੈ, ਖਵਾਉਂਦਾ ਕੌਣ ਹੈ, ਪਰ ਮੈਂ ਇੱਕ ਗੱਲ ਦੱਸਦਾ ਵੀ ਖਾਣ ਦਾ ਢੰਗ ਕੀ ਹੈ। ਉਹ ਕਹਿੰਦਾ ਉਹ ਕੀ ਹੈ? ਕਹਿੰਦਾ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਅਤੇ ਫਿਰ ਕਹਿੰਦੇ ਨੇ ਭੁੱਖਾ ਦੇਤ ਆਵਾਜ਼ਾਂ ਕੋਈ ਆਵੋ ਦੇਗ ਤਿਆਰ ਗੁਰ ਹੋਈ। ਫਿਰ ਨਗਾਰਾ ਵਜਾ ਕੇ ਕਹਿੰਦੇ ਨੇ ਵੀ ਸਾਡਾ ਲੰਗਰ ਤਿਆਰ, ਜੇ ਕੋਈ ਦੁਸ਼ਮਣ ਵੀ ਸਾਡੇ ਨਗਾਰੇ ਦੀ ਆਵਾਜ਼ ਸੁਣਦੇ ਆ ਤਾਂ ਆ ਕੇ ਲੰਗਰ ਛੱਕ ਲਵੇ। ਬੜੀ ਅਜੀਬ ਗੱਲ ਹੈ। ਕਹਿੰਦਾ ਜੇ ਦੁਸ਼ਮਣ ਆ ਜਾਵੇ ਲੰਗਰ ਛਕਣਾ? ਕਹਿੰਦਾ ਆ ਜਾਵੇ, ਹੱਥ ਨਹੀਂ ਚੁੱਕਦੇ ਉੱਤੇ। ਕਹਿੰਦਾ ਜੇ ਦੁਸ਼ਮਣ ਸਾਰਾ ਹੀ ਖਾ ਜਾਵੇ, ਇਹਨਾਂ ਜੋਗਾ ਬਚੇ ਨਾ? ਕਹਿੰਦਾ ਤਾਂ ਵੀ ਮਨ ਦੇ ਵਿੱਚ ਰੰਜ ਨਹੀਂ ਕਰਦੇ। ਕਹਿੰਦਾ ਦੁਸ਼ਮਣ ਨੂੰ ਛਕਾ ਕੇ ਆਪ ਭੁੱਖੇ ਪੇਟ ਗੁਰੂ ਦੇ ਅੱਗੇ ਅਰਦਾਸ ਕਹਿੰਦੇ ਨੇ, ਬੱਚੇ ਤੋਂ ਦਾਣਾ ਆਪ ਖਲੇ ਹੈ, ਨਹੀਂ ਤੋ ਲੰਗਰ ਮਸਤ ਬਤੇ ਹੈ। ਪਾਤਸ਼ਾਹ ਲੰਗਰ ਮਸਤਾਨਾ ਹੋ ਗਿਆ, ਸਾਨੂੰ ਭੁੱਖ ਦਾ ਹੀ ਬਹਾਨਾ ਮੰਨਣਾ ਪੈਣਾ। ਫਿਰ ਉਹਨੇ ਪਤਾ ਕੀ ਕਿਹਾ? ਕਹਿੰਦਾ ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ, ਇਹ ਤੁਹਾਡਾ ਪਾਤਸ਼ਾਹੀ ਦਾ ਵਾ। ਕਹਿੰਦਾ ਜੇ ਸਿੱਖਾਂ ਦੇ ਵਿੱਚ ਇੰਨੇ ਗੁਣ ਨੇ ਤੇ ਇਹਨਾਂ ਦੇ ਵਿੱਚੋਂ, ਇਹ ਨਾਦਰ ਸ਼ਾਹ ਕਹਿ ਰਿਹਾ, ਫਿਰ ਇਹਨਾਂ ਦੇ ਵਿੱਚੋਂ ਬਾਦਸ਼ਾਹ ਦਾ ਦਾਵਾ ਖਤਮ ਨਹੀਂ ਕੀਤਾ ਜਾ ਸਕਦਾ। ਅਜ਼ੀ ਕੌਮ, ਕਹਿੰਦਾ ਫਿਰ ਤੇ ਹਮੇਸ਼ਾ ਇਹਨਾਂ ਦੇ ਜਿਸਮ ਦੇ ਵਿੱਚੋਂ ਨਾ ਬਾਦਸ਼ਾਹੀ ਦਾਵੇ ਦੀ ਬੋ ਆਵੇਗੀ। ਅਜ਼ੀ ਕੌਮ ਬੂ ਬਾਦਸ਼ਾਹੀਏ ਆਮਦ, ਫਿਰ ਤਾਂ ਹਮੇਸ਼ਾ ਹੀ ਆਵੇਗੀ। ਉਹਨੇ ਜ਼ਕਰੀਆ ਖਾਨ ਨੂੰ ਕਿਹਾ ਇਹ ਨਹੀਂ ਉਹ ਹਰਾਏ ਜਾਣੇ, ਇਹ ਨਹੀਂ ਉਹ ਖਤਮ ਹੋਣੇ, ਕਿਸੇ ਤਰ੍ਹਾਂ ਪਿਆਰ ਦੇ ਨਾਲ ਵੱਸ 'ਚ ਕਰ ਲਾ। ਅਤੇ ਜ਼ਕਰੀਆ ਖਾਨ ਨੇ ਜੰਬਰ ਪਿੰਡ ਦੇ ਰਾਏ ਭਾਗੂ, ਜਿਹੜੇ ਤੀਸਰੇ ਪਾਤਸ਼ਾਹ ਦੇ ਸਮੇਂ ਸਿੱਖੀ 'ਚ ਆਏ ਸੀ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਸ਼ਬੇਕ ਸਿੰਘ ਨੂੰ ਨਵਾਬੀ ਦੀ ਖਿੱਲਤ ਦੇ ਕੇ ਭੇਜ ਦਿੱਤਾ ਖਾਲਸੇ ਦੇ ਕੋਲ। ਹੁਣ ਇੱਥੇ ਅਸੀਂ ਪਾਤਸ਼ਾਹੀ ਦਾਵਾ ਸਮਝਣਾ। ਜੇਕਰ ਤੁਸੀਂ ਇਸ ਵਰਤਾਰੇ ਨੂੰ ਸਮਝ ਜਾਓਗੇ ਨਾ, ਤਾਂ ਮੈਂ ਸਮਝੂੰਗਾ ਕਿ ਜਿਹੜੇ ਪਾਤਸ਼ਾਹੀ ਦਾਅਵੇ ਦੀ ਗੱਲ ਦੀਪ ਕਰਦਾ ਸੀ, ਅੱਜ ਅਸੀਂ ਸਮਝ ਗਏ। ਕਿਉਂਕਿ ਗੱਲ ਸਭ ਤੋਂ ਪਹਿਲਾਂ ਇੱਥੇ ਆਉਂਦੀ, ਪਾਤਸ਼ਾਹੀ ਦਾਵਾ। ਉਹ ਕਹਿੰਦਾ ਕਿ ਇਹਨਾਂ ਨੂੰ ਪੇਸ਼ਕਸ਼ ਕਰੋ, ਦਿਪਾਲਪੁਰ, ਝਬਾਲ ਅਤੇ ਕੰਗਨਵਾਲ, ਤਿੰਨ ਪਿੰਡਾਂ ਦੀ ਜ਼ਗੀਰ, 1 ਲੱਖ ਰੁਪਈਆ ਨਗਦ
ਇੱਕ ਕਲਗੀ ਤੇ ਜ਼ਿਗਾ, ਇੱਕ ਮੋਤੀਆਂ ਦੀ ਮਾਲਾ, ਸੋਨੇ ਦੇ ਕੰਗਣਾਂ ਦੀ ਜੋੜੀ ਤੇ ਇੱਕ ਕਿਰਪਾਨ ਲੈ ਕੇ ਸਰਦਾਰ ਸ਼ਬੇਕ ਸਿੰਘ ਖਾਲਸੇ ਦੇ ਕੋਲ ਆਉਂਦੇ ਨੇ। ਖਾਲਸੇ ਦੇ ਉਸ ਵੇਲੇ ਜਥੇਦਾਰ ਨੇ ਸਰਦਾਰ ਦਰਬਾਰਾ ਸਿੰਘ, 1733 ਦੀ ਘਟਨਾ ਅਪ੍ਰੈਲ ਦੀ, ਕੇਵਲ ਤੇ ਕੇਵਲ 1716 ਤੋਂ ਬਾਅਦ 1733, ਤੁਸੀਂ ਆਪ ਵੇਖ ਲਓ 17 ਸਾਲ ਦਾ ਸਮਾਂ ਕਿੱਥੇ ਸਿਰਾਂ ਦੇ ਮੁੱਲ ਪੈ ਰਹੇ ਸੀ, ਕਿੱਥੇ ਨਵਾਬੀ ਆ ਰਹੀ ਹੈ, ਕਿੱਥੇ ਸਿਰਾਂ ਦੇ ਮੁੱਲ, ਕਿੱਥੇ ਨਵਾਬੀ, ਫਰਕ ਕਿੰਨਾ ਹੈ। ਸਰਦਾਰ ਸ਼ਬੇਕ ਸਿੰਘ ਜਦੋਂ ਇਹ ਸਭ ਕੁਝ ਲੈ ਕੇ ਆਏ, ਉਹੀ ਸ਼ਬੇਕ ਸਿੰਘ ਜਿਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਪੁੱਤਰ ਸ਼ਹਿਬਾਜ਼ ਸਿੰਘ ਦੇ ਨਾਲ ਚੱਖੜੀ 'ਤੇ ਚੜ੍ਹ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਹ ਸਰਕਾਰੀ ਵਕੀਲ ਸਨ, ਠੇਕੇਦਾਰ ਵੀ ਸਨ, ਬਹੁਤ ਜ਼ਿਆਦਾ ਉਸ ਸਮੇਂ ਦੇ ਆਲਮ ਫਾਜ਼ਮ ਅਤੇ ਪੜ੍ਹੇ ਲਿਖੇ ਵਿਦਵਾਨ ਵੀ ਸਨ। ਜੰਬਰ ਪਿੰਡ ਦਾ ਰਹਿਣ ਵਾਲਾ ਇਹ ਪਰਿਵਾਰ ਸੀ ਲਾਹੌਰ ਦੇ ਕੋਲ। ਜਦੋਂ ਨਵਾਬੀ ਲੈ ਕੇ ਆਏ ਤਾਂ ਕੁਦਰਤਨ ਉੱਥੇ ਤਿੰਨ ਚੀਜ਼ਾਂ ਧਿਆਨ 'ਚ ਰੱਖਿਓ ਇਸ ਦਰਬਾਰ ਦੇ ਵਿੱਚ, ਇਹਨੂੰ ਸਮਝਣ ਦਾ ਯਤਨ ਕਰਿਓ। ਪਾਤਸ਼ਾਹੀ ਦਾਵਾ ਕੀ ਹੁੰਦਾ ਹੈ? ਉਹ ਬਹੁਤ ਉੱਚਾ ਹੁੰਦਾ ਹੈ, ਬਹੁਤ ਉੱਚਾ, ਕਿਉਂਕਿ ਉਹ ਤੁਹਾਡੇ ਰੂਹਾਨੀਅਤ ਦੇ ਫਲਸਫੇ 'ਚੋਂ ਆ ਰਿਹਾ ਹੁੰਦਾ, ਉਹ ਦੁਨਿਆਵੀ ਤੌਰ 'ਤੇ ਨਹੀਂ ਹੁੰਦਾ, ਉਹ ਤੁਹਾਡੇ ਰੂਹਾਨੀਅਤ ਦੇ ਫਲਸਫੇ 'ਚੋਂ ਆ ਰਿਹਾ ਹੁੰਦਾ। ਉਹਨੂੰ ਅਸੀਂ ਅਬਚਲ ਨਗਰ ਕਹਿ ਲਈਏ, ਉਸਨੂੰ ਬੇਗਮਪੁਰਾ ਕਹਿ ਲਈਏ, ਉਸਨੂੰ ਹਲੇਮੀ ਰਾਜ ਕਹਿ ਲਈਏ, ਉਸਨੂੰ ਰਾਜ ਕਰੇਗਾ ਖਾਲਸਾ ਕਹਿ ਲਈਏ, ਪਰ ਉਹ ਕਿੱਥੋਂ ਆ ਰਿਹਾ ਹੁੰਦਾ? ਤੁਸੀਂ ਇਸ ਗੱਲ ਨੂੰ ਸਮਝਣਾ। ਹੁਣ ਉੱਥੇ ਗੁਰੂ ਦਾ ਦਰਬਾਰ ਲੱਗਾ ਹੋਇਆ, ਦਰਬਾਰ ਦੇ ਵਿੱਚ ਸੰਗਤ, ਸੰਗਤ ਦੇ ਵਿੱਚ ਗੁਰੂ, ਅਤੇ ਗੁਰੂ ਦੀ ਤਾਬਿਆ, ਗ੍ਰੰਥ ਦੀ ਤਾਬਿਆ ਜਿਹੜਾ ਪੰਥ ਹੈ, ਉਹਦੀ ਨੁਮਾਇੰਦਗੀ ਕਰਨ ਦੇ ਵਾਸਤੇ ਇੱਕ ਤਾਂ ਪੰਜ ਪਿਆਰੇ ਅਤੇ ਇੱਕ ਕੌਮ ਦਾ ਜਥੇਦਾਰ ਬਾਬਾ ਦਰਬਾਰਾ ਸਿੰਘ। ਪੰਜ ਪਿਆਰਿਆਂ ਦੇ ਵਿੱਚ ਵੀ ਜਿਹੜੀਆਂ ਸ਼ਖਸੀਅਤਾਂ ਨੇ, ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਕਰਮ ਸਿੰਘ ਸ਼ਹੀਦ, ਸਰਦਾਰ ਹਰੀ ਸਿੰਘ, ਸਰਦਾਰ ਬੁੱਢਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ, ਚੜ ਸਿੰਘ ਦਾ ਪਿਤਾ, ਅਤੇ ਸਰਦਾਰ ਜੱਸਾ ਸਿੰਘ, ਇਹ ਪੰਜ ਪਿਆਰਿਆਂ ਦੇ ਵਿੱਚ। ਜਦੋਂ ਪੰਜ ਪਿਆਰਿਆਂ ਦੇ ਕੋਲ ਨਵਾਬੀ ਦੀ ਪੇਸ਼ਕਸ਼ ਆਉਂਦੀ ਹੈ, ਕਿਉਂਕਿ ਗੁਰੂ ਦੇ ਦਰਬਾਰ ਦੇ ਵਿੱਚ ਪੰਜ ਪਿਆਰਿਆਂ ਦਾ ਦਰਜਾ ਉੱਚਾ, ਮੇਰੇ ਗੁਰੂ ਨੇ ਕਹਿ ਦਿੱਤਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਘਰੋਂ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰੂ ਪੂਰਾ। ਜਦੋਂ ਉਹਨਾਂ ਦੇ ਕੋਲ ਆਉਂਦੀ ਹੈ ਤਾਂ ਪੰਜ ਪਿਆਰੇ, ਸਾਡੇ ਪੰਜ ਜਥੇਦਾਰ, ਉਹਨਾਂ ਦਾ ਜਵਾਬ ਕੀ ਹੈ ਸ਼ਬੇਕ ਸਿੰਘ ਨੂੰ? ਕਹਿੰਦੇ ਸ਼ਬੇਕ ਸਿੰਘ ਵੀ ਸਾਡੇ ਨਾਲ ਤਾਂ ਇਹਦੇ 'ਤੇ ਗੱਲ ਹੀ ਨਹੀਂ ਹੋ ਸਕਦੀ ਨਾ, ਇਸ ਮੁੱਦੇ 'ਤੇ ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋ ਸਕਦੀ ਨਾ। ਅੱਜ ਤੁਸੀਂ ਵੇਖ ਲਓ ਕਿਤੇ ਕੋਈ ਮਾੜਾ ਜਿਹਾ ਰਾਜਨੀਤਿਕ ਲੀਡਰ ਆ ਜਾਵੇ ਤਾਂ ਸਾਡੇ ਜਥੇਦਾਰ ਕੁਰਸੀਆਂ ਛੱਡ ਦਿੰਦੇ ਨੇ, ਵੇਖਦੇ ਹੋ ਅੱਜ ਤੁਸੀਂ ਕੀ ਵਰਤਾਰਾ। ਪਰ ਉਹ ਵੇਖੋ, ਉਹ ਪਤਾ ਕੀ ਕਹਿੰਦੇ? ਕਹਿੰਦੇ ਪਾਤਸ਼ਾਹੀ ਛੱਡ ਕਿਵ ਲਿਵੇਂ ਨਵਾਬੀ, ਇੱਤ ਉੱਤ ਕਿਮ ਹਮ ਕਰੇ ਖਰਾਬੀ। ਸਰਦਾਰ ਸ਼ਬੇਕ ਸਿੰਘ ਪੰਜ ਪਿਆਰਿਆਂ ਤੋਂ ਵੱਡਾ ਤਾਂ ਉਹਦਾ ਹੀ ਕੋਈ ਨਹੀਂ, ਅਤੇ ਇਸ ਗੁਰੂ ਦੀ ਦਿੱਤੀ ਪਾਤਸ਼ਾਹੀ ਨੂੰ ਛੱਡ ਕੇ ਅਸੀਂ ਤੇਰੀ ਛੋਟੀ ਜਿਹੀ ਨਵਾਬੀ ਲਈਏ, ਇਹਦੇ ਬਾਰੇ ਤਾਂ ਕਦੀ ਤੂੰ ਸੋਚ ਵੀ ਨਹੀਂ ਸਕਦਾ। ਹੁਣ ਇਸ ਨੂੰ ਇੱਕ ਦੁਨਿਆਵੀ ਨਜ਼ਰੀਏ ਤੋਂ ਵੇਖੋ, ਇਹ ਹੈ ਤਾਂ ਲਾਲਚ ਨਾ, ਵੀ ਤੁਹਾਨੂੰ ਪੈਸਾ ਵੀ ਦਿੱਤਾ ਜਾ ਰਿਹਾ, ਤਿੰਨ ਪਿੰਡਾਂ ਦੀ ਜ਼ਗੀਰ ਵੀ ਦਿੱਤੀ ਜਾ ਰਹੀ ਹੈ, ਤੁਹਾਡਾ ਕਤਲੇਆਮ ਨਹੀਂ ਹੋਏਗਾ, ਤੁਹਾਨੂੰ ਇੱਕ ਛੋਟਾ ਜਿਹਾ ਅਹੁਦਾ ਵੀ ਦਿੱਤਾ ਜਾ ਰਿਹਾ ਨਵਾਬੀ ਦਾ, ਹੈ ਤਾਂ ਲਾਲਚ। ਲਾਲਚ ਕਿਉਂ ਆ? ਤੁਸੀਂ ਸੰਘਰਸ਼ ਨੂੰ ਛੱਡ ਦਿਓ, ਕਿਉਂਕਿ ਜਿਹੜੀ ਸਟੇਟ ਹੈ ਉਹ ਤੁਹਾਨੂੰ ਇੱਕ ਪੇਸ਼ਕਸ਼ ਦੇ ਰਹੀ ਹੈ। ਸੋ ਮੈਂ ਕਈ ਵਾਰੀ ਕਹਿੰਦਾ ਹੁੰਦਾ, ਕਈ ਵਾਰੀ ਬੰਦੇ ਕਹਿੰਦੇ ਆ ਕਿ ਫਲਾਣਾ ਬੰਦਾ ਕਰਪਟ ਨਹੀਂ ਹੈਗਾ, ਭ੍ਰਿਸ਼ਟ ਨਹੀਂ ਹੈਗਾ। ਕਈ ਵਾਰੀ ਬੰਦਾ ਕਰਪਟ ਤਾਂ ਹੁੰਦਾ ਪਰ ਉਹਨੂੰ ਕਰਪਸ਼ਨ ਦਾ ਮੌਕਾ ਹੀ ਨਹੀਂ ਮਿਲਿਆ ਹੁੰਦਾ। ਬੰਦਾ ਇਮਾਨਦਾਰ ਤਾਂ ਉਦੋਂ ਸਿੱਧ ਹੁੰਦਾ ਜਦੋਂ ਬੇਈਮਾਨ ਕਰਨ ਦਾ ਦਰਵਾਜ਼ਾ ਉਹਦੇ ਕੋਲ ਹੋਵੇ, ਜਿਹਦੇ ਕੋਲ ਬੇਈਮਾਨੀ ਕਰਨ ਦਾ ਰਾਹ ਹੀ ਨਹੀਂ ਹੈਗਾ, ਉਹ ਕਿਵੇਂ ਕਰਪਟ ਹੋਵੇਗਾ? ਸੋ ਪਾਤਸ਼ਾਹੀ ਦਾਵਾ ਉਦੋਂ ਆਉਂਦਾ ਜਦੋਂ ਸਟੇਟ ਦੇ ਵੱਲੋਂ ਤੁਹਾਨੂੰ ਲਾਲਚ ਦੇ ਵਿੱਚ ਲਿਆਂਦਾ ਜਾ ਰਿਹਾ ਹੁੰਦਾ। ਜਦੋਂ ਹੁਣ ਸਰਦਾਰ ਦਰਬਾਰਾ ਸਿੰਘ ਦੇ ਕੋਲ ਜਾਂਦੇ ਨੇ, ਸਰਦਾਰ ਸ਼ਬੇਕ ਸਿੰਘ ਉਸੇ ਨਵਾਬੀ ਦੀ ਖਿੱਲਤ ਨੂੰ ਲੈ ਕੇ, ਅਤੇ ਦਰਬਾਰਾ ਸਿੰਘ ਪਤਾ ਕੀ ਕਹਿੰਦੇ ਨੇ? ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਬੜੀ ਸਿੱਧੀ ਜੀ ਗੱਲ, ਕਹਿੰਦੇ ਗੁਰੂ ਨੇ ਕਿਹਾ ਸੀ ਸਤਿਗੁਰ ਹਮਕੋ ਪਾਤਸ਼ਾਹੀ ਦਈ, ਹਮਕੋ ਲੋੜ ਨਵਾਬੀ ਨਾਹੀ, ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਕਹਿੰਦੇ ਸਰਦਾਰ ਸ਼ਬੇਕ ਸਿੰਘ ਤੇਰਾ ਆਇਆ ਸਿਰ ਮੱਥੇ, ਪਰ ਇੱਕ ਗੱਲ ਯਾਦ ਰੱਖੀ ਕਿ ਨਿਸ਼ਾਨਾ ਪਾਤਸ਼ਾਹੀ ਦਾਵਾ ਹੈ, ਕਿਸੇ ਦੇ ਗੁਲਾਮ ਬਣ ਕੇ ਨਹੀਂ ਰਹਿਣਾ, ਨਵਾਬੀ ਨਹੀਂ ਲੈਣੀ। ਸਾਡਾ ਨਿਸ਼ਾਨਾ, ਸਾਡਾ ਮਕਸਦ ਜਿਹੜਾ ਉਹ ਪਾਤਸ਼ਾਹੀ ਦਾਵਾ ਹੈ, ਅਤੇ ਕਹਿੰਦੇ ਉਹ ਮਿਲ ਚੁੱਕਾ, ਉਹ ਮਿਲ ਚੁੱਕਾ। ਉਹ ਕਹਿੰਦਾ ਕਿਵੇਂ? ਕਹਿੰਦਾ ਗੁਰੂ ਨੇ ਕਹਿ ਦਿੱਤਾ ਨਾ ਰਾਜ ਕਰੇਗਾ ਖਾਲਸਾ।
ਕਹਿੰਦਾ ਕਿ ਮਿਲ ਕਿਵੇਂ ਚੁੱਕਾ ਹੈ? ਕਹਿੰਦਾ ਮਿਲ ਇਵੇਂ ਚੁੱਕਾ ਹੈ ਕਿ ਜੇਕਰ ਜਿਉਂਦੇ ਰਹੇ ਤਾਂ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਲਵਾਂਗੇ, ਅਤੇ ਜੇਕਰ ਜੂਝ ਤੇ ਸ਼ਹੀਦ ਹੋ ਗਏ ਤਾਂ ਗੁਰੂ ਦੀ ਗੋਦ 'ਚ ਬਾਦਸ਼ਾਹੀ ਹੈ। ਸਾਡੇ ਕੋਲ ਤਾਂ ਬਾਦਸ਼ਾਹੀ ਹੈ, ਜਿਉਂਦਿਆਂ ਵੀ ਆ, ਜਾਂ ਇਤਕੋ ਜਾਂ ਅਗਲੋ ਪਾਵਾ, ਇੱਥੇ ਜੂਝ ਕੇ ਲਵਾਂਗੇ, ਜੂਝ ਕੇ ਸ਼ਹੀਦ ਹੋ ਗਏ ਅਤੇ ਗੁਰੂ ਦੀ ਗੋਦ 'ਚ ਬਾਦਸ਼ਾਹੀ ਹੈ। ਸਾਡੇ ਵਾਸਤੇ ਤਾਂ ਦੋਵਾਂ ਸਥਾਨਾਂ 'ਤੇ ਪਾਤਸ਼ਾਹੀ ਹੈ ਨਾ, ਜੇ ਅਸੀਂ ਗੁਰੂ ਦੇ ਵਰਤਾਰੇ ਨੂੰ ਸਮਝੀਏ। ਅਗਲੀ ਗੱਲ, ਮੈਂ ਵਕਤ ਥੋੜ੍ਹਾ ਜ਼ਿਆਦਾ ਲੈ ਗਿਆ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਕਹੀ ਹੈ ਕਿ ਖੁਸ਼ ਵਕਤ ਫਿਰ ਦੋਸੀਏ ਖੁਸ਼ ਬਿਆਂ ਸ਼ਤਾਬੀ ਸ਼ਵਦਕਾਰੇ ਆਹਰ ਮਨਾ। ਔਰੰਗਜ਼ੇਬ, ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਫਰਦੋਸੀ ਨੇ ਇੱਕ ਗੱਲ ਸ਼ਾਹਨਾਮੇ 'ਚ ਬੜੀ ਪਿਆਰੀ ਲਿਖੀ ਹੈ ਕਿ ਕਾਹਲੀ ਕਰਨਾ ਮੂਰਖ ਅਤੇ ਸ਼ੈਤਾਨ ਬੰਦੇ ਦਾ ਕੰਮ ਹੈ। ਇਹ ਗੁਰੂ ਸਾਹਿਬ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਕਹਿੰਦੇ ਨੇ ਕਿ ਖੁਸ਼ ਵਕਤ ਫਿਰਦੋਸੀਏ ਖੁਸ਼ ਬਿਆਂ ਸ਼ਤਾਬੀ ਸ਼ਵਦਕਾਰੇ ਆਹਰ ਮਨਾ। ਕਾਹਲੀ ਦੇ ਵਿੱਚ ਫੈਸਲਾ ਲੈਣਾ ਸ਼ੈਤਾਨ ਅਤੇ ਮੂਰਖ ਬੰਦੇ ਦਾ ਕੰਮ ਹੈ, ਸਿਆਣੇ ਲੀਡਰ ਦਾ ਕੰਮ ਨਹੀਂ। ਔਰ ਇਹੀ ਕੁਝ 17 ਜਨਵਰੀ ਨੂੰ ਹੋਇਆ ਜਦੋਂ ਕਾਹਲੀ ਦੇ ਵਿੱਚ ਲੀਡਰਸ਼ਿਪ ਨੇ ਫੈਸਲੇ ਲੈ ਕੇ ਦੀਪ ਸਿੱਧੂ ਵਰਗੇ ਨੌਜਵਾਨਾਂ ਨੂੰ ਮੰਚ ਦੇ ਉੱਪਰੋਂ ਗਦਾਰ ਐਲਾਨ ਦਿੱਤਾ। ਇਹ ਕਾਹਲੀ 'ਚ ਲਿਆ ਗਿਆ ਉਹ ਫੈਸਲਾ ਸੀ ਜਿਹਦਾ ਪਛਤਾਵਾ ਹੁਣ ਸਾਰਿਆਂ ਨੂੰ ਹੈ, ਕਿਉਂਕਿ ਉਹ ਸਾਬਤ ਨਹੀਂ ਹੋ ਸਕਿਆ ਕਿ ਉਸਨੇ ਲਹਿਰ ਦੇ ਨਾਲ ਕੋਈ ਗਦਾਰੀ ਕੀਤੀ ਹੈ। ਉਹ ਸਾਬਤ ਨਹੀਂ ਹੋ ਸਕਿਆ ਕਿ ਉਹ ਏਜੰਸੀਆਂ ਦਾ ਬੰਦਾ ਸੀ। ਉਹ ਸਾਬਤ ਨਹੀਂ ਹੋ ਸਕਿਆ ਕਿ ਉਹ ਕਿਸੇ ਰਾਜਸੀ ਧਿਰ ਦਾ ਭੇਜਿਆ ਹੋਇਆ ਬੰਦਾ ਸੀ। ਪਰ ਕਾਹਲੀ ਦੇ ਵਿੱਚ ਜਿਹੜੇ ਲੋਕਾਂ ਨੇ ਫਤਵੇ ਦੇ ਦਿੱਤੇ, ਉਹ ਜਿਹੜੀ ਸ਼ਰਮਿੰਦਗੀ ਅਤੇ ਜਿਹੜਾ ਪਛਤਾਵਾ ਹੈ, ਉਹ ਕਦੀ ਵੀ ਇਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਜਾ ਨਹੀਂ ਸਕਦਾ। ਲੀਡਰਸ਼ਿਪ ਤਾਂ ਹਮੇਸ਼ਾ ਨੌਜਵਾਨ ਗਾਂਹ ਵੱਧ ਕੇ ਕੋਈ ਕਾਰਵਾਈ ਕਰ ਵੀ ਦੇਣ ਨਾ, ਲੀਡਰਸ਼ਿਪ ਤਾਂ ਔਨ ਕਰਦੀ ਹੁੰਦੀ ਹੈ, ਕਹਿੰਦੀ ਹੁੰਦੀ ਹੈ ਵੀ ਇਹ ਸਾਡਾ ਹੈ। ਲੀਡਰਸ਼ਿਪ ਦੀ ਕੁਆਲਿਟੀ ਹੈ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਉਦਾਹਰਨ ਦੇ ਦਿਆਂ, ਜੇ ਤੁਸੀਂ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਸਿੰਘ ਮੈਦਾਨੇ ਜੰਗ 'ਚੋਂ ਲੜ ਕੇ ਜੰਗਲਾਂ ਦੇ ਵਿੱਚ ਨੇ, ਅਤੇ ਜੰਗਲਾਂ ਦੇ ਵਿੱਚੋਂ ਅਚਾਨਕ ਇੱਕ ਪ੍ਰੋਗਰਾਮ ਬਣਦਾ ਹੈ ਕਿ ਕਿਉਂ ਨਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਦੀਦਾਰ ਕੀਤੇ ਜਾਣ, ਅਤੇ ਸਰਦਾਰ ਚੜ੍ਹ ਸਿੰਘ, ਸਰਦਾਰ ਨਿਬਾਹੂ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਬਘੇਲ ਸਿੰਘ ਹੁਣੀ, ਇਹ ਸਾਰੇ ਸਿੰਘ ਜਿਹੜੇ ਆ ਜਾਂਦੇ ਨੇ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਪਾਕਿਸਤਾਨ ਦੇ ਵਿੱਚ, ਜਿੱਥੇ ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਗਏ ਸੀ। ਜਦੋਂ ਉੱਥੇ ਦਰਸ਼ਨ ਦੀਦਾਰੇ ਕਰਨ ਦੇ ਵਾਸਤੇ ਬਾਹਰ ਦਲ ਆਉਂਦਾ ਹੈ, ਘੋੜੇ ਬਾਹਰ ਬੰਨ੍ਹਦੇ ਨੇ, ਲੰਗਰ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਨੇ, ਅਤੇ ਉਸ ਵੇਲੇ ਮੁਲਤਾਨ ਦੇ ਉਸ ਵੇਲੇ ਦੇ ਗਵਰਨਰ ਜਸਪਤ ਰਾਏ ਨੂੰ, ਲਖਪਤ ਰਾਏ ਦਾ ਭਰਾ, ਉਸ ਨੂੰ ਸੁਨੇਹਾ ਮਿਲਦਾ ਹੈ ਕਿ ਸਿੱਖਾਂ ਦਾ ਇੱਕ ਦਲ ਇੱਥੇ ਆ ਕੇ ਉਤਰਿਆ। ਉਸ ਨੇ ਆਪਣੇ ਫੌਜ ਲਈ ਤੇ ਸਾਹਮਣੇ ਆ ਗਿਆ, ਕਹਿੰਦਾ ਕਿ ਤੁਸੀਂ ਇੱਥੋਂ ਜਾਓ, ਮੁਲਤਾਨ ਦਾ ਗਵਰਨਰ ਮੈਂ ਹਾਂ। ਸਰਦਾਰ ਚੜ੍ਹ ਸਿੰਘ ਨੇ ਬੜੇ ਪਿਆਰ ਦੇ ਨਾਲ ਉਸਨੂੰ ਸਮਝਾਇਆ, ਕਹਿੰਦੇ ਜਸਪਤ ਰਾਏ, ਵੇਖ ਅਸੀਂ ਲੜਨ ਨਹੀਂ ਆਏ ਅਤੇ ਨਾ ਅਸੀਂ ਇੱਥੇ ਲੜਨਾ ਚਾਹੁੰਦੇ ਹਾਂ, ਕਿਉਂਕਿ ਮਕਸਦ ਗੁਰੂ ਦੇ ਦੀਦਾਰ ਕਰਨਾ ਹੈ। ਲੜਨ ਨਹੀਂ ਆਏ, ਨਾ ਲੜਨਾ ਚਾਹੁੰਦੇ ਹਾਂ, ਅਸੀਂ ਮੱਥਾ ਟੇਕਣਾ, ਲੰਗਰ ਛਕਣਾ, ਅਰਦਾਸ ਕਰਨੀ ਹੈ ਅਤੇ ਫਿਰ ਜੰਗਲਾਂ 'ਚ ਚਲੇ ਜਾਣਾ, ਪਰ ਅੱਜ ਸਾਡਾ ਲੜਨ ਦਾ ਕੋਈ ਮਕਸਦ ਨਹੀਂ, ਨਾ ਇਹ ਸਾਡਾ ਮੰਤਵ ਹੈ। ਜਸਪਤ ਰਾਏ ਗੱਲਾਂ ਕਰਦਾ ਕਰਦਾ ਗਰਮ ਹੋ ਗਿਆ, ਕਹਿੰਦਾ ਕਿ ਇੱਥੋਂ ਘੋੜੇ ਖੋਲ੍ਹਣੇ ਆ ਕਿ ਮੈਂ ਖੋਲ੍ਹ ਕੇ ਫਿਰ ਤੁਹਾਡੇ ਕੇਸਾਂ ਦੀਆਂ ਰੱਸੀਆਂ ਵੱਟ ਕੇ ਬੰਨ੍ਹ ਲਵਾਂ। ਜਦੋਂ ਕੇਸਾਂ ਦੇ ਬਾਰੇ ਇਹ ਗੱਲ ਕਹੀ ਤਾਂ ਉਸੇ ਵੇਲੇ ਇੱਕ ਸੂਰਮੇ ਨਿਬਾਹੂ ਸਿੰਘ ਨੇ ਜਸਪਤ ਰਾਏ ਦਾ ਹਾਥੀ 'ਤੇ ਚੜ੍ਹ ਕੇ ਸਿਰ ਵੱਢ ਲਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ। ਲੜਾਈ ਹੋ ਪਈ, ਜਸਪਤ ਰਾਏ ਦੀ ਫੌਜ ਵੀ ਭੱਜ ਗਈ ਅਤੇ ਧੜ ਵੀ ਉਹਦਾ ਲੈ ਕੇ ਚਲੇ ਗਏ ਘਰ। ਧੜ ਗਿਆ ਬਿਨਾਂ ਸਿਰ ਤੋਂ, ਸਿਰ ਸਿੱਖਾਂ ਦੇ ਕੋਲ। ਜਦੋਂ ਅੰਤਿਮ ਰਸਮਾਂ ਕਰਨ ਲੱਗੇ ਤਾਂ ਬੱਦੋ ਕੀ ਪਿੰਡ ਦਾ ਰਹਿਣ ਵਾਲਾ ਕਿਰਪਾ ਰਾਮ, ਜਿਹੜਾ ਇਹਨਾਂ ਦਾ ਕੁੱਲ ਪੁਰੋਹਿਤ ਸੀ, ਜਦੋਂ ਉਹਨੂੰ ਸੱਦਿਆ ਕਿ ਇਹਦੀਆਂ ਅੰਤਿਮ ਰਸਮਾਂ ਕਰ ਦਿਓ, ਅਤੇ ਜਦੋਂ ਉਹਨੇ ਲਾਸ਼ ਵੇਖੀ, ਕਹਿੰਦਾ ਲਾਸ਼ 'ਤੇ ਤਾਂ ਸਿਰ ਹੀ ਨਹੀਂ ਹੈਗਾ, ਇਹਦੀ ਗਤੀ ਨਹੀਂ ਹੋਣੀ। ਕਹਿੰਦਾ ਫਿਰ ਕੀ ਕੀਤਾ ਜਾਵੇ, ਸਿਰ ਹੈ ਕਿੱਥੇ? ਕਹਿੰਦਾ ਜੀ ਉਹ ਤਾਂ ਸਿੱਖਾਂ ਕੋਈ ਰਹਿ ਗਿਆ, ਉਹ ਤਾਂ ਸਿਰ ਤਾਂ ਕਿਸੇ ਦੀ ਲੈਣ ਦੀ ਹਿੰਮਤ ਹੀ ਨਹੀਂ ਪਈ ਵੀ ਸਿਰ ਚੁੱਕ ਲਈਏ, ਅਸੀਂ ਤਾਂ ਲਾਸ਼ ਹੀ ਬੜੀ ਮੁਸ਼ਕਿਲ ਚੁੱਕ ਕੇ ਲੈ ਕੇ ਆਏ। ਕਿਰਪਾ ਰਾਮ ਗਸਾਈ ਕਹਿੰਦਾ ਮੈਂ ਸਿੱਖਾਂ ਨੂੰ ਜਾ ਕੇ ਬੇਨਤੀ ਕਰਦਾ ਕਿ ਸਾਡੇ ਧਰਮ ਦੀ ਪਰੰਪਰਾ ਦੇ ਮੁਤਾਬਕ, ਸਾਡੀ ਸੰਸਕ੍ਰਿਤੀ ਦੇ ਮੁਤਾਬਕ, ਜੇ ਧੜ ਦੇ ਨਾਲ ਸਿਰ ਨਾ ਹੋਇਆ ਤਾਂ ਇਹਦੀ ਗਤੀ ਨਹੀਂ ਹੋਣੀ। ਚਲਾ ਗਿਆ ਸਰਦਾਰ ਚੜ੍ਹ ਸਿੰਘ ਹੁਣਾਂ ਦੇ ਕੋਲ। ਸਰਦਾਰ ਚੜ੍ਹ ਸਿੰਘ ਹੁਣਾਂ ਨੂੰ ਬੇਨਤੀ ਕੀਤੀ ਅਤੇ ਜਾਂਦਿਆਂ ਹੀ ਕਿ ਕਿਤੇ ਸਿੰਘ ਮੇਰੇ 'ਤੇ ਵੀ ਕਿਤੇ ਗਰਮ ਨਾ ਹੋ ਜਾਣ, ਲੰਗਰ ਦੇ ਵਾਸਤੇ ਕੁਝ ਮੋਹਰਾਂ ਵੀ ਭੇਟ ਕਰ ਦਿੱਤੀਆਂ। ਅਤੇ ਫਿਰ ਜਾ ਕੇ ਬੜੀ ਅਧੀਨਗੀ ਨਾਲ ਕਹਿੰਦਾ ਜੀ ਜਿਹੜਾ ਮੁਲਤਾਨ ਦਾ ਨਵਾਬ ਹੈ,
ਇਹ ਮੇਰਾ ਚੇਲਾ ਹੈ, ਇਹ ਮੇਰੇ ਜਜਮਾਨ ਨੇ, ਮੈਂ ਇਹਨਾਂ ਦਾ ਪੰਡਿਤ ਹਾਂ, ਅਤੇ ਕਿਰਪਾ ਕਰੋ ਉਹਦਾ ਸਿਰ ਇੱਥੇ ਕਿਤੇ ਪਿਆ ਹੋਣਾ ਵਾਪਸ ਦੇ ਦਿਓ। ਅਤੇ ਸਰਦਾਰ ਚੜ੍ਹ ਸਿੰਘ ਨੇ ਬਾਹੂ ਸਿੰਘ ਨੂੰ ਕਹਿੰਦੇ ਕਹਿੰਦੇ ਕਿੱਥੇ ਆ ਸਿਰ? ਕਹਿੰਦਾ ਜੀ ਉੱਥੇ ਜਿੱਥੇ ਲਾਹ ਕੇ ਸੁੱਟਿਆ ਸੀ ਕਿਤੇ ਉੱਥੇ ਹੀ ਪਿਆ ਹੋਣਾ। ਸਰਦਾਰ ਚੜ੍ਹ ਸਿੰਘ ਪੁੱਛਦੇ ਨੇ ਕਿ ਪੰਡਿਤ ਜੀ ਮਰਨ ਵਾਲਾ ਤਾਂ ਮਰ ਗਿਆ ਅਤੇ ਸਿਰ ਦੀ ਇੰਨੀ ਕੀ ਲੋੜ ਪੈ ਗਈ? ਕਹਿੰਦਾ ਜੀ ਸਾਡੀ ਮਰਿਆਦਾ ਇਹਦੀ ਗਤੀ ਨਹੀਂ ਹੋਣੀ ਜਿੰਨਾ ਚਿਰ ਸਿਰ ਨਾਲ ਨਾ ਹੋਇਆ। ਅਤੇ ਸਰਦਾਰ ਚੜ੍ਹ ਸਿੰਘ ਹੱਸ ਕੇ ਕਹਿੰਦੇ ਆ ਸਿਰ 'ਤੇ ਲੈ ਜਾਓ, ਅਸੀਂ ਸਿਰ ਨੂੰ ਕੀ ਕਰਨਾ ਹੈ, ਪਰ ਜਿਵੇਂ ਦੀਆਂ ਇਹਦੀਆਂ ਕਰਤੂਤਾਂ ਸਿਰ ਲਾ ਕੇ ਵੀ ਗਤੀ ਨਹੀਂ ਹੋਣੀ, ਲੈ ਜਾਓ ਸਿਰ ਤੁਸੀਂ। ਸਿਰ ਦੇ ਦਿੱਤਾ, ਸੰਸਕਾਰ ਕੀਤਾ, ਅਤੇ ਉਸੇ ਸੰਸਕਾਰ ਦੇ ਉੱਪਰ ਆ ਕੇ ਮੁੜ ਕੇ ਇਹਦੇ ਭਰਾ ਜਸਪਤ ਰਾਏ ਨੇ ਸਹੁੰ ਖਾਧੀ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਉਸੇ ਕਿੜ ਦੇ ਵਿੱਚੋਂ ਛੋਟਾ ਘੱਲੂਕਾਰਾ ਹੋਇਆ, ਇੱਕ ਦਿਨ ਦੇ ਵਿੱਚ 15,000 ਸਿੱਖ ਸ਼ਹੀਦ ਹੋਇਆ। ਕੀ ਤੁਸੀਂ ਕਿਤੇ ਇਤਿਹਾਸ ਦੇ ਵਿੱਚ ਮੈਨੂੰ ਇੱਕ ਸ਼ਬਦ ਵਿਖਾ ਦਿਓ ਕਿ ਸਿੱਖਾਂ ਨੇ ਕਦੀ ਆਪਣੀ ਲੀਡਰਸ਼ਿਪ ਨੇ ਆਪਣੇ ਨੌਜਵਾਨ ਦੇ ਵਿੱਚ ਦੋਸ਼ ਕੱਢਿਆ ਹੋਵੇ ਵੀ ਜੇ ਕਿਤੇ ਨਿਭਾਊ ਸਿੰਘ ਲਖਪਤ ਜਸਪਤ ਰਾਏ ਦਾ ਸਿਰ ਨਾ ਵੜਦਾ ਤਾਂ ਸਾਡਾ 15,000 ਸਿੱਖ ਸ਼ਹੀਦ ਨਹੀਂ ਸੀ ਹੋਣਾ? ਉਹਨਾਂ ਕਹਿੰਦੇ ਜੋ ਕੀਤਾ ਠੀਕ ਕੀਤਾ, ਅਣਖ ਦੇ ਨਾਲ ਕੀਤਾ, ਬਹਾਦਰੀ ਦੇ ਨਾਲ ਕੀਤਾ। ਇਹ ਲੀਡਰਸ਼ਿਪ ਹੁੰਦੀ ਹੈ ਜਿਹੜੀ ਆਪਣੀ ਨੌਜਵਾਨੀ ਨੂੰ ਔਨ ਕਰਦੀ ਹੈ, ਨਹੀਂ ਤਾਂ ਸੰਘਰਸ਼ ਨਹੀਂ ਲੜੇ ਜਾ ਸਕਦੇ। ਨਹੀਂ ਤਾਂ ਸਿੱਖ ਕਹਿੰਦੇ ਯਾਰ ਇੱਕ ਬਲਤਾਨ ਦੇ ਗਵਰਨਰ ਦਾ ਸਿਰ ਵੱਢ ਕੇ ਸਾਡਾ 15,000 ਸਿੰਘ ਸਾਨੂੰ ਸ਼ਹੀਦ ਕਰਾਉਣਾ ਪਿਆ, ਇੰਝ ਨਹੀਂ ਹੁੰਦਾ। ਸੋ ਜਦੋਂ ਅਸੀਂ ਕਾਹਲੀ 'ਚ ਇਵੇਂ ਦੇ ਫੈਸਲੇ ਲੈਂਦੇ, ਕਿਸੇ ਨੂੰ ਗਦਾਰ ਕਹਿ ਦੇਣਾ, ਕਿਸੇ ਨੂੰ ਏਜੰਸੀਆਂ ਦਾ ਕਹਿ ਦੇਣਾ, RSS ਦਾ ਕਹਿ ਦੇਣਾ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ ਕਿ ਰੂਸ ਦੇ ਜ਼ਾਰ ਦੇ ਖਿਲਾਫ ਲੜਨ ਵਾਲਾ ਇੱਕ ਜਰਨੈਲ ਹੋਇਆ ਇਮਾਮ ਸ਼ਮੀਲ। ਇਮਾਮ ਸ਼ਮੀਲ ਬਹੁਤ ਚਿਰ ਲੜਦਾ ਰਿਹਾ, ਅਖੀਰ ਉਸਦੇ ਆਪਣੇ ਸਾਥੀ ਨੇ ਧੋਖਾ ਕੀਤਾ ਅਤੇ ਉਹਦੀ ਪਿੱਠ ਦੇ ਵਿੱਚ ਖੰਜਰ ਮਾਰ ਦਿੱਤਾ। ਜੰਗ ਹਾਰੀ ਜਾ ਚੁੱਕੀ ਸੀ, ਇਮਾਮ ਸ਼ਮੀਲ ਘੋੜੇ ਤੋਂ ਉਤਰਿਆ, ਲਹੂ ਲਹਾਨ ਹੋਇਆ ਸੀ ਖੂਨ ਦੇ ਨਾਲ, ਖੂਨ ਦੇ ਨਾਲ ਲਹੂ ਲਹਾਨ ਹੋਇਆ, ਘੋੜੇ ਤੋਂ ਉਤਰਿਆ ਅਤੇ ਆਪਣੀ ਤਲਵਾਰ ਦਾ ਆਸਰਾ ਲੈ ਕੇ ਖਲੋਤਾ। ਹੁਣ ਧੋਖਾ ਆਪਣਿਆਂ ਨੇ ਕੀਤਾ ਸੀ, ਪਿੱਠ 'ਚ ਖੰਜਰ ਆਪਣਿਆਂ ਤੋਂ ਵੱਜਿਆ ਸੀ, ਅਤੇ ਸਾਹਮਣੇ ਜੇਤੂ ਜਰਨੈਲ ਖੜਿਆ ਸੀ ਬਿਰਿਆਤਿੰਸਕੀ। ਬਿਰਿਆਤਿੰਸਕੀ ਕਹਿੰਦਾ ਕਹਿੰਦਾ ਇਮਾਮ ਸ਼ਮੀਲ ਤੂੰ ਹਾਰ ਚੁੱਕਾ ਹੈ, ਤੇਰੀ ਪਿੱਠ ਸਿੱਧੀ ਨਹੀਂ ਹੋਣੀ, ਵੀ ਤੇਰੀ ਪਿੱਠ 'ਚ ਖੰਜਰ ਵੱਜਾ, ਹੁਣ ਤੇਰੀ ਪਿੱਠ ਸਿੱਧੀ ਨਹੀਂ ਹੋਣੀ, ਸਿੱਧਾ ਹੋਣ ਦਾ ਯਤਨ ਨਾ ਕਰ। ਅਤੇ ਇਮਾਮ ਸ਼ਮੀਲ ਨੇ ਸ਼ਬਦ ਪਤਾ ਕੀ ਕਹੇ ਸੀ? ਕਹਿੰਦਾ ਉਹ ਜਰਨੈਲਾ, ਉਹ ਮੇਰੀ ਪਿੱਠ ਦੇ ਵਿੱਚ ਆਪਣਿਆਂ ਦਾ ਖੰਜਰ ਵੱਜਾ, ਆਪਣਿਆਂ ਦੇ ਵੱਜੇ ਖੰਜਰ ਦੇ ਨਾਲ ਕਬਰ 'ਚ ਪੈ ਕੇ ਮੇਰੀ ਪਿੱਠ 'ਤੇ ਸਿੱਧੀ ਹੋ ਜਾਣੀ ਹੈ, ਪਰ ਜਿਨ੍ਹਾਂ ਨੇ ਮੇਰੀ ਪਿੱਠ 'ਚ ਖੰਜਰ ਮਾਰਿਆ ਉਹਨਾਂ ਦੀਆਂ ਨਜ਼ਰਾਂ ਕਦੀ ਸਿੱਧੀਆਂ ਨਹੀਂ ਹੋਣੀਆਂ। ਇਹੀ ਵਰਤਾਰਾ ਅੱਜ ਹੈ। ਅੱਜ ਦੀਪ ਸਿੱਧੂ ਸਰੀਰ ਕਰਕੇ ਸੰਸਾਰ ਤੋਂ ਚਲਾ ਗਿਆ, ਅੱਜ ਉਹ ਤਾਂ ਸੁਰਖਰੂ ਹੋ ਗਿਆ, ਪਰ ਜਿਨ੍ਹਾਂ ਨੇ ਉਸਨੂੰ ਗਦਾਰੀ ਦੇ ਫਤਵੇ ਦਿੱਤੇ ਇਹ ਹਮੇਸ਼ਾ ਪਛਤਾਵੇ ਦੀ ਅੱਗ ਦੇ ਵਿੱਚ ਰਹਿਣਗੇ। ਜਦੋਂ ਵੀ ਮੈਨੂੰ ਲੱਗਦਾ ਕਿ ਸ਼ੀਸ਼ੇ ਦੇ ਸਾਹਮਣੇ ਜਦੋਂ ਵੀ ਆਪਣੇ ਆਪ ਨੂੰ ਵੇਖਣਗੇ, ਕਿਤੇ ਨਾ ਕਿਤੇ ਮਹਿਸੂਸ ਕਰਨਗੇ ਕਿ ਕੌਮ ਦੇ ਇੱਕ ਚਿੰਤਨਸ਼ੀਲ ਨੌਜਵਾਨ ਦੇ ਨਾਲ, ਜਿਸਨੇ ਨੌਜਵਾਨੀ ਦੇ ਵਿੱਚ ਇੱਕ ਚੇਤਨਤਾ ਦੇ ਅੰਸ਼ ਨੂੰ ਜਗਾਇਆ, ਅਸੀਂ ਕਿਸ ਤਰ੍ਹਾਂ ਦੇ ਨਾਲ ਉਸਦੀ ਕਿਰਦਾਰਕੁਸ਼ੀ ਕੀਤੀ ਅਤੇ ਇਲਜ਼ਾਮ ਤਰਾਸ਼ੀ ਕੀਤੀ। ਸੋ ਵਕਤ ਮੈਂ ਬਹੁਤ ਲੈ ਗਿਆ, ਖਿਮਾ ਦਾ ਚਾਚਕ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।